ਸਮੇਂ ਤੋਂ ਕਥਾ ਵਿਚਾਰ ਸੁਣ ਰਹੇ ਸੀ। ਪਹਿਲਾਂ ਦਾਸ ਬੋਲਦਾ, ਬਾਕੀ ਦੂਸਰੇ ਹਿੱਸੇ ਵਿੱਚ ਸਾਰੇ ਪਾਏ। ਇਹ ਜ਼ਬਾਨ ਮਿਲੀ ਹੈ ਸ਼ਬਦ ਪੜ੍ਹਨ ਵਾਸਤੇ। ਨਿੰਦਿਆ, ਚੁਗਲੀ, ਝੂਠ, ਇਹਨਾਂ ਗੱਲਾਂ ਦਾ ਪਰਹੇਜ਼ ਕਰਨਾ ਚਾਹੀਦਾ। ਗੁਰਬਾਣੀ ਸ਼ਬਦ ਇਹਦੇ ਵਿੱਚ ਬੋਲਣਾ ਚਾਹੀਦਾ। ਤੀਸਰੇ ਹਿੱਸੇ ਵਿੱਚ ਮਾਈਆਂ ਬੀਬੀਆਂ ਸ਼ਬਦ 'ਚ ਬੋਲੋ। ਮਨੁੱਖ ਜਨਮ ਮਿਲਿਆ ਹੀ ਇਸੇ ਵਾਸਤੇ। ਜੀਬਾ ਪਵਿੱਤਰ ਉਦੋਂ ਹੁੰਦੀ ਹੈ ਜਦੋਂ ਸ਼ਬਦ ਵਿੱਚ ਬੋਲੀਦਾ ਹੈ, ਗੁਰਬਾਣੀ ਪੜ੍ਹੀਦੀ ਹੈ, ਸੱਚ ਬੋਲੀਦਾ ਹੈ, ਭਲੇ ਦੀ ਗੱਲ, ਦਇਆ ਦੀ ਗੱਲ, ਦਇਆ ਦੀ ਕਰੀਦੀ ਹੈ। ਤੁਸੀਂ ਦੇਖ ਲਓ, ਬਹੁਤ ਸਾਰੇ ਸੰਸਾਰ ਵਿੱਚ ਗੁੰਗੇ ਨੇ, ਜ਼ਬਾਨਾਂ ਨਹੀਂ। ਪਿਛਲੇ ਜਨਮ ਵਿੱਚ ਉਹਨਾਂ ਲੋਕਾਂ ਨੇ ਨਿੰਦਿਆ ਹੀ ਕਰਦੇ ਰਹੇ, ਕੁਛ ਪੁੰਨ ਵੀ ਕੀਤੇ, ਚੰਗੇ ਕੰਮ ਵੀ ਕੀਤੇ, ਸਰੀਰ ਮਿਲ ਗਿਆ, ਪਰ ਈਸ਼ਵਰ ਨੇ ਜ਼ਬਾਨ ਨਹੀਂ ਦਿੱਤੀ ਵੀ ਇਹਦੇ ਲਾਇਕ ਨਹੀਂ, ਤੁਸੀਂ ਗਲਤ ਵਰਤੋਂ ਕੀਤੀ। ਕਈ ਨੇਤਰਹੀਣ ਪੁਰਸ਼ ਨੇ, ਉਹ ਚੰਗੇ ਕੰਮ ਵੀ ਕਰਦੇ ਨੇ, ਥੋੜ੍ਹਾ ਥੋੜ੍ਹਾ ਰੱਬ ਦਾ ਨਾਮ ਵੀ ਲੈ ਲੈਂਦੇ ਨੇ, ਮਾੜਾ ਦੇਖਦੇ ਵੀ ਨੇ। ਜਮਾਂਦਰੂ ਅੰਧਲੇ ਹੁੰਦੇ ਨੇ, ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਤੁਹਾਨੂੰ ਵਰਤਨ ਦੀ ਜਾਂਚ ਨਹੀਂ ਆਈ, ਬਾਕੀ ਸਰੀਰ ਹੈ। ਕਈਆਂ ਦੇ ਹੱਥ ਨਹੀਂ ਹੁੰਦੇ, ਪਿਛਲੇ ਕਰਮ ਇਹੋ ਜਿਹੇ ਨੇ, ਚੋਰੀ ਕੀਤੀ ਹੱਥਾਂ ਨਾਲ, ਝੂਠੇ ਦਸਖਤ ਕੀਤੇ। ਸਾਡੇ ਗੁਰੂ ਜੀ ਕਹਿੰਦੇ ਸੀ, ਗੁਰੂ ਗੋਬਿੰਦ ਸਿੰਘ, ਕਿ ਮੇਰਾ ਸਿੱਖ ਝੂਠੀ ਗਵਾਹੀ ਨਹੀਂ ਦਏਗਾ, ਝੂਠੇ ਦਸਖਤ ਨਹੀਂ ਕਰੇਗਾ। ਪਰ ਕੰਮ ਹੀ ਇਹੋ ਜਿਹੇ ਕੀਤੇ, ਕਲਮ ਨਾਲ ਬੜੇ ਮਾੜੇ ਤੋਂ ਮਾੜੇ ਕੰਮ ਲਿਖ ਕੇ ਵੀ ਹੋ ਸਕਦੇ ਨੇ। ਸੋ ਇਸ ਤਰ੍ਹਾਂ ਫਿਰ ਉਹ ਹੱਥ ਨਹੀਂ, ਬਾਕੀ ਸਰੀਰ ਹੈ। ਕਈਆਂ ਦੇ ਪੈਰ ਨਹੀਂ, ਤੁਰਿਆ ਨਹੀਂ ਜਾਂਦਾ, ਪੈਰਾਂ ਨਾਲ ਚੱਲ ਕੇ ਚੰਗੇ ਪਾਸੇ ਨਹੀਂ ਗਏ, ਬਾਕੀ ਉਹਨਾਂ ਨੇ ਕੁਛ ਚੰਗੇ ਕੰਮ ਕੀਤੇ, ਦਾਨ ਪੁੰਨ ਕੀਤਾ, ਬਾਕੀ ਸਾਰੇ ਚੰਗੇ ਕੰਮ ਕਰਦੇ ਰਹੇ, ਅੱਗੇ ਫਿਰ ਜਨਮ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਗੁਰ ਸੇਵਾ ਅਤੇ ਭਗਤ ਕਮਾਈ, ਇਹ ਸਰੀਰ ਮਿਲਿਆ ਹੈ ਗੁਰੂ ਦੀ ਸੇਵਾ ਵਾਸਤੇ, ਦੂਸਰਾ ਹੈ ਭਗਤੀ ਕਮਾਉਣ ਵਾਸਤੇ, ਤਾਂ ਇਹ ਮਾਨਸ ਦੇ ਹੀ ਪਾਈ, ਤਾਂ ਇਹ ਮਨੁੱਖ ਜਨਮ ਮਿਲਿਆ। ਸਾਰਿਆਂ ਨੂੰ ਨਹੀਂ ਮਿਲਦਾ, ਗਿਣਤੀ ਤੋਂ ਪਰੇ ਦੀਆਂ ਜੂਨਾਂ ਨੇ, ਜਿਹੜੀਆਂ ਪਤਾ ਹੀ ਨਹੀਂ ਕਿਤਨੇ ਕੀੜੇ ਮਕੌੜੇ ਤੁਰੇ ਹੀ ਫਿਰਦੇ, ਪਤਾ ਨਹੀਂ ਕਿੰਨੀਆਂ ਕੁ ਨੇ, ਵਾਹਿਗੁਰੂ ਜਾਣੇ, ਗਿਣਤੀ ਨਹੀਂ ਹੋ ਸਕਦੀ। ਕਿਤਨੀਆਂ ਗੁਰੂਆਂ ਜੂਨਾਂ ਵਿੱਚ ਧੱਕੇ ਹੀ ਖਾ ਰਹੀ ਹੈ। ਤ੍ਰੇਤੇ ਯੁੱਗ ਦੀ ਗੱਲ ਹੈ, ਤ੍ਰੇਤੇ ਅਖੇਰ ਦੀ, ਰਾਮ ਚੰਦਰ ਦਾ ਦਰਬਾਰ ਸਜਿਆ, ਵਿਸ਼ਨੂੰ ਦਾ ਅਵਤਾਰ ਹੋਣ ਕਰਕੇ ਬੜੇ ਰਿਸ਼ੀ ਮੁਨੀ ਬੈਠੇ ਨੇ। ਇੱਕ ਕੀੜਾ ਹੈ, ਕੰਧ 'ਤੇ ਚੜ੍ਹਦਾ ਡਿੱਗ ਜਾਂਦਾ, ਚੜ੍ਹਦਾ ਡਿੱਗ ਜਾਂਦਾ। ਰਾਮ ਜੀ ਬੜੇ ਹੱਸੇ, ਰਾਜਗੁਰੂ ਵਸ਼ਿਸ਼ਠ ਜੀ ਕਹਿੰਦੇ, ਰਾਮ ਜੀ ਹੱਸਣਾ ਨਹੀਂ ਚਾਹੀਦਾ, ਰਿਸ਼ੀਆਂ ਮੁਨੀਆਂ ਬੈਠੇ ਨੇ ਤੁਹਾਡੇ ਕੋਲ। ਸਾਡੇ ਗੁਰੂ ਜੀ ਵੀ ਕਹਿੰਦੇ ਨੇ, ਲੱਗੇ ਦੀਵਾਨ ਜੋ ਬਾਤ ਚਲਾਵੈ, ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਪਾਵੇ। ਕਥਾ ਹੁੰਦੀ ਹੋਵੇ, ਗੁਰੂ ਦਾ ਇਤਿਹਾਸ ਪੜ੍ਹਿਆ ਜਾਂਦਾ, ਉਹ ਆਪਣੀਆਂ ਗੱਲਾਂ ਛੇੜ ਲੈ, ਉਹ ਮਹਾਰਾਜ ਨੂੰ ਚੰਗਾ ਨਹੀਂ ਲੱਗਦਾ। ਜਿਹੜਾ ਮਹਾਰਾਜ ਨੂੰ ਚੰਗਾ ਨਹੀਂ ਲੱਗਦਾ, ਉਹ ਕਿਸੇ ਨੂੰ ਨਹੀਂ ਲੱਗਦਾ।
राम जी कहन लगे तो ठीक है मर्यादा हसना नहीं चाहिए पर गुरदेव कीड़ा है कंध से चढ़ता है डिग जाता है चढ़ता डिग जाता है इस वल देख के मैं हसया। बशिष्ठ जी कहते राम जी दो लत्तां टुटियां हुई टंगा टुटियां हुण करके डिग जाता बार बार हाँ कहते तो मैनू भी पता है पर मैं इस करके हसया है ये अज तो पहला 14 बार स्वर्गों का राजा इंद्र बन चुका है हुणे 84 विच पिया इहनू सोझी है कई जूनां विच भी किन्नी किन्नी सोझी हुंदी इहनू सोझी है भी कदे ते 84 मुकेगी मैं फिर एक सौ एक समेत जंग करांगा इंद्र दी पदवी हासिल करांगा मैं इस करके हसदा हाँ इहदी मूर्ख मत देख के इहनू मूर्ख यह नहीं पता 14 बार इंद्र बन के 84 विच पिया जे एक बार होर बन गया किहड़ी मुक्ति हो चली है किहड़ी परम गति हो चली है। श्री कृष्ण जी तुरे जाते ने कहते उदो आ सुनना कौन है पता नहीं कहते देख एक बारी बर्मा बने कई बारी किन्ने किन्ने देवते ये भोग के आया हूँ कीड़ा बनया फिरता है। सतगुरु नानक देव जी मुरदाना कहता महाराज मैं जल छकना सी पानी पीना सी पंजाबी च पानी कहते नहीं हिंदी च जल गुरु जी कहते खूह है सामने जा जल छक लै उत्थे एक बजुर्ग सी वह कहता भाई रुको घरों लस्सी आई है पी लो कहते अच्छा हूँ पुछता है मरदाना तुसी लस्सी सिखाई है सेवा की है चंगी गल है मैं तुहाडे बारे गुरु जी नूं बेनती करांगा महाराज नूं बेनती की सच्चे पातशाह ये सियाणी उम्र है बुढ़ा है खपता बड़ा कृपा करो इहदी मुक्ति हो जाए। गुरु जी कहिंदे देखो मुक्ति हो सकदी है अधिकारी होवे पहला उहनूं पुछ लै भी मुक्ति चाहीदी है। मरदाना जी आए कहिंदे बजुर्गो ओ गुरु नानक जी बैठे ने मैं तुहाडे बारे बेनती कीती है गुरु जी कहिंदे पुछिआ फिर मुक्ति कर दिंदे आ महाराज तां सारे संसार दी कर सकदे आ। वो कहिंदा चंगी मैं लस्सी पियाई तैनूं मैं चंगा नहीं लगता तू जिहड़े महाराज नाल रहिंदा अपनी करा ले मरदाना आ गया महाराज इहो जिहे कुछ बोलता है। गुरु जी कहिंदे हाँ पागल तों बिना गल बणदी नहीं हुंदी पागहीन परम चोटा खाए अजी पाग नहीं बणे दूरों दर्शन कीते सी घर विच सी ध्यान वच्छा हो के जन्म लै लिया हुण घर दे चलाउंदे ने वांदे ने फिर महाराज आए उहदी सुरती नूं पुछिआ बैल बण गया तेरी मुक्ति कर दईए बचन तां होया होया मरदाना जी दे कहण ते उह कहिंदा ना महाराज किहो जिहा वी लै लैण मेरे वर्गा नहीं उहने हाल चलाउणा तूं मुक्ति ना मेरी करो। गुरु जी चले गए बैल भर गया घर विच कुत्ती सी कतूरा हो के जन्म लै लिया हुण छोटा जिहा ही है राखी बड़ी करदा थोड़ी सियाणी बरवाई बहुत ध्यान रखदा है माड़ा जिहा किते चोर दा पिणक लगदी है ते कपड़े खिचदा पहिंदा उहनूं वी उठो। गुरु जी नगर विच आए रूड़ी ते पिया सी इहदी सुरती नूं पुछदे ने भाई ਹੁਣ ਤੂੰ ਕੁੱਤੇ ਦੀ ਜੂਨ ਵਿੱਚ ਆ ਗਿਆ ਮੁਕਤੀ ਕਰ ਦਈਏ ਚੰਗੇ ਕੰਨ ਫਟ ਕੇ ਨਾ ਮਾਰਾ ਕਿਹੋ ਜਿਹਾ ਵੀ ਇਹਨਾਂ ਨੇ ਲੈ ਆਂਦਾ ਮੇਰੇ ਜੀ ਨੇ ਰਾਖੀ ਨਹੀਂ ਕਰਨੀ ਮੈਂ ਬੜਾ ਧਿਆਨ ਰੱਖਣਾ ਵੀ ਚੋਰ ਪੈਸੇ ਮੈਂ ਲੈ ਮਾਇਆ ਵਿੱਚ ਧਿਆਨ ਹੋਣ ਕਰਕੇ ਸੱਪ ਦੀ ਜੂਨੇ ਪਿਆ
ਘਰ ਵਾਲਿਆਂ ਨੇ ਵੇਖ ਲਿਆ ਬੱਚੇ ਨੂੰ ਖੜਾਉਂਦਾ, ਇਹ ਨਹੀਂ ਦੇਖਿਆ ਮੇਰਾ ਸਰੀਰ ਕਿਹਾ ਜੀ। ਸੱਪ ਮਾਰਿਆ ਲੜਕੇ ਨੇ, ਦੱਬ ਦਿੱਤਾ, ਅਗਲਾ ਜਨਮ ਸੁੰਡੇ ਦੀ ਜੂਨ ਵਿੱਚ ਪਿਆ। ਗੁਰੂ ਜੀ ਨਗਰ ਵਿੱਚ ਆਏ, ਕਹਿੰਦੇ ਮਰਦਾਨਿਆਂ ਚੜ੍ਹਦੇ ਵੱਲ ਨੂੰ ਜਾਈ, ਉਹ ਜੋ ਦਰਵਾਜ਼ਾ ਹੈ ਉਹਦੇ ਨਾਲ ਗੰਦੀ ਵਹਿਣੀ ਵਿੱਚ ਇੱਕ ਪੂਛਲ ਵਾਲਾ ਸੁੰਡਾ ਹੈ, ਪਾਣੀ ਨਾਲ ਸਾਫ਼ ਕਰਕੇ ਲਿਆ ਲਿਆਂਦਾ। ਉਹ ਟਰ ਟਰ ਬੋਲਦਾ। ਮਹਾਰਾਜ ਨੇ ਉਹਦੀ ਸੁਰਤੀ ਨੂੰ ਪੁੱਛਿਆ, ਭਾਈ ਮੁਕਤੀ ਕਰ ਦਈਏ, ਬੈਲ ਤੋਂ ਕੁੱਤਾ, ਕੁੱਤੇ ਤੋਂ ਸੱਪ, ਸੱਪ ਤੋਂ ਕੀੜਾ, ਉਹ ਅੰਤਰਾਤਮੇ ਨਾ ਕਰਦਾ ਨਾ ਮਹਾਰਾਜ, ਕਿਉਂ ਇੱਕ ਦਾਣਾ ਨੂੰ ਆਤੀਆਂ ਦਾਲ ਦਾ ਸੁੱਟ ਦਿੰਦੀਆਂ ਗਲਿਆ, ਵਹਿਣੀ ਝੱਟ ਫਿਰ ਮੁੱਕਦਾ ਨਹੀਂ। ਜਦੋਂ ਲੇਟ ਉੱਠਦੇ ਮੈਂ ਬਥੇਰਾ ਟਰੇਟਰ ਕਰਦਾ, ਮੇਰੇ ਅੱਖੇ ਨਹੀਂ ਲੱਗਦੇ। ਗੁਰੂ ਜੀ ਕਹਿੰਦੇ ਮਰਦਾਨਿਆਂ ਇਹਨੂੰ ਮਸਲ ਦੇ। ਵਿੱਚੋਂ ਰੂਹ ਨਿਕਲ ਆਈ ਉਸੇ ਬਜ਼ੁਰਗ ਦੀ, ਬੜਾ ਰੋਂਦਾ। ਮਹਾਰਾਜ ਆਪ ਨੇ ਬੜੀ ਕਿਰਪਾ ਕੀਤੀ, ਇਹਨਾਂ ਜੂਨਾਂ 'ਚੋਂ ਕੱਢਿਆ। ਗੁਰੂ ਜੀ ਕਹਿੰਦੇ ਹਾਂ ਭਾਈ, ਜਿਹੜੇ ਲੋਕ ਮੋਹ ਵਿੱਚ ਫਸੇ ਹੋਏ ਨੇ ਉਹਨਾਂ ਦੇ ਇਹੀ ਹਾਲ ਹੁੰਦਾ ਹੈ। ਜਿਹੀ ਸੁਰਤ ਤੇਰਾ ਜਿੱਧਰ ਸੁਰਤੀ ਰਹਿ ਜਾਏ ਉੱਧਰ ਰੂਹ ਚਲੀ ਜਾਂਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੰਦੇੜ ਇੱਥੇ ਆਏ। ਗੋਦਾਵਰੀ ਦੇ ਕੰਢੇ 'ਤੇ ਛੋਟਾ ਜਿਹਾ ਆਸ਼ਰਮ ਹੈ, ਮਾਧੋ ਦਾਸ ਜੀ ਰਹਿ ਰਹੇ ਨੇ। ਗੁਰੂ ਜੀ ਪਲੰਘ 'ਤੇ ਬਰਾਜੇ, ਉਹ ਦੂਰ ਗਿਆ ਹੋਇਆ ਸੀ ਇੱਕ ਦਰਖਤ ਹੇਠਾਂ ਤਪੱਸਿਆ ਕਰਦਾ। ਉਹਦੇ ਜਿਹੜੇ ਸੇਵਕ ਸੀ ਉਹਨਾਂ ਨੇ ਦੇਖਿਆ, ਕਲਗੀ ਲਾਈ ਹੋਈ ਹੈ, ਰਾਜਾ ਤਾਂ ਹੈ ਨਹੀਂ, ਉਹ ਇਹ ਫਕੀਰ ਵੀ ਨਹੀਂ ਹੈ, ਕੌਣ ਹੋ ਸਕਦਾ, ਪਛਾਣ ਨਹੀਂ ਆ ਰਹੀ। ਜਾ ਕੇ ਦੇਖਿਆ, ਕਿਹਾ ਦੇਖੋ ਜੀ ਕੋਈ ਇਹੋ ਜਿਹਾ ਹੈ, ਆਪਣੇ ਵੱਡੇ ਗੁਰਦੇਵ ਉਹਨਾਂ ਦੇ ਪਲੰਘ 'ਤੇ ਪਿਆ। ਕਹਿੰਦੇ ਅੱਛਾ ਤੁਸੀਂ ਚਲੋ, ਮੈਂ ਹੁਣੇ ਪਲਟ ਦਿੰਦਾ। ਇੰਨੇ ਵੀਰ ਇਕੱਲੇ, ਆਪਣੀਆਂ ਸ਼ਕਤੀਆਂ ਇਕੱਲੀਆਂ, ਉਹ ਦੂਰੋਂ ਹੀ ਹੱਥ ਜੋੜ ਕੇ ਮੱਥਾ ਟੇਕ ਲਿਆ, ਕੁਛ ਵੀ ਨਹੀਂ ਕੀ ਕਰ ਸਕਦਾ ਸੀ ਕੋਈ। ਫਿਰ ਆਪ ਹੀ ਆ ਗਿਆ, ਮਹਾਰਾਜ ਦੇ ਦਰਸ਼ਨ ਕੀਤੇ, ਨਾਲ ਕਰਦਾ ਡਿੱਗਾ। ਗੁਰੂ ਜੀ ਕਹਿੰਦੇ ਦਇਆ ਸਿੰਘ ਨੂੰ ਹੋਸ਼ ਵਿੱਚ ਲਿਆਓ। ਕਹਿੰਦਾ ਮਹਾਰਾਜ ਵੱਡੀ ਭੁੱਲ ਆਈ, ਭੁੱਲ ਹੋਈ, ਮੇਰੇ ਜਾਚੇ ਪਹਿਲੀ ਵਾਰੀ ਤੁਹਾਡੇ ਦਰਸ਼ਨ ਹੋਏ ਸੀ ਪਾਉਂਟਾ ਸਾਹਿਬ, ਉਦੋਂ ਮੇਰਾ ਜਿਹੜਾ ਗੁਰੂ ਸੀ ਉਹਦਾ ਨਾਂ ਰਾਮ ਜੀ ਕਰਕੇ ਸੀ, ਰਾਮਦਾਸ ਰਿਖੀ ਦਾ ਨਾਂ ਸੀ, ਫਿਰ ਜਾਨਕੀ ਪ੍ਰਸਾਦ, ਫਿਰ ਸਵਾਮੀ ਅਗਰਨਾਥ ਜਿਹੜਾ ਇੱਥੇ ਰਹਿੰਦਾ ਸੀ। ਉਦੋਂ ਮੈਂ ਜਦੋਂ ਮੱਥਾ ਟੇਕਣ ਆਇਆ, ਬੜੇ ਸਾਲ ਹੋ ਗਏ ਤੁਹਾਡੇ ਦਰਸ਼ਨ ਕੀਤੇ, ਅਤੇ ਮੇਰੇ ਨਾਲ ਜਿਹੜਾ ਸੀ ਕਹਿੰਦੇ ਚੱਲ ਚੱਲ ਚੱਲ, ਮਤਲਬ ਕਿਤੇ ਗੁਰੂ ਜੀ ਦਾ ਸੇਵਕ ਨਾ ਬਣ ਜਾ, ਤੋ ਜੇ ਮੈਂ ਭੁਲੇਖੇ ਵਿੱਚ ਨਾ ਹੋਵਾਂ ਤਾਂ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ। ਮਹਾਰਾਜ ਕਹਿੰਦੇ ਹਾਂ ਭਾਈ ਹੈ ਤਾਂ ਇਸ ਤਰ੍ਹਾਂ ਹੀ ਬੇਨਤੀ ਕੀਤੀ, ਮੈਂ ਤੁਹਾਡਾ ਹੀ ਬੰਦਾ ਹਾਂ। ਗੁਰੂ ਜੀ ਕਹਿੰਦੇ ਬੁਲੰਦ ਬੰਦਾ, ਬੁਲੰਦ ਬੰਦੇ ਦਾ ਅਰਥ ਹੀ ਹੈ ਅਮਰ, ਇਹ ਸਾਡਾ ਹੈ ਅਤੇ ਅਮਰ। ਹੁਣ ਵੀ ਜਿਹੜਾ ਕੋਈ ਅੰਮ੍ਰਿਤਸਰ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਤਨ ਮਨ ਧਨ ਕਰਕੇ ਬਣ ਜਾਂਦਾ, ਉਹੀ ਬੁਲੰਦ ਬੰਦਾ ਅਮਰ ਹੋ ਜਾਂਦਾ। ਫਿਰ ਕਹਿੰਦੇ ਜੀ ਸਾਡਾ ਹੈ ਅਤੇ ਬੁਲੰਦ ਬੰਦਾ। ਹੁਣ ਗੁਰੂ ਜੀ ਪੁੱਛਦੇ ਨੇ ਕਿਉਂ ਭਾਈ, ਇਹ ਜੋ ਸ਼ਕਤੀਆਂ ਲਈਆਂ ਸੀ ਉਹ ਸਵਾਮੀ ਤੁਹਾਡੇ ਜਿਹੜੇ ਹਨ ਅਗਰਨਾਥ ਜੀ ਉਹ ਕਿੱਥੇ ਹਨ? ਮਹਾਰਾਜ ਬੜੇ ਸਾਲ ਹੋ ਗਏ ਵਿਕੁੰਠਾਂ ਵਿੱਚ ਚਲੇ ਗਏ। ਗੁਰੂ ਜੀ ਕਹਿੰਦੇ ਤੈਨੂੰ ਪਤਾ ਐਵੇਂ ਕਹੀ ਜਾਣ, ਕਈ ਦੇਖ ਲਓ ਬੰਦੇ ਭੈੜੀਆਂ ਕਰਤੂਤਾਂ ਕਰਦੇ ਨੇ, ਸ਼ਰਾਬਾਂ ਪੀਂਦੇ ਨੇ, ਚੋਰੀਆਂ ਕਰਦੇ ਨੇ, ਮਗਰੋਂ ਕਹਿੰਦੇ ਆਹੋ ਜੀ ਚਲਾ ਗਿਆ ਜੀ ਦਰਗਾਹ ਨੂੰ, ਇਹੋ ਜਿਹੇ ਨਹੀਂ ਜਾਂਦੇ ਹੁੰਦੇ। ਦਰਗਾਹ 'ਚ ਜਾਣ ਵਾਲੇ ਦੀ ਨਿਸ਼ਾਨੀ ਹੈ ਅੰਤਰ ਗੁਰੂ ਅਰਾਧਨਾ, ਅੱਠੇ ਪੈਰ ਸਿਮਰਨ ਅੰਤਰ ਆਤਮੇ, ਜੀਪਾ ਜਪ ਗੁਰ ਨਾਉ, ਜ਼ਬਾਨ ਨਾਲ ਸਿਮਰਨ ਕਰਨਾ ਵਾਹਿਗੁਰੂ ਦਾ, ਗੁਰਬਾਣੀ ਪੜ੍ਹਨੀ।
नेत्री सतगुर पेखना अखां करके भी गुरु दे दर्शन करदे रहण सरवणी सुनना गुरनाम कन्नां नाल बाणी सुननी नाम सुनना गुरु की कथा सुननी गुरु वाले बनना सिमरन करदे रहण सतगुर सेती रत्या रत्ते से जे मुख ना बणन जिहड़े बेमुख नहीं हुंदे ਉਹ ਜਾਂਦੇ ਨੇ ਦਰਗਾਹ ਵਿੱਚ ਐਵੇਂ ਜਣਾ ਖੜਾ ਨਹੀਂ ਜਾਂਦਾ ਬੇਮੁਖ ਜਿਹੜੇ ਨੇ ਨਰਕ 'ਚ ਜਾਂਦੇ ਹੁੰਦੇ ਨਰਕ 'ਚ ਭਾਈ ਗੁਰਦਾਸ ਜੀ ਲਿਖਦੇ ਨੇ ਜੋ ਗੁਰ ਗੋਪੇ ਆਪਣਾ ਕਿਉਂ ਸਿੱਝੇ ਚੇਲਾ ਗਲ ਸੰਗਲ ਕੱਤ ਚਲਾਈਏ ਜਮ ਪੰਥ ਅਕੇਲਾ ਲੈ ਸਜਾਈ ਨਰਕ ਵਿੱਚ ਉਹ ਖਰਾ ਦਹੇਲਾ ਲੱਖ 84 ਫਿਰਦਿਆਂ ਫਿਰ ਹੋਏ ਨ ਮੇਲਾ ਜਨਮ ਪਦਾਰਥ ਹਾਰਿਆ ਜਿਉਂ ਜੂਵੇ ਖੇਲਾ ਹੱਥ ਮਰੋੜੈ ਸੁਰਤਣੇ ਉਹ ਲਹਿ ਨਾ ਵੇਲਾ ਸੋਇਆ ਕਿਸੇ ਦੇ ਕਹਿਣ ਨਾਲ ਐਸੇ ਗਤੀ ਨਹੀਂ ਹੁੰਦੀ ਗੁਰੂ ਜੀ ਕਹਿੰਦੇ ਤੁਹਾਨੂੰ ਪਤਾ ਹੈ ਬਕੁੰਠ ਵਿੱਚ ਹਾ ਮਹਾਰਾਜ ਸੁਭਾਅ ਬੜਾ ਚੰਗਾ ਸੀ ਬਹੁਤ ਕੁਛ ਹੋਣਾ ਮੈਨੂੰ ਦਿੱਤਾ ਹੈ ਮਹਾਰਾਜ ਕਹਿੰਦੇ ਦੇਖ ਜਿਹੜਾ ਤੇਰਾ ਗੁਰੂ ਹੈ ਨਾ ਸਵਾਮੀ ਅਗੜਨਾਥ ਉਹ ਸੁੰਡੇ ਦੀ ਜੂਨ ਵਿੱਚ ਪਿਆ ਕਹੇ ਤਾਂ ਦਿਖਾਈਏ ਹਾਂ ਮਹਾਰਾਜ ਦਿਖਾਓ ਤੂੰ ਜਿਹੜਾ ਬਿੱਲ ਨਦੀ ਵਾਲੇ ਪਾਸੇ ਸੀ ਗੁਰੂ ਜੀ ਕਹਿੰਦੇ ਦਇਆ ਸਿੰਘ ਬਿੱਲ ਤੋੜੋ ਛੋਟੇ ਛੋਟੇ ਹੁੰਦੇ ਪੇੜੇ ਪੇੜੇ ਜਿੱਡੇ ਉਹ ਤੋੜਿਆ ਉਹਦੇ ਵਿੱਚੋਂ ਦੇਖਿਆ ਇੱਕ ਛੋਟੇ ਬੱਚੇ ਦੀ ਜਿਹੜਾ ਚਿੱਟੇ ਰੰਗ ਦਾ ਸੁੰਡਾ ਕਹਿੰਦੇ ਇਹ ਹੈ ਤੇਰਾ ਗੁਰੂ ਹੈਰਾਨ ਹੋ ਰਿਹਾ ਇਹ ਮੇਰਾ ਗੁਰੂ ਇਹ ਤਾਂ ਕੀੜਾ ਹੈ ਗੁਰੂ ਜੀ ਕਹਿੰਦੇ ਦਇਆ ਸਿੰਘ ਇਹਨੂੰ ਮਸਲ ਦੇ ਸਵਾਮੀ ਅਗੜਨਾਥ ਦੀ ਰੂਹ ਨਿਕਲ ਆਈ ਉਹ ਕਹਿੰਦਾ ਬੇਟਾ ਇਹ ਈਸ਼ਵਰ ਅਵਤਾਰ ਨੇ ਮਹਾਰਾਜ ਵੱਲ ਇਸ਼ਾਰਾ ਕੀਤਾ ਮੈਂ ਹੈਰਾਨ ਹੋ ਰਿਹਾ ਸਵਾਮੀ ਜੀ ਅਗੜਨਾਥ ਨੂੰ ਕਹਿ ਰਿਹਾ ਬੰਦਾ ਸਿੰਘ ਤੁਸੀਂ ਸੁੰਡੇ ਦੀ ਜੂਨ ਵਿੱਚ ਹਾਂ ਕਹਿੰਦੇ ਮੇਰਾ ਗੁਰੂ ਨਹੀਂ ਸੀ ਪੂਰਾ ਸਰੀਰ ਛੱਡਣ ਲੱਗਿਆ ਮੇਰੀ ਸੁਰਤ ਆ ਬਿੱਲ ਵਿੱਚ ਰਹਿ ਗਈ ਤੋ ਸੁੰਡਾ ਬਣਿਆ ਹੋਣਾ ਫਿਰ ਗੁਰੂ ਜੀ ਨੇ ਉਹਦੇ 'ਤੇ ਕਿਰਪਾ ਕੀਤੀ ਅਤੇ ਬੰਦਾ ਸਿੰਘ ਵੀ ਗੁਰੂ ਕਾ ਸਿੱਖ ਹੋਇਆ ਅੰਮ੍ਰਿਤਸਰ ਐਵੇਂ ਨਹੀਂ ਜਣੇ ਜਣੇ ਨੂੰ ਕਹਿ ਦੇਣਾ ਆਹੋ ਜੀ ਚਲਾ ਗਿਆ ਸੱਚਖੰਡ ਸਾਖੀਆਂ ਵਿਚਾਰ ਕਰਕੇ ਦੇਖੋ ਵੀ ਕੰਮ ਕਿਹੋ ਜਿਹੇ ਕਰਦਾ ਸੀ ਹੈ ਜਾਣ ਵਾਲਾ ਬੰਦਾ ਲਿਬੜਿਆ ਤਿਬੜਿਆ ਹੋਵੇ ਤੁਸੀਂ ਮਹਾਰਾਜ ਜੀ ਉਰੀ 'ਚ ਨਹੀਂ ਆਉਣ ਦਿੰਦੇ ਕਹਿੰਦੇ ਲਿਬੜਿਆ ਕੱਪੜੇ ਗੰਦੇ ਨੇ ਇਸੇ ਤਰ੍ਹਾਂ ਜਿਹੜੀਆਂ ਰੂਹਾਂ ਪਾਪਾਂ ਨਾਲ ਲਿਬੜੀਆਂ ਨੇ ਨਰਕ 'ਚ ਜਾਂਦੀਆਂ ਹੁੰਦੀਆਂ ਇਹ ਨਹੀਂ ਮਹਾਰਾਜ ਦੇ ਕੋਲ ਜਾਂਦੀਆਂ ਹਾਂ ਵਿਰਲੇ ਵਿਰਲੇ ਨੇ ਕਿਉਂ ਨਾਮ ਜਪਣ ਲੱਗਿਆਂ ਡਰ ਲੱਗਦਾ ਹੈ ਬਾਣੀ ਪੜ੍ਹਨ ਲੱਗਿਆਂ ਵੀ ਲੱਗਦਾ ਹੈ ਚੰਗੇ ਕੰਮਾਂ ਤੋਂ ਤਾਂ ਬਿਸ਼ੂ ਡੱਸਦਾ ਹੀ ਹੈ ਮਾੜੇ ਕੰਮਾਂ 'ਤੇ ਕੋਈ ਸੰਗਤ ਫਿਰ ਤਾਂ ਖੁੱਲੀਆਂ ਛੁੱਟੀਆਂ ਸੋ ਇਹ ਵਿਚਾਰ ਹੋ ਰਹੀ ਸੀ ਕਿ ਜੋ ਸਰੀਰ ਮਿਲਿਆ ਹੈ ਇਨੀਏ ਵੀ ਹੁਣੇ ਹੀ ਮਿਲ ਗਿਆ ਪਤਾ ਨਹੀਂ ਕਿੰਨੇ ਕੁ ਜਨਮ ਅੱਗੇ ਇਸੇ ਤਰ੍ਹਾਂ ਹੀ ਹੱਥੋਂ ਲੰਘ ਗਏ ਨੇ ਸਮਾਂ ਗੁਆਚ ਗਿਆ ਹੱਥ ਨਹੀਂ ਆਇਆ ਗੁਰ ਸੇਵਾ ਅਤੇ ਭਗਤ ਕਮਾਈ ਗੁਰੂ ਦੀ ਸੇਵਾ ਕਰਨ ਵਾਸਤੇ ਸੇਵਾ ਕਈ ਕਿਸਮ ਦੀ ਹੈ ਸਭ ਤੋਂ ਵੱਡੀ ਸੇਵਾ ਹੈ ਗੁਰੂ ਵਾਲੇ ਬਣਨਾ ਅਤੇ ਨਾਮ ਜਪਦੇ ਰਹਿਣਾ ਸਭ ਤੋਂ ਵੱਡੀ ਸੇਵਾ ਕੋਈ ਸਵਾਸ ਖਾਲੀ ਨਾ ਜਾਣ ਦੇਣਾ ਤਾਵੇ ਮਾਨਸ ਦੇ ਹੀ ਪਾਈ ਤਾਂ ਹੀ ਸਰੀਰ ਮਿਲਿਆ ਹੁਣ ਦੇਖੀਏ ਵੀ ਆਪਾਂ ਸੇਵਾ ਕਰਦੇ ਹਾਂ ਨਾਮ ਜਪਦੇ ਹਾਂ ਸਰੀਰ ਤਾਂ ਮਿਲ ਗਿਆ ਜਿਹਨੇ ਦਿੱਤਾ ਉਹਨੇ ਵਾਪਸ ਵੀ ਲੈਣਾ ਜਿਸ ਕੀ ਤਿਸ ਕੀ ਕਰ ਜਾਣ ਤਾਂ ਮਹਾਰਾਜ ਦਾਖਦੇ ਨੇ ਵੀ ਜਿਹਦਾ ਸਰੀਰ ਆ ਉਹਦਾ ਸਮਝ ਕੇ ਇਹਨੂੰ ਵਰਤੋਂ ਵਿੱਚ ਲਿਆ ਆਪਣਾ ਲਾਇਕ ਮਾਨ ਆਪਣਾ ਹੰਕਾਰ ਵਿੱਚੋਂ ਕੱਢ ਜਿਹਦਾ ਹੈ ਉਹਦਾ ਹੀ ਹੈ ਉਹਨੇ ਵਾਪਸ ਵੀ ਲੈਣਾ ਹੋਰ ਕਿਸੇ ਨੂੰ ਦੇਣਾ ਆ ਪੰਜ ਤੱਤ ਦੇ ਸਰੀਰ ਪਤਾ ਨਹੀਂ ਕਿੰਨੇ ਕੁ ਬਣ ਗਏ ਬਣ ਰਹੇ ਨੇ ਬਣਦੇ ਰਹਿਣਗੇ ਫਿਰ ਮਿੱਟੀ 'ਚ ਮਿਲ ਜਾਂਦੇ ਨੇ ਫਰੀਦਾ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਏ ਜਿੱਥੇ ਆਪਾਂ ਬੈਠੇ ਹਾਂ ਇਹਦੇ ਦੋ ਅਰਥ ਨੇ ਪਤਾ ਨਹੀਂ ਕਿੰਨੇ ਕਿੱਥੇ ਬੈਠ ਕੇ ਚਲੇ ਗਏ ਇਸਲਾਮ ਵਾਲੇ ਗ੍ਰੰਥਾਂ 'ਚ ਲਿਖਿਆ ਹੈ ਜਦੋਂ ਬੰਦਾ ਤੁਰਦਾ ਹੈ ਇੱਕ ਪੈਰ ਰਾਜੇ ਦੇ ਸਿਰ 'ਤੇ ਇੱਕ ਵਜ਼ੀਰ ਦੇ ਸਿਰ 'ਤੇ ਇੱਕ ਰਾਜੇ ਦੇ ਇੱਕ ਵਜ਼ੀਰ ਦੇ ਇੰਨੇ ਰਾਜੇ ਅਤੇ ਵਜ਼ੀਰ ਹੋ ਕੇ ਚਲੇ ਗਏ ਦੁਨੀਆ ਕਿੰਨੀ ਹੋਈ ਹੋਈ
ਜਿਹੜਾ ਸਰੀਰ ਆਪਣਾ ਬਣਿਆ ਇਹ ਮਿੱਟੀ ਅੱਗ ਹਵਾ ਆਕਾਸ਼ ਕਈ ਵਾਰੀ ਕਿਸੇ ਹੋਰ ਦਾ ਬਣਿਆ ਹੋਏਗਾ ਜੇ ਰੂਹ ਕਰਕੇ ਵੀ ਆਪਾਂ ਦੇਖੀਏ ਜਿੱਤ ਆਸਣ ਬੈਠੇ ਕਿਤੇ ਬੈਸ ਗਏ ਕਈਆਂ ਨੇ ਸਰੀਰ ਛੱਡਿਆ ਛੱਡ ਕੇ ਚਲੇ ਗਏ ਪਰ ਜਿਹਨੂੰ ਵੀ ਮਿਲਿਆ ਇੰਨੀ ਪਕੜ ਕੀਤੀ ਬਾਂਦਰ ਵਾਂਗੂ ਜਿਵੇਂ ਉਹ ਛੱਡਦਾ ਹੀ ਨਹੀਂ ਮੁੱਠੀ ਨਿੱਕੀ ਜਿਹੀ ਕੁਜੀ ਵਿੱਚ ਪਾਈ ਹੋਵੇ ਫੁਲੜੀਆਂ ਕੁੱਟ ਖਾਈ ਜਾਂਦਾ ਜਿਹਨੂੰ ਮਿਲਿਆ ਗੁਰਮੁਖ ਛੱਡ ਕੇ ਬਾਕੀ ਸਾਰਿਆਂ ਨੇ ਮੇਰਾ ਸਰੀਰ ਮੇਰਾ ਮੇਰਾ ਜਨਮ ਤੋਂ ਪਹਿਲਾਂ ਕਿਹਦਾ ਸੀ ਮਰਨ ਤੋਂ ਬਾਅਦ ਕਿਹਦਾ ਹੋਏਗਾ ਜਿਹਦਾ ਉਦੋਂ ਹੋਏਗਾ ਮਿੱਟੀ 'ਚ ਮਿੱਟੀ ਮਿਲ ਗਈ ਹਵਾ 'ਚ ਹਵਾ ਮਿਲ ਗਈ ਆਕਾਸ਼ ਪਰਿਪੂਰਨ ਹੈ ਪਾਣੀ 'ਚ ਪਾਣੀ ਮਿਲ ਗਿਆ ਅੱਗ 'ਚ ਅੱਗ ਮਿਲ ਗਈ ਹੁਣ ਕਿਹਦਾ ਜੀ ਹੁਣ ਸਮਝ ਪਈ ਵੀ ਮੇਰਾ ਨਹੀਂ ਸੀ ਹੈ ਨਾ ਇਹਦੀ ਕਿੱਡੀ ਮੋਟੀ ਮਤ ਕਿਸੇ ਨੂੰ ਕਹੋ ਤੂੰ ਅੱਗ ਹੈ ਕਹਿੰਦਾ ਨਹੀਂ ਤੂੰ ਪਾਣੀ ਹੈ ਕਹਿੰਦਾ ਨਹੀਂ ਤੂੰ ਮਿੱਟੀ ਹੈ ਕਹਿੰਦਾ ਨਹੀਂ ਤੂੰ ਹਵਾ ਹੈ ਕਹਿੰਦਾ ਨਹੀਂ ਤੂੰ ਆਕਾਸ਼ ਹੈ ਕਹਿੰਦਾ ਨਹੀਂ ਆਹ ਹੀ ਪੰਜਾਂ ਤੱਤਾਂ ਦਾ ਸਰੀਰ ਹੋਰ ਤੂੰ ਕੀ ਹੈ ਲੋਹਿਆ ਉਹ ਗੱਲ ਸਮਝ ਵਿੱਚ ਨਹੀਂ ਆ ਰਹੀ ਜਦੋਂ ਤੱਕ ਬੰਦਾ ਇਸ ਨੂੰ ਆਪਣਾ ਸਰੂਪ ਸਮਝਦਾ ਹੈ ਜੰਮਣਾ ਮਰਨਾ ਆਉਣਾ ਜਾਣਾ ਇਹਦੇ ਗਲ ਵਿੱਚ ਫਾਈਆਂ ਪਈਆਂ ਹੀ ਰਹਿਣੀਆਂ ਇਹ ਨਹੀਂ ਨਿਕਲਣੀਆਂ ਜਦੋਂ ਇਹਦੇ ਵਿੱਚੋਂ ਨਿਕਲੇਗਾ ਬੰਦਗੀ ਕਰੇਗਾ ਸਿਮਰਨ ਕਰੇਗਾ ਸੋਝੀ ਹੋਏਗੀ ਫਿਰ ਅੱਗੇ ਪ੍ਰਲੋਕ ਸੁਖੀ ਜਿਹੜੇ ਸਰੀਰ ਛੱਡ ਕੇ ਅੱਗੇ ਗਏ ਨੇ ਕਈ ਕਿਸਮ ਦੀ ਗਤੀ ਹੈ ਫਰਜ਼ ਕਰ ਲਓ ਕਿਸੇ ਨੇ ਬੜੇ ਚੰਗੇ ਕੰਮ ਕੀਤੇ ਉਹ ਨਦਾਨ ਜੋ ਬੀਜ ਦੇ ਸਭ ਧਰਮ ਰਾਜੇ ਰਾਏ ਦੇ ਜਾਈ ਬਾਣੀ ਦੱਸਿਆ ਉਹ ਥੋੜ੍ਹੀ ਦੇਰ ਸਵਰਗ ਵਿੱਚ ਚਲੇ ਗਏ ਉੱਥੇ ਕਿਹੜੀ ਪਰਮ ਗਤੀ ਹੈ ਉੱਥੇ ਵੀ ਜੰਮਣਾ ਮਰਨਾ ਹੈ ਇੱਥੇ ਫਿਰ ਆ ਜਾਂਦੇ ਨੇ ਜਦੋਂ ਉਮਰ ਪੂਰੀ ਹੁੰਦੀ ਹੈ ਉਹਨਾਂ ਜਿੰਨਾ ਪੁੰਨ ਕੀਤਾ ਹੁੰਦਾ ਹੈ ਉਹਦੇ 100 ਹਿੱਸੇ ਹੁੰਦੇ ਉਹ 100 ਹਿੱਸਾ ਜਿੰਨਾ ਵੀ ਉਹਨੇ ਕੀਤਾ ਥੋੜ੍ਹਾ ਜ਼ਿਆਦਾ ਜਿਹੜਾ ਸਵਰਗ ਜਾਂਦਾ ਉਹਦੇ 100 ਹਿੱਸੇ ਹੁੰਦੇ ਉਵੇਂ ਕਿਸੇ ਨੇ 4 ਯੁੱਗ ਕੀਤੇ ਹੋਣ ਭਾਵੇਂ 100 ਸਾਲ ਉਹਦਾ ਫਿਰ ਉਹਦੇ ਗਲ ਵਿੱਚ ਇੱਕ ਫੁੱਲ ਦੀ ਮਾਲਾ ਪਾ ਦਿੰਦੇ ਨੇ 100 ਫੁੱਲਾਂ ਦੀ ਉਹਨੂੰ ਜਦੋਂ 100 ਚੋਂ ਇੱਕ ਹਿੱਸਾ ਉਮਰ ਖਤਮ ਹੋ ਗਈ ਇੱਕ ਫੁੱਲ ਸੁੱਕ ਗਿਆ ਦੂਜਾ ਸੁੱਕ ਗਿਆ 99 ਸੁੱਕ ਗਏ ਇੱਕ ਰਹਿ ਗਏ ਉਦੋਂ ਸਰੂਹ ਨੂੰ ਗਰਾ ਦਿੰਦੇ ਨੇ ਇੱਥੇ ਹੀ ਮਾਤ ਲੋਕ ਜਦੋਂ ਰੂਹਾਂ ਡਿੱਗਦੀਆਂ ਨੇ ਜਿਵੇਂ ਆ 42 ਲੱਖ ਜੂਨ ਪਾਣੀ ਵਿੱਚ ਦੱਸਿਆ ਪਾਣੀ ਵਿੱਚ 42 ਲੱਖ ਬਾਹਰ ਜਦੋਂ ਸਮੁੰਦਰ ਵਿੱਚ ਬਰਸਾਤ ਪੈਂਦੀ ਹੈ ਉਦੋਂ ਰੂਹਾਂ ਡਿੱਗਦੀਆਂ ਪਾਣੀ ਵਿੱਚ ਜਨਮ ਲਈ ਜਾਂਦੀਆਂ ਵਿੱਚ ਤੁਰੀਆਂ ਫਿਰਦੀਆਂ ਅੱਧੀ 84 ਉੱਥੇ ਹੈ ਇਸੇ ਤਰ੍ਹਾਂ ਬਰਸਾਤ ਵਿੱਚ ਬੱਦਲਾਂ ਰਸਤੇ ਹਵਾ ਰਸਤੇ ਰੂਹਾਂ ਪਤਾ ਹੀ ਨਹੀਂ ਕਿੰਨੀਆਂ ਕੁ ਧੱਕੇ ਖਾ ਰਹੀਆਂ ਕਿਤੇ ਕਿਤੇ ਸਵਰਗ 'ਚੋਂ ਵੀ ਆ ਡਿੱਗਦੀਆਂ ਉਹਨਾਂ ਦਾ ਫਿਰ ਜਨਮ ਹੁੰਦਾ ਜਿੱਥੇ ਵਾਹਵਾ ਪੈਸਾ ਟਕਾ ਹੋਵੇ ਸੋਨਾ ਚਾਂਦੀ ਖਰਚ ਹੋਵੇ ਚੰਗਾ ਪੈਸਾ ਪੂਸਾ ਹੋਵੇ ਜਿਵੇਂ ਫੌਜ ਵਾਲੇ ਨਹੀਂ ਨੌਕਰੀ ਕਰਕੇ ਕੁਛ ਲੈ ਕੇ ਆਉਂਦੇ ਨੇ ਸਰਕਾਰ ਦਿੰਦੀ ਹੈ ਵੀ ਇੰਨੇ ਕੁ ਨਾਲ ਲੈ ਜਾਓ ਪਿਲਸਣ ਵੀ ਹੈ ਇਸੇ ਤਰ੍ਹਾਂ ਜਿਹੜਾ ਇੱਕ ਹਿੱਸਾ ਬਚਿਆ ਉਹ ਲੈ ਕੇ ਕਿਸੇ ਵੱਲ ਜਨਮ ਲੈ ਲਿਆ ਸਰੀਰ ਵੀ ਚੰਗਾ ਹੈ ਬਿਮਾਰੀ ਵੀ ਕੋਈ ਨਹੀਂ ਪੈਸਾ ਟਕਾ ਵੀ ਬਹੁਤ ਹੈ ਹੁਣ ਇੱਥੇ ਜੇਤਾ ਆ ਗਿਆ ਸੰਗਤ ਵੱਲ ਨੂੰ ਉਹ ਆਏਗਾ ਜਿਹੜਾ ਦੇਵਤੇ ਦੀ ਜੂਨ ਵਿੱਚ ਹੁੰਦਾ ਹੋਇਆ ਰੋਜ਼ ਅਰਦਾਸਾਂ ਕਰਦਾ ਸੀ ਕਿ ਹੇ ਮਹਾਰਾਜ ਮਨੁੱਖ ਜਨਮ ਮਿਲੇ ਇਹੋ ਜਿਹੇ ਥਾਂ 'ਤੇ ਮਿਲੇ ਸਾਧ ਸੰਗਤ ਮਿਲੇ ਗੁਰੂ ਦੇ ਸਿੱਖ ਬਣੀਏ ਉਹਨ 'ਤੇ ਮਿਲੇਗੀ ਸੰਗਤ ਜਿਹਨੇ ਇਹ ਬੇਨਤੀਆਂ ਕੀਤੀਆਂ ਹੀ ਨੇ ਸਿਮਰਨ ਦਾ ਮਤਲਬ ਅਰਦਾਸ ਇਸ ਦੇ ਹੀ ਕੁਛ ਸਿਮਰ ਦੇ ਬਾਰ ਬਾਰ ਮਹਾਰਾਜ ਇਹੋ ਜਿਹੀ ਥਾਂ 'ਤੇ ਜਨਮ ਮਿਲੇ ਕਿਤੇ ਗੁਰੂ ਘਰ ਜਾਣ ਦਾ ਸਮਾਂ ਮਿਲ ਜਾਏ ਇਹ ਨਹੀਂ ਆਉਂਦੇ ਵੀ ਅਸੀਂ ਦੁਨੀਆ 'ਤੇ ਆਈਏ ਆਹੋ ਫਿਰ ਜਨਮ ਲੈ ਲਿਆ ਫਿਰ ਵਿਆਹ ਹੋ ਗਿਆ ਫਿਰ ਮਰ ਗਿਆ ਘਰਦੇ ਨੇ ਫੂਕ ਦਿੱਤਾ ਇਹੋ ਜਿਹੇ ਤਾਂ ਕਈ ਉਹ ਜਨਮ ਭੋਗ ਪੋ ਕੇ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੀ ਮੁਕਤੀ ਨਾ ਹੋਈ ਮੁਕਤੀ ਬੜੀ ਔਖੀ ਗੱਲ ਹੈ ਸੋ ਇਸ ਕਰਕੇ ਉਹ ਸਿਮਰਨ ਯਾਦ ਕਰਦੇ ਨੇ ਕਿ ਈਸ਼ਵਰ ਸਾਨੂੰ ਇਹ ਮਨੁੱਖ ਜਨਮ ਦਿਓ ਕਿਉਂ ਇਹ ਤਰੱਕੀ ਦਾ ਦਰਵਾਜ਼ਾ ਹੈ ਉੱਥੇ ਹੈ ਨਹੀਂ ਉੱਥੇ ਜੋ ਮਿਲ ਗਿਆ ਮਿਲ ਗਿਆ ਜਿਵੇਂ ਕੋਈ ਪੜ੍ਹਦਾ ਹੈ ਪੜ੍ਹ ਕੇ ਹਟ ਗਿਆ ਕੋਈ ਕੰਮ ਮਾੜਾ ਮੋਟਾ ਮਿਲ ਗਿਆ ਫਿਰ ਪੜ੍ਹਾਈ ਥੋੜ੍ਹੀ ਹੁੰਦੀ ਹੈ
ਇਸੇ ਤਰ੍ਹਾਂ ਹੀ ਉਹ ਭੋਗਦੇ ਨੇ ਜਿਹੜੇ ਉਹਨਾਂ ਪੁੰਨ ਕੀਤੇ ਹੁੰਦੇ ਨੇ। ਜਿਹੜਾ ਦਾਨ ਕਰਦਾ ਬੰਦੇ ਦਾ ਵੱਧਦਾ, ਸਰੀਰ ਛੱਡਿਆ ਫਿਰ ਉਹਨੂੰ ਭੋਗਣ ਲੱਗ ਜਾਂਦਾ, ਮੁੱਕਣ ਲੱਗ ਜਾਂਦਾ। ਇਸੇ ਤਰ੍ਹਾਂ ਪਾਪ ਹੈ, ਜੇ ਸਰੀਰ ਛੱਡਿਆ ਫਿਰ ਉਹਨੂੰ ਪਾਪ ਨੂੰ ਭੋਗਣ ਲੱਗ ਜਾਂਦਾ, ਮੁੱਕਣ ਲੱਗ ਜਾਂਦਾ, ਕਦੇ ਨਾ ਕਦੇ ਮੁੱਕ ਹੀ ਜਾਂਦਾ। ਇਸ ਤਰ੍ਹਾਂ ਫਿਰ ਉਹਨੂੰ ਉਹ ਜਨਮ ਹੁੰਦਾ, ਕਈਆਂ ਦੇ ਕਹਿ ਜੇ, ਕਈਆਂ ਦੇ ਕਹਿ ਜੇ। ਇਸ ਕਰਕੇ ਸਿਮਰਨ ਕਰਦੇ ਨੇ ਕਿ ਸਾਨੂੰ ਇਹੋ ਜਿਹੀ ਥਾਂ 'ਤੇ ਕਿਤੇ ਮਨੁੱਖ ਜਨਮ ਮਿਲੇ, ਅਸੀਂ ਵੀ ਜੋ ਈਸ਼ਵਰ ਅਵਤਾਰ ਵਾਹਿਗੁਰੂ ਅਵਤਾਰ ਗੁਰੂ ਨਾਨਕ ਜੀ ਹਨ, ਇਹਨਾਂ ਦੇ ਸਿੱਖ ਬਣ ਕੇ ਇੰਨੀ ਬੰਦਗੀ ਕਰੀਏ, ਨਰਕ ਵੀ ਰੱਦ ਦੇਈਏ ਅਤੇ ਸਵਰਗ ਵੀ ਰੱਦ ਦੇਈਏ। ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਤੋਂ ਰਾਧੇ। ਇਸ ਤੋਂ ਅੱਗੇ ਨਿਕਲ ਜਾਈਏ, ਦੇਵਤਿਆਂ ਤੋਂ ਸਿੱਖ ਕਿਤੇ ਅੱਗੇ ਹੁੰਦਾ ਹੈ। ਰਹਿਤ ਮੇਰਾ ਵਿੱਚ ਪੱਕਾ ਹੋਵੇ, ਗੁਰਬਾਣੀ ਦਾ ਨਿਤਨੇਮ ਕਰਦਾ ਹੋਵੇ, ਸਿਮਰਨ ਕਰਦਾ ਹੋਵੇ, ਦੇਵਤੇ ਦੇ ਮੁਕਾਬਲੇ 'ਤੇ ਕੁਛ ਵੀ ਨਹੀਂ। ਇਸ ਕਰਕੇ ਬਾਣੀ ਵਿੱਚ ਦੱਸਿਆ ਉਹ ਅਰਦਾਸਾਂ ਕਰਦੇ ਨੇ, ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਪੰਜ ਹਰ ਕੀ ਸੇਵ। ਹੁਣ ਸਮਾਂ ਹੈ ਇਹਨੂੰ ਸਫਲਾ ਕਰਨ ਦਾ। ਇਸ ਕਰਕੇ ਸਾਡੇ ਗੁਰੂ ਜੀ ਸਾਨੂੰ ਦੱਸਦੇ ਹਨ, ਤੁਹਾਨੂੰ ਪਤਾ ਨਹੀਂ ਤੁਹਾਡੇ ਨਾਲ ਤੁਹਾਨੂੰ ਇਸ ਤਰ੍ਹਾਂ ਹੈ, ਜਿਵੇਂ ਕੋਈ ਕੁਮਾਰ ਸੀ, ਉਹ ਮਿੱਟੀ ਪੁੱਟੇ ਕਰੇ, ਉਹਨੇ ਉਹ ਖੋਤੇ ਲਾਏ ਹੋਏ ਸੀ, ਉਹਨੂੰ ਇੱਕ ਹੀਰਾ ਲੱਭਾ, ਉਹਨੇ ਖੋਤੇ 'ਤੇ ਗਲ ਪਾ ਛੱਡੇ। ਇੱਕੋ ਹੀ ਚੌਰੀ ਸੀ, ਉਹਨੇ ਦੇਖਿਆ ਵੀ ਆਹ ਹੀਰਾ ਤਾਂ ਕੀਮਤੀ ਹੈ, ਇਹਨੂੰ ਪਤਾ ਨਹੀਂ ਹੈ, ਚਲੋ ਲੈ ਲੈਂਦੇ। ਉਹ ਕਹਿੰਦਾ ਭਾਈ ਆ ਜਿਹੜਾ ਪੱਥਰ ਗਲ 'ਚ ਪਾਇਆ ਇਹ ਖੋਤੇ 'ਤੇ, ਤਾਂ ਕੀ ਲੈਣਾ ਹੈ? ਕਹਿੰਦਾ ਜੋ ਮਰਜ਼ੀ ਦੇ ਦੇ। ਫਿਰ ਵੀ ਤੂੰ 5 ਰੁਪਈਏ, ਉਹਨੇ ਆਪਣੇ ਨੂੰ ਬੜਾ ਮਾੜਾ ਮੰਗਿਆ, ਉਹਨੂੰ ਪਤਾ ਹੀ ਨਹੀਂ ਸੀ ਵੀ ਅਰਬਾਂ ਦਾ। ਉਹਨੇ ਲੈ ਲਿਆ ਜੌਹਰੀ ਨੇ। ਹੁਣ ਜੌਹਰੀ ਜਿਹਦੇ ਕੋਲ ਲੈ ਜਾ ਹੀਰਾ ਆਪਣੀ ਦੁਕਾਨ 'ਤੇ, ਤਾਂ ਹੀਰਾ ਫਟ ਗਿਆ। ਬੜਾ ਪਛਤਾਉਂਦਾ ਵੀ ਅਰਬਾਂ ਦਾ ਹੀਰਾ ਮਿਲਿਆ ਵੀ ਸਸਤਾ, ਇਹਦੇ ਟੋਟੇ ਕਿਉਂ? ਇਹ ਬੜਾ ਪਛਤਾ ਪਛਤਾ ਕੇ ਹੁਣ ਸੁਪਨੇ ਜੀ ਹੀਰੇ ਨੇ ਸੁਣਾ ਦਿੱਤਾ, ਕਹਿੰਦੇ ਦੇਖ ਜੌਹਰੀ ਤੈਨੂੰ ਪਤਾ ਸੀ ਇਹ ਅਰਬਾਂ ਦਾ ਹੈ, ਤੂੰ ਮੁੱਲ ਘੱਟ ਪਾਇਆ, ਤੂੰ ਉਹਦੀ ਗਰੀਬੀ ਕੱਟ ਦੇਣੀ ਸੀ। ਕਹਿੰਦੇ ਖੋਤੇ ਦੇ ਗਲ 'ਚ ਕਿਉਂ ਨਹੀਂ ਫਟਿਆ? ਉਹਨੂੰ ਪਤਾ ਹੀ ਨਹੀਂ ਸੀ, ਤੈਨੂੰ ਪਤਾ ਸੀ ਤੂੰ ਮੁੱਲ ਘੱਟ ਪਾਇਆ, ਇਸ ਕਰਕੇ ਮੈਂ ਤੇਰੇ ਕੋਲ ਨਹੀਂ ਰਿਹਾ। ਜਿਹਨਾਂ ਨੂੰ ਇਹ ਪਤਾ ਹੈ ਮਨੁੱਖ ਜਨਮ ਕਿੰਨਾ ਕੀਮਤੀ ਹੈ, ਇਹਨਾਂ ਦੇ ਹੱਥੋਂ ਚਲੇ ਜਾਣਾ, ਜੌਹਰੀ ਵਾਂਗੂ ਰੋ ਰੋ ਮਰਨਾ, ਇਹਨਾਂ ਰੂਹਾਂ ਨੇ ਕੱਖ ਨਹੀਂ ਹੱਥ ਪੱਲੇ। ਸੋ ਇਸ ਕਰਕੇ ਰੱਬ ਕਹਿੰਦਾ ਹੈ ਉਹਨਾਂ ਨੂੰ ਤਾਂ ਪਤਾ ਨਹੀਂ, ਕੁਛ ਇਹੋ ਜਿਹੇ ਲੋਕ ਨੇ ਵੀ ਇਹ ਮਨੁੱਖ ਜਨਮ ਕਿੰਨਾ ਕੀਮਤੀ ਹੈ, ਬਸ ਪਸ਼ੂਆਂ ਵਰਗੀ ਜਿੰਦੀ ਜ਼ਿੰਦਗੀ, ਬਿਨ ਬੁੱਝੇ ਪਸ਼ਟੋਰ ਜੂਨੀ ਪਰਮ 'ਤੇ ਰੋਟੀ ਖਾ ਲਈ, ਸੌਂ ਗਏ, ਫਿਰ ਉੱਠ ਪਏ, ਫਿਰ ਖਾ ਲਈ, ਫਿਰ ਸੌਂ ਗਏ, ਖੋਤਿਆਂ ਵਰਗਾ ਹੈ ਹਿਸਾਬ ਕਿਤਾਬ ਜਿਹਾ। ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਦੋ ਲੱਤਾਂ ਵਾਲੇ ਖੋਤੇ, ਗੁਣ ਹੈ ਕੋਈ ਨਹੀਂ, ਸਿਮਰਨ ਹੈ ਕੋਈ ਨਹੀਂ, ਭਜਨ ਹੈ ਕੋਈ ਨਹੀਂ, ਬਸ ਜ਼ਿੰਦਗੀ ਲੰਘਦੀ ਜਾ ਰਹੀ ਹੈ। ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਨਿਰਾ ਹੀ ਹੰਕਾਰ ਇਕੱਠਾ ਕੀਤਾ, ਹੋਰ ਪੱਲੇ ਕੁਛ ਵੀ ਨਹੀਂ। ਤੁਸੀਂ ਪਤਾ ਹੈ ਇਹ ਇਤਨਾ ਕੀਮਤੀ ਹੈ, ਇਹਦੇ ਨਾਲ ਨਾਮ ਵੱਲ ਨਹੀਂ ਧਿਆਨ ਦਿੱਤਾ ਤਾਂ ਇਹ ਸਰੀਰ ਰਹੇਗਾ ਨਹੀਂ, ਫਿਰ ਕੀ ਰਹੇਗਾ ਪਛਤਾਵਾ। ਇਸ ਕਰਕੇ ਗੁਰਬਾਣੀ ਦਾ ਇੱਕ ਇੱਕ ਬਚਨ ਉਹ ਬੜੀ ਗਹਿਰੀ ਗੱਲ ਹੈ, ਉਹਦੀ ਵਿਆਖਿਆ ਭਾਵੇਂ ਸਾਰੀ ਉਮਰ ਕਰੀ ਜਾਓ ਇੱਕ ਗੱਲ ਹੀ ਨਹੀਂ ਮੁੱਕਣੀ। ਇਸ ਦੇ ਕੋ ਸਿਮਰੈ ਦੇਵ, ਇਹ ਜਿਹੜਾ ਹੈ ਨਾ ਗੁਰ ਸੇਵਾ ਅਤੇ ਭਗਤ ਕਮਾਈ, ਭਗਤੀ ਕਰਨ ਵਾਸਤੇ, ਗੁਰੂ ਦੀ ਸੇਵਾ ਕਰਨ ਵਾਸਤੇ, ਸੰਗਤ ਦੀ ਸੇਵਾ ਕਰਨ ਵਾਸਤੇ ਇਹ ਮਿਲੀ ਹੈ ਮਨੁੱਖ ਜਨਮ। ਹੁਣ ਜੇ ਨਹੀਂ ਕਰਦਾ ਮਹਾਰਾਜ ਫਿਰ ਦੂਜੇ ਤਰ੍ਹਾਂ ਵੀ ਕਹਿੰਦੇ, ਕਹਿੰਦੇ ਤਾਂ ਗਾਫਲ ਹੈ, ਇਹ 'ਤੇ ਕੋਈ ਹੋਸ਼ ਹੀ ਨਹੀਂ ਹੈ। ਫਿਰ ਇਉਂ ਦੱਸਿਆ ਹੈ, ਜਿਹੜੀ ਦੇਹੀ ਨੂੰ ਲੋਚ ਦਿਨ ਦੇਵਤੇ, ਦੇਹੀ ਮਿਲ ਗਈ ਗਾਫਲਾ, ਦੇਹੀ ਨੂੰ ਲੋਚ ਦਿਨ ਦੇਵਤੇ, ਉਹਨੇ ਦੇਹੀ ਮਿਲ ਗਈ ਗਾਫਲਾ, ਦੇਹੀ ਨੂੰ ਲੋਚ ਦੇ ਦੇਵਤੇ, ਉਹ ਦੇਹੀ
ਸਿਮਰਾ ਦੇਵ ਵੱਡੇ ਵੱਡੇ ਦੇਵਤੇ ਚਾਹੁੰਦੇ ਨੇ ਸਾਨੂੰ ਮਿਲ ਜਾਏ, ਅਸੀਂ ਈਸ਼ਵਰ ਦੀ ਬੰਦਗੀ ਕਰੀਏ, ਕੋਈ ਉੱਚੀ ਪਦਵੀ ਹਾਸਲ ਕਰੀਏ, ਕਿਉਂਕਿ ਦੇਵਤੇ ਵੀ ਜੰਮਣ ਮਰਨ ਵਿੱਚ ਹੀ ਨੇ। ਅੱਗੇ ਨਿਕਲੀਏ, ਜਿਨ੍ਹਾਂ ਕੋਲ ਹੈ ਉਹਨਾਂ ਨੂੰ ਕਦਰ ਹੀ ਨਹੀਂ। ਸੋ ਦੇਹੀ ਭਜ ਹਰ ਕੀ ਜੇ ਭਜੋ ਗੋਬਿੰਦ ਭੂਲ ਮਤ ਜਾ। ਇਹ ਕਿ ਸਿਮਰਨ ਕਿੰਨਾ ਕੁ ਚਿਰ ਕਰਨਾ ਚਾਹੀਦਾ? ਗੁਰੂ ਸਾਹਿਬ ਕਹਿੰਦੇ ਭੁੱਲੋ ਹੀ ਨਾ, ਇਹ ਕੋਈ ਭੁਲਾਉਣ ਵਾਲੀ ਵਸਤੂ ਹੈ। ਇਸ ਦੇਹੀ ਕੋ ਸਿਮਰਾ ਦੇਵ ਸੋ ਦੇਹੀ ਭਜਾ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾ, ਮਾਨਸ ਜਨਮ ਕਾ ਇਹੀ ਲਾਹੋ। ਜਿਵੇਂ ਇਸਨੇ ਜੋ ਵੀ ਸੰਸਾਰ ਵਿੱਚ ਕੀਤਾ, ਬਹੁਤ ਧਨ ਕਮਾਇਆ, ਹੋਰ ਵਿੱਦਿਆ ਪੜ੍ਹੀਆਂ, ਬਹੁਤ ਕੁਛ ਕੀਤਾ, ਜਦੋਂ ਮਿੱਤੂ ਹੋਇਆ ਕੀ ਇਹਦੇ ਨਾਲ ਚੱਲਿਆ? ਕੁਛ ਵੀ। ਕਹਿੰਦ ਕਬੀਰ ਕਿਸ ਗੁਣ ਵਿਚਾਰ, ਚੱਲੇ ਜਵਾਰੀ ਦੋਏ ਹੱਥ ਚਾਰ। ਇੱਕ ਸਿਕੰਦਰ ਹੋਇਆ, ਸਿਕੰਦਰ ਕਈ ਹੋਏ, ਸਿਕੰਦਰ ਲੋਧੀ, ਸ਼ਰੀਆ ਦਾ ਬਾਦਸ਼ਾਹ ਸਿਕੰਦਰ। ਇਹ ਸਿਕੰਦਰ ਉਹ ਸੀ ਜਿਹੜਾ ਦੁਨੀਆਂ ਨੂੰ ਜਿੱਤਦਾ ਫਿਰਦਾ ਸੀ। ਇਹ ਕਦੀ ਹਾਥੀ 'ਤੇ ਨਹੀਂ ਸੀ ਚੜਿਆ, ਕਹਿੰਦਾ ਇਹਦੇ 'ਤੇ ਲਗਾਮ ਹੀ ਹੈ, ਘੋੜੇ 'ਤੇ ਚੜ੍ਹਦਾ ਸੀ। 5,000 ਫੌਜ ਇਹਦੇ ਅੱਗੇ ਅੱਗੇ, ਬਾਕੀ ਇਹਦੇ ਪਿੱਛੇ, ਸੱਜੇ ਖੱਬੇ, ਦੁਨੀਆ ਲੁੱਟਦਾ ਫਿਰਦਾ। ਸੋ ਇਹ ਛੋਟੀ ਉਮਰ ਵਿੱਚ ਹੀ ਇਹਦੇ ਮਨ 'ਚ ਇਹੋ ਜਿਹਾ ਫਤੂਰ ਉੱਠਿਆ। ਜਿਸ ਮਹਾਤਮਾ ਕੋਲ ਰਹਿੰਦਾ ਉਹਦਾ ਸੁਭਾਅ ਤਾਂ ਚੰਗਾ ਸੀ, ਉਹ ਕਹਿੰਦਾ ਸੀ ਬੰਦਗੀ ਕਰ, ਇਹ ਇੱਧਰ ਲੱਗ ਗਿਆ। ਸੋ ਇਸੀ ਤਰ੍ਹਾਂ 12 ਕੁ ਸਾਲ ਬੀਤ ਗਏ ਇਹਨਾਂ ਕੰਮਾਂ ਵਿੱਚ, ਲੋਕਾਂ ਨੂੰ ਲੁੱਟ ਲੁੱਟ ਕੇ ਧਨ ਇਕੱਠਾ ਕਰਦਿਆਂ। ਨਾਵਲਕੁੰਡੀ ਦੀ ਬੰਦਰਗਾਹ ਪਾਰ ਹੋਣ ਲੱਗਾ, ਗਰਮੀ ਸੀ, ਸਰਦ ਗਰਮ ਹੋ ਗਿਆ, ਬੁਖਾਰ ਹੋ ਗਿਆ, ਬੁਖਾਰ ਜ਼ਿਆਦਾ ਹੀ ਸੀ। ਬੁਖਾਰ ਕਈ ਕਿਸਮ ਦਾ ਹੁੰਦਾ, ਖੁਸ਼ੀ ਨਾਲ ਵੀ, ਗਮੀ ਨਾਲ ਵੀ, ਨਿੰਦਰੇ ਨਾਲ ਵੀ, ਜ਼ਿਆਦਾ ਸੌਣ ਨਾਲ ਵੀ, ਇਹਦੇ ਕਈ ਕਾਰਨ ਹੁੰਦੇ। ਸਿਰ ਦੀ ਗਰਮੀ ਨਾਲ ਵੀ ਹੁੰਦਾ। ਤੋ ਇਹਦੇ ਨਾਲ ਜੋ ਜੋਸ਼ਤੀ ਲੋਕ ਸੀ ਉਹਨੂੰ ਪੁੱਛਦਾ ਹੈ, ਦੇਖੋ ਬੋਲਾ ਮੇਰੀ ਉਮਰ ਬਾਕੀ ਕਿੰਨੀ ਕੁ ਹੈ? ਅਜੇ 32-34 ਸਾਲ ਦੀ ਉਮਰ ਸੀ, ਜ਼ਿਆਦਾ ਨਹੀਂ ਸੀ। ਉਹਨਾਂ ਨੇ ਆਪਣਾ ਅਨੁਮਾਨ ਲਾ ਕੇ ਕਹਿਣ ਲੱਗੇ, ਸਰਕਾਰ ਸਿੱਧੀ ਗੱਲ ਤਾਂ ਦੱਸੀ ਨਾ ਵੀ ਕੰਮ ਨੇੜੇ ਹੀ ਹੈ। ਕਹਿੰਦੇ ਜਦੋਂ ਧਰਤੀ ਲੋਹੇ ਦੀ ਹੋਏਗੀ, ਅਸਮਾਨ ਸੋਨੇ ਦਾ ਹੋਏਗਾ, ਉਦੋਂ ਬਸ ਕੁਛ ਘੜੀਆਂ ਬਾਅਦ, ਐਂ ਘੜੀ ਦੋ ਬਸ, ਘੜੀ 24.5 ਮਿੰਟ ਦੀ, ਤੁਸੀਂ ਮ੍ਰਿਤੂ ਹੋਣਾ। ਅੱਛਾ, ਕਦੋਂ ਧਰਤੀ ਲੋਹੇ ਦੀ ਹੋਏਗੀ, ਕਦੋਂ ਅਸਮਾਨ ਸੋਨੇ ਦਾ ਹੋਏਗਾ? ਅਜੇ ਬੜੀ ਲੰਮੀ ਉਮਰ ਹੈ, ਆਮ ਸਭ ਦੇ ਹੀ ਹੁੰਦਾ, ਪਤਾ ਨਹੀਂ ਅਜੇ ਕਿੰਨੀ ਉਮਰਾਂ, ਕੁਛ ਨਹੀਂ ਹੈ, ਸੰਭਾਲੋ ਇਹਨਾਂ ਨੂੰ। ਥੋੜ੍ਹਾ ਹੀ ਅੱਗੇ ਗਿਆ, ਬੁਖਾਰ ਹੋਰ ਤੇ, ਕਹਿੰਦੇ ਦੇਖੋ ਫੜ ਕੇ ਲਟਾਓ ਧਰਤੀ 'ਤੇ, ਛੇਤੀ ਛੇਤੀ ਲੁਟਾਇਆ। ਹੁਣ ਉੱਥੇ ਇਹੋ ਜਿਹੀ ਇਲਾਕਾ ਹੈ, ਨਾ ਕੋਈ ਦਰਖਤ ਹੈ, ਨਾ ਘਾਹ ਹੈ, ਰੇਤਲੀ ਜਿਹੀ ਜ਼ਮੀਨ ਹੈ, ਲੋਹੇ ਦੇ ਜਿਹੜੇ ਵਸਤਰ ਹੇਠਾਂ ਸੁੱਟੇ ਉੱਤੇ ਪਾਇਆ,
ਉਹ ਸੋਨੇ ਦੀਆਂ ਢਾਲਾਂ ਸੀ, ਛਾਂ ਕਰ ਦਿੱਤੀ ਬਰਸ਼ੇ 'ਤੇ ਟੰਗ ਧੁੱਪ ਪੈ ਰਹੀ ਸੀ, ਅੱਖਾਂ ਖੁੱਲੀਆਂ, ਸੋਨਾ ਅਸਮਾਨ ਸੋਨੇ ਦਾ ਕਿਰਨਾ, ਘਬਰਾ ਕੇ ਥੱਲੇ ਹੱਥ ਮਾਰਿਆ ਧਰਤੀ ਲੋਹੇ ਦੀ, ਜਿੱਧਰ ਦੇਖ ਕੇ ਲੋਹਿਆ ਜਰੇ ਵਸਤਰ ਵਿਛੇ ਸੀ। ਅਨੰਤਮ ਸਮਾਂ ਯਾਦ ਆ ਗਿਆ, ਕਹਿੰਦਾ ਦੇਖੋ ਜਿੰਨਾ ਮੈਂ ਤਨ ਲੁੱਟਿਆ 12 ਸਾਲਾਂ ਵਿੱਚ, ਮੈਂ ਚੌਥਾ ਹਿੱਸਾ ਦੇਣ ਵਾਸਤੇ ਤਿਆਰ ਹਾਂ। ਮੇਰਾ ਜੀ ਕਰਦਾ ਮੈਂ ਆਪਣੀ ਮਾਂ ਨੂੰ ਮਿਲਾਂ, 12 ਸਾਲ ਹੋ ਗਏ ਘਰੋਂ ਨਿਕਲਿਆ, ਤੋ ਕੋਈ ਉਮਰ ਵਧਾ ਦੇਵੇ। ਸਾਰੇ ਕਹਿੰਦੇ ਨਹੀਂ ਸਰਕਾਰ, ਅੱਛਾ ਮੈਂ ਅੱਧਾ ਦੇ ਦੇਵਾਂ। ਕੋਈ ਉਮਰ ਵਧਾ ਦੇਵੇ, ਕਹਿੰਦੇ ਤਾਂ ਨਹੀਂ ਹੋ ਸਕਦਾ। ਜਿਹਨਾਂ ਅਨੁਮਾਨ ਲਾ ਕੇ ਦੱਸਿਆ ਜੀ, ਕਹਿੰਦੇ ਦੇਖੋ ਮੈਂ ਲਿਖ ਕੇ ਦੇ ਦਿੰਦਾ, ਸਾਰਾ ਹੀ ਤਨ ਦੇ ਦੇਣਾ, ਉਮਰ ਵਧੇਗੀ। ਕਹਿੰਦੇ ਨਹੀਂ ਸਰਕਾਰ, ਸਾਰੇ ਇੱਕ ਜ਼ਬਾਨ ਵਿੱਚ ਕਹਿ ਰਹੇ ਉਮਰ ਨਹੀਂ ਵਧੇਗੀ, ਬਸ ਕੜੀ ਕੁ ਬਾਕੀ ਹੈ, ਤੁਸੀਂ ਜਾਈ ਰਾਈ। ਅੱਛਾ ਕਹਿੰਦਾ ਜਿਹੜਾ ਤਨ ਲੁੱਟਿਆ ਹੈ ਢੇਰ ਲਾਓ, ਵਸਤਰਾਂ ਦਾ ਢੇਰ, ਚਾਂਦੀ ਦਾ ਢੇਰ, ਚਾਂਦੀ ਦੇ ਰੁਪਿਆਂ ਦਾ ਢੇਰ, ਸੋਨੇ ਦਾ ਢੇਰ, ਹੀਰਿਆਂ ਦਾ ਢੇਰ, ਜਿਹੜੇ ਬੜੇ ਬੜੇ ਕੀਮਤੀ ਸ਼ਾਸਤਰ ਹਥਿਆਰ ਲੁੱਟੇ ਸੀ, ਉਹਨਾਂ 7 ਢੇਰੀਆਂ ਵੱਡੀਆਂ ਵੱਡੀਆਂ ਲਾਈਆਂ। ਕਹਿੰਦਾ ਮੈਨੂੰ ਥੋੜ੍ਹਾ ਜਿਹਾ ਬਾਹਾਂ ਤੋਂ ਫੜ ਕੇ ਦਿਖਾਓ ਉੱਚੇ ਥਾਂ। ਫੜ ਫੜ ਕੇ ਉਹਨਾਂ ਘੋੜੇ 'ਤੇ ਚੜਾਇਆ, ਦੇਖੋ ਸਰਕਾਰ 7 ਢੇਰ ਨੇ ਵੱਡੇ ਵੱਡੇ। ਅੱਛਾ ਹੁਣ ਕਹਿੰਦੇ ਛੇਤੀ ਥੱਲੇ ਸੁੱਟੋ, ਕਿਉਂਕਿ ਟਾਈਮ ਥੋੜ੍ਹਾ ਸੀ। ਕਹਿਣ ਲੱਗੇ ਦੇਖੋ ਹੁਣ ਮੈਂ ਚੱਲਿਆ, ਇਤਨਾ ਤਨ ਲੁੱਟਿਆ ਮੇਰੇ ਕਿਸੇ ਕੰਮ ਨਹੀਂ, ਤਾਂ ਮੇਰੇ ਤੋਂ ਲੋਕ ਇੱਕ ਸ਼ਿਕਸ਼ਾ ਲੈ ਦੇਣ, ਜਦੋਂ ਤੁਸੀਂ ਮੈਨੂੰ ਲੈ ਕੇ ਜਾਓਗੇ ਦੱਬਣ ਵਾਸਤੇ, ਮੇਰੇ ਦੋਵੇਂ ਹੱਥ ਪਾਰ ਕੱਢ ਦੇਣੇ ਕੱਫਣ ਤੋਂ, ਲਮਕਦੇ ਹੱਥ ਲੋਕ ਦੇਖਣ ਕਿ ਦੁਨੀਆਂ ਲੁੱਟਣ ਵਾਲਾ ਸਿਕੰਦਰ ਬਾਦਸ਼ਾਹ ਖਾਲੀ ਹੱਥ ਜਾ ਰਿਹਾ, ਕੁਛ ਵੀ ਨਹੀਂ ਹੈ। ਤੋ ਕਹਿੰਦੇ ਠੀਕ ਹੈ, ਜਦੋਂ ਤੁਸੀਂ ਦੱਬ ਦਿਓਗੇ ਉੱਥੇ ਇੱਕ ਮੜੀ ਬਣਾ ਦੇਣੀ, ਉਹਦੇ ਉੱਤੇ ਇੱਕ ਗੱਲ ਲਿਖ ਦੇਣੀ, ਇੱਧਰ ਹੀ ਹੈ ਅਰਬ ਦੇਸ਼, ਇੱਧਰ ਇਲਾਕਿਆਂ ਵੱਲ ਹੈ, ਉੱਥੇ ਉੱਤੇ ਲਿਖਿਆ ਹੋਇਆ ਉਹਦੀ ਕਬਰ 'ਤੇ ਕਿ ਜਦੋਂ ਜੰਗਲ ਦਾ ਸ਼ੇਰ ਮਿਰਤੂ ਹੁੰਦਾ ਹੈ ਤਾਂ ਗਿੱਦੜ ਪੂਛਲ ਚੁੱਕ ਕੇ ਚੱਲਦੇ ਹੁੰਦੇ ਨੇ, ਇਹ ਤੁਸੀਂ ਲਿਖ ਦਿਓ ਬਸ। ਐਸਾ ਹੀ ਹੋਇਆ, ਕਹਿਤ ਕਬੀਰ ਕਿਸ ਗੁਣ ਵਿਚਾਰ, ਚੱਲੇ ਜੁਹਾਰੀ ਦੋਏ ਹੱਥ ਚਾੜ। ਇੱਕ ਬੰਦਾ ਸੀ ਇਹੋ ਜਿਹਾ, ਉਹਦੇ ਮਨ 'ਚ ਬੜਾ ਫਤੂਰ ਉੱਠਿਆ, ਸਿਕੰਦਰ ਨੂੰ ਵੱਧ ਘੱਟ ਬੋਲਦਾ, ਕਹਿੰਦਾ ਜੇ ਮੈਂ ਹੁੰਦਾ ਡਾਂਗਾਂ ਨਾਲ ਹੀ ਮਾਰ ਦੇਣਾ ਸੀ। ਕਹਿੰਦੇ ਬੜੇ ਬੜੇ ਰਾਜੇ ਮਹਾਰਾਜੇ ਤਾਂ ਉਹਨੇ ਮਿੱਟੀ 'ਚ ਮਿਲਾ ਦਿੱਤੇ, ਤੂੰ ਕਿਹਦਾ ਵਿਚਾਰਾ। 5000 ਫੌਜ ਅੱਗੇ ਅੱਗੇ ਚੱਲਦੀ ਸੀ, 1000 ਫੌਜ ਪਿੱਛੇ ਚੱਲਦੀ ਸੀ, ਉਹ ਵਿੱਚ ਘੋੜੇ 'ਤੇ ਚੱਲਦਾ, ਉਹਦੇ ਤੱਕ ਪਹੁੰਚਣਾ ਹੀ ਬੜਾ ਔਖਾ ਸੀ। ਅੱਛਾ ਚੱਲ ਮੈਂ ਤੈਨੂੰ ਉਹਦੀ ਮੜੀ ਵਿਖਾ ਕੇ ਲਿਆਵਾਂ, ਉਹਦੇ 'ਤੇ ਲਿਖਿਆ ਹੈ ਜੰਗਲ ਦਾ ਸ਼ੇਰ ਮਰ ਜਾਏ ਤਾਂ ਗਿੱਦੜ ਪੂਛਲ ਚੁੱਕ ਕੇ ਚੱਲਦੇ ਹੁੰਦੇ ਨੇ, ਆਪਣੇ ਆਪ ਨੂੰ ਗਿੱਦੜ ਸਮਝ ਕੇ ਉਹ ਬੰਦਾ ਚੁੱਪ ਕਰਕੇ ਵਾਪਸ ਆ ਗਿਆ। ਤੋ ਇਤਨੀ ਉਹਦੀ ਤਾਂਘ ਪਈ ਹੋਈ ਸੀ। ਬਾਗ ਸਾਵੇ ਸੋਹਣੇ ਚੱਲੇ ਹੁਕਮ ਫਾਰ, ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਚਿਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਣ ਗਿਆ। ਕੀ ਰਹਿ ਗਿਆ ਪੱਲੇ, ਕੀ ਚੱਲਿਆ ਕੁਛ ਨਾਲ, ਜੋ ਜਾਣਾ ਸੀ ਸਾਥ ਨਾ ਚੱਲ ਲੈ ਬਿਨ ਭਜਨ। ਇਹਨੂੰ ਭਜਨ ਕਹਿੰਦੇ ਜਿਹੜੇ ਜਿਹਦੇ ਤੋਂ ਸਾਨੂੰ ਸੰਗਾ ਲਾਉਂਦੀ ਲੱਗਦੀ ਹੈ ਵੀ ਜੇ ਅਸੀਂ ਜ਼ਬਾਨ ਹਿਲਾ ਦਿੱਤੀ ਤਾਂ ਸਾਡਾ ਭਲਾ ਹੋ ਜਾਣਾ, ਭਲਾ ਅਸੀਂ ਚਾਹੁੰਦੇ ਹੀ ਨਹੀਂ। ਗੱਲ ਆ ਹੈ ਸਾਥ ਨਾ ਚੱਲ ਲੈ ਬਿਨ ਭਜਨ, ਇਹਨੂੰ ਕਹਿੰਦੇ ਨੇ ਭਜਨ ਗਾਉਣੇ, ਭਜਨ ਸੁਣਨੇ, ਗੁਰੂ ਮਹਾਰਾਜ ਦੀ ਜੂਰੀ ਵਿੱਚ ਜਾਣਾ, ਇਹ ਭਜਨ ਗਾਏ ਜਾ ਰਹੇ ਨੇ। ਤੁਮਰੇ ਭਜਨ ਕੱਟੇ ਜਮ ਫਾਸਾ ਭਗਤ ਏਤ ਗਾਵੈ ਰਵਿਦਾਸ, ਇਹ ਅਸੀਂ ਜ਼ਬਾਨ ਹਿਲਾਉਣੀ ਬੈਠੇ ਰਹਿਣਾ ਜਿਵੇਂ ਜੀਬਾ ਹੁੰਦੀ ਨਹੀਂ। ਸਾਥ ਨਾ ਚੱਲ ਲੈ ਬਿਨ ਭਜਨ, ਇਹ ਨਾਲ ਜਾਣ ਵਾਲੀ ਚੀਜ਼ ਹੈ। ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਉਣਾ ਨਾ ਤਨ ਨਾਨਕ ਇਹ ਤਨ ਸਾਰ, ਸਿਮਰਨ ਵਾਹਿਗੁਰੂ ਵਾਹਿਗੁਰੂ, ਜਾਂ ਗੁਰੂ ਨਾਰਾਇਣ ਨਾਰਾਇਣ ਕਰੀ ਜਾਂਦਾ ਗੁਰੂ ਰਾਮ, ਰੱਬ ਦੇ ਨਾਂ ਅਨੰਤ ਨੇ, ਇੱਕ ਨਹੀਂ ਹੈ। ਸੋ ਜਿੱਥੇ ਬੂਟਾ ਲੱਗੇ ਉੱਥੇ ਪਾਣੀ ਪਾ ਦਿੱਤਾ ਜਾਏ, ਵੱਡਾ ਹੋ ਜਾਏ ਪੁੱਟ ਕੇ ਦੂਜੇ ਥਾਵਾਂ ਨਾ ਸੁੱਕੇ ਜਾਂ ਹਰਾ ਰਹੇ, ਵਾਹਿਗੁਰੂ ਜਾਣੇ। ਸੋ ਜਿਹੜਾ ਸਿਮਰਨ ਕਰਦਾ ਹੈ ਉਹ ਦਿਨ ਰਾਤ ਕਰੀ ਜਾਏ, ਤਕੜਾ ਹੋ ਕੇ ਕਰੇ, ਉਹਦਾ ਇਹ ਧਨ ਬਣ ਜਾਏਗਾ,
ਉਹ ਫਿਰ ਉਹਦੇ ਨਾਲ ਜਾਏਗਾ, ਜਿੱਥੇ ਵੀ ਰੂਹ ਜਾਏਗੀ ਉੱਥੇ ਨਾਲ ਜਾਏਗਾ, ਜਿੱਥੇ ਵੀ ਜਾਏਗੀ ਨਾਲ ਜਾਏਗਾ। ਇਸ ਕਰਕੇ ਮਹਾਰਾਜ ਫਰਮਾਨ ਕਰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੁੱਲ ਮਤ ਜਾਓ, ਕਈ ਚੀਜ਼ਾਂ ਭੁੱਲ ਜਾਂਦੀਆਂ ਨੇ, ਕਹਿੰਦੇ ਇਹ ਨਹੀਂ ਭੁੱਲਣਾ ਚਾਹੀਦਾ, ਬਾਕੀ ਸਭ ਕੁਛ ਭੁੱਲ ਜਾਏ। ਧਨ ਦੌਲਤ ਦੀਆਂ ਪੁੱਤਰ ਆਪਣਾ ਸਰੀਰ ਸਭ ਕੁਛ ਭੁੱਲ ਜਾਏ, ਪਰ ਰੱਬ ਦਾ ਨਾਂ ਨਾ ਭੁੱਲੇ, ਇਹਨੇ ਸਾਥ ਦੇਣਾ ਹੈ। ਜੇ ਇਹ ਹੀ ਭੁੱਲ ਗਿਆ, ਬਾਕੀ ਬਹੁਤ ਚੇਤਾ ਦੁਨੀਆ 'ਤੇ, ਤਾਂ ਸਮਝ ਲੈਣਾ ਕੁਛ ਵੀ ਨਹੀਂ ਚੇਤਾ, ਚੇਤਾ ਹੈ ਹੀ ਨਹੀਂ। ਚਾਰ ਅੱਖਰ ਯਾਦ ਰਹਿ ਜਾਣ, ਯਾਦ ਹੀ ਹੈ। ਭਜੋ ਗੋਬਿੰਦ ਭੁੱਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਭ। ਦੁਨੀਆ 'ਤੇ ਬੜੇ ਆਏ ਚਲੇ ਗਏ, ਬੜੇ ਆਏ ਚਲੇ ਗਏ, ਆ ਰਹੇ ਨੇ ਜਾ ਰਹੇ ਨੇ, ਆਉਣਗੇ ਚਲੇ ਜਾਣਗੇ। ਸੋ ਇਹ ਵਿਚਾਰ ਕਰਨੀ ਚਾਹੀਦੀ ਹੈ, ਆਪਣੇ ਵੱਡੇ ਬਜ਼ੁਰਗ ਜਿਹੜੇ ਸੀ ਕੀ ਲੈ ਗਏ, ਕੁਛ ਲੈ ਗਏ, ਸਰੀਰ ਵੀ ਨਹੀਂ ਲੈ ਗਏ, ਆਪਾਂ ਕੀ ਲੈ ਜਾਵਾਂਗੇ। ਸੋ ਇਹ ਜਾਣ ਵਾਲਾ ਕੀ ਸੀ, ਆ ਨਾਮ ਤਦੇ ਉਹ ਦੱਸਿਆ ਹੈ, ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ। ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ। ਉੱਥੇ ਨੰਦ ਸਹਿਤਾ ਕਰਨੀ, ਉੱਥੇ ਨੰਦ ਸਹਿਤਾ ਕਰਨੀ, ਉੱਥੇ ਨਾਮ ਸਹਿਤਾ ਕਰਨੀ, ਉੱਥੇ ਨਾਮ ਸਹਿਤਾ ਕਰਨੀ। ਉੱਥੇ ਨਾਮ ਸਹਿਤਾ ਕਰਨੀ, ਉੱਥੇ ਨਾਮ ਸਹਿਤਾ ਕਰਨੀ। ਜਿੱਥੇ ਨਾ ਕੋਈ ਮਾਤ ਪਿਤਾ, ਜਿੱਥੇ ਨਾ ਕੋਈ ਮਾਤ ਪਿਤਾ। ਜੇ ਮਾਤ ਪਿਤਾ ਸਤਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਾਈ। ਜਿਨ੍ਹਾਂ ਨੂੰ ਸੋਝੀ ਪਈ ਸੰਸਾਰ ਵਿੱਚ ਆ ਕੇ, ਉਹਨਾਂ ਲੋਕਾਂ ਨੇ ਬੜੀ ਬੰਦਗੀ ਕੀਤੀ, ਬੜਾ ਸਿਮਰਨ ਕੀਤਾ। ਇੱਕ ਸਾਖੀ ਆਉਂਦੀ ਹੈ ਕਿ ਸ਼ਿਵਜੀਆਂ ਨੇ ਅਮਰ ਕਥਾ ਸੁਣਾਈ, ਪਾਰਵਤੀ ਸੌਂ ਗਈ, ਇੱਕ ਤੋਤਾ ਬੱਚਾ ਸੁਣਦਾ ਰਿਹਾ, ਉਹਨੂੰ ਸੁੱਖ ਕਹਿੰਦੇ ਨੇ, ਸੁੱਖ ਮਤਲਬ ਤੋਤਾ। ਭਾਵੇਂ ਸ਼ਿਵਜੀ ਨੇ ਉਹਨੂੰ ਮਾਰਨਾ ਚਾਹਿਆ, ਪਰ ਅਮਰ ਹੋ ਚੁੱਕਾ ਸੀ, ਵਿਆਸ ਰੇਖੀ ਦੇ ਕਰ ਗਿਆ, ਹੁਣ ਜਨਮ ਨਹੀਂ ਲੈ ਰਿਹਾ। 12 ਸਾਲ ਭਾਈ ਗੁਰਦਾਸ ਜੀ ਲਿਖਦੇ ਨੇ, 12 ਵਰੇ ਗੁਰਬਾਸ, ਬਸ ਜੰਮਦੇ ਹੀ ਸੁੱਕ ਲਈ ਉਦਾਸੀ। 12 ਸਾਲ ਬਾਅਦ ਉਹਦਾ ਜਨਮ ਹੋਇਆ।
ਕਿ ਇਹਦੇ ਅਰਥ ਇਹ ਕਰਦੇ ਨੇ ਕਿ 12 ਸਾਲ ਸਾਧ ਸੰਗਤ ਵਿੱਚ ਰਿਹਾ, ਐਸਾ ਕਹਿ ਦਿੰਦੇ ਨੇ। ਜ਼ਿਲ੍ਹਾ ਰਾਮਪੁਰ ਯੂਪੀ ਵਿੱਚ ਖਹਿਰਾ ਇੱਕ ਪਿੰਡ ਆ, ਉੱਥੇ ਇੱਕ ਭਾਈ, ਉਹਦਾ ਨਾਂ ਗੁਰਿੰਦਰ ਸਿੰਘ, ਉਹਦੇ ਘਰੋਂ ਬੀਬੀ ਹੈ, ਉਹਦਾ ਜਨਮ 2.5 ਸਾਲ ਬਾਅਦ ਹੋਇਆ। ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਉਹਦਾ ਨਾਂ ਰੱਖਿਆ। ਕਈਆਂ ਦਾ 3-3, 4-4 ਸਾਲ ਬਾਅਦ ਹੁੰਦਾ, ਇਹ ਤਾਂ ਬੜੀ ਪੁਰਾਣੀ ਗੱਲ ਹੈ ਪਿਛਲੇ ਯੁੱਗਾਂ ਦੀ। ਸੋ 12 ਸਾਲ ਬਾਅਦ ਜਨਮ ਹੋਇਆ। ਚਲੋ ਸ਼ਿਵਜੀ ਤਾਂ ਚਲੇ ਗਏ, ਕਿਉਂ ਚੱਲਿਆ? ਤਪੱਸਿਆ ਕਰ। ਇਸਦਾ ਪਿਤਾ ਵਿਆਸ ਰਿਖੀ ਜੀ ਨੇ ਰੋਕਿਆ, ਕਹਿੰਦੇ ਬੇਟਾ ਅਜੇ ਉਮਰ ਤੇਰੀ ਛੋਟੀ ਹੈ ਅਤੇ ਇੱਥੇ ਦਰਸ਼ਨ ਦੇ। ਕਹਿੰਦੇ ਪਿਤਾ ਜੀ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਂਦਾ, ਫਿਰ ਤੁਸੀਂ ਰੋਕੋ ਜਾਂ ਨਾ, ਫਿਰ ਕਰਾਂਗੇ ਫੈਸਲਾ, ਸੁਣਾਓ। ਕਹਿੰਦੇ ਪਿਛਲੇ ਜਨਮ ਵਿੱਚ ਮੈਂ ਬੈਲ ਹੁੰਦਾ ਸੀ ਅਤੇ ਜਿਹੜਾ ਕਿਸਾਨ ਮੈਨੂੰ ਰੱਖਿਆ ਸੀ ਪੂਰੇ ਪੱਠੇ ਨਹੀਂ ਸੀ ਪਾਉਂਦਾ ਹੁੰਦਾ, ਮਾਰਦਾ ਬੜਾ ਸੀ, ਪੱਠੇ ਘੱਟ ਪੈਣ ਕਰਕੇ ਕਮਜ਼ੋਰ ਸੀ, ਕੋਟੀ ਖਾਣੀ ਸੀ, ਵਾਹੁੰਦਾ ਚੰਗਾ ਸੀ, ਤੋ ਬੜੇ ਹੀ ਤਰਸਯੋਗ ਹਾਲ, ਕੀੜੇ ਪੈ ਕੇ ਮਰਿਆ। ਉਸ ਤੋਂ ਪਿਛਲਾ ਜਨਮ ਮੇਰਾ ਕੁੱਤੇ ਦਾ ਹੁੰਦਾ ਸੀ, ਕੰਨ ਵਿੱਚ ਕੀੜੇ ਪੈ ਕੇ ਬੜੀ ਬੁਰੀ ਹਾਲਤ ਨਾਲ ਮਰਿਆ। ਆਹ ਤਾਂ ਜਨਮ ਮੇਰੇ ਤੋਤੇ ਦਾ ਸੀ। ਉਸ ਤੋਂ ਪਿਛਲਾ ਜਨਮ ਮੇਰਾ ਖੋਤੇ ਦਾ ਹੁੰਦਾ ਸੀ, ਧੋਬੀ ਨੇ ਲੈ ਲਿਆ ਕੱਪੜੇ ਰੱਖ ਕੇ ਜਾਂਦਾ ਹੁੰਦਾ। ਮੈਂ ਜੇਲ੍ਹਾਂ 'ਚ ਫਸ ਗਿਆ, ਪਿੰਡ ਵਾਲਿਆਂ ਨੇ ਸੋਚਿਆ ਵਧੀਆ ਹੁਣ ਪੈਰ ਨਹੀਂ ਲੱਭਣਗੇ ਮੇਰੇ, ਉੱਤੋਂ ਦੀ ਪੈਰ ਰੱਖ ਕੇ ਜਾਣ ਲੱਗ ਗਏ, ਤਾਂ ਮੇਰਾ ਮੂੰਹ ਕਿਚੜ ਵਿੱਚ ਧੱਸ ਗਿਆ। ਹੌਲੀ ਹੌਲੀ ਕੀੜਿਆਂ ਨੇ ਖਾਧਾ, ਇਉਂ ਕਈ ਦਿਨਾਂ ਵਿੱਚ ਤੜਪ ਤੜਪ ਕੇ ਮਰਿਆ। ਕਈ ਜਨਮ ਮੇਰੇ ਯਾਦ ਹੈ, ਤੁਸੀਂ ਅਜੇ ਵੀ ਰੱਬ ਦੇ ਨਾਂ ਤੋਂ ਰੋਕਦੇ ਹੋ। ਮੈਂ ਇੰਨੀ ਬੰਦਗੀ ਕਰਾਂਗਾ, ਪਰਮ ਪਦਵੀ ਹਾਸਲ ਕਰਾਂਗਾ। ਗੁਰੂ ਗ੍ਰੰਥ ਸਾਹਿਬ ਜੀ ਉਹਦਾ ਜ਼ਿਕਰ ਕਰਦੇ ਹਨ, ਸੁਖਦੇਵ ਮੁਨੀ ਦਾ, ਜਾਤ ਨ ਜਾਤ ਦੇਖ ਮਤ ਭਰਮ, ਸੁਖ ਜਨਕ ਪਗੀ ਲਗਤੇ ਆਵੈ ਗੋ, ਕਹਿੰਦੇ ਸੁਖ ਕਹਿੰਦੇ ਸੁਖਦੇਵ ਮੁਨੀ, ਜਿਹਦਾ ਤੋਤੇ ਤੋਂ ਮਨੁੱਖ ਜਨਮ ਹੋਇਆ। ਇਹੋ ਜਾਂਦੇ ਇਹ ਵੱਡੇ ਵੱਡੇ ਦੇਖ ਲਓ, ਜਾਤ ਨ ਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗਤੇ ਆਵੈ ਗੋ, ਜੂਠਣ ਜੂਠ ਪੜੀ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡਲਾਵੈ ਗੋ। ਰਾਜਾ ਜਨਕ ਜੀ ਉੱਥੇ ਭੰਡਾਰਾ ਚੱਲਦਾ ਸੀ ਅਤੇ ਇਹਨੂੰ ਉਹ ਕਹਿੰਦਾ ਉੱਥੇ ਬਹਿ ਜਾ ਪਿਛਲੇ ਬੰਦੇ, ਜਦੋਂ ਯਾਦ ਕਰਾਂਗੇ ਆ ਜਾ। 12 ਸਾਲ ਜੂਠੇ ਪੱਤੇ ਇਹਦੇ ਉੱਤੇ ਪਏ ਰਹੇ, ਵਿੱਚ ਦੱਬਿਆ ਗਿਆ। ਉਦੋਂ ਹੱਡੀਆਂ 'ਚ ਪੁਰਾਣ ਹੁੰਦੇ ਸੀ, ਫਿਰ ਮਾਸ 'ਚ, ਫਿਰ ਲਹੂ 'ਚ, ਹੁਣ ਅੰਨ 'ਚ ਨੇ। ਸਮੇਂ ਸਮੇਂ ਨਾਲ ਅਦਲਾ ਬਦਲੀ ਹੋਈ। ਜੂਠਣ ਜੂਠ ਪੜੀ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡਲਾਵੈ ਗੋ। ਜਨਕ ਜਨਕ ਬੈਠੇ ਸੰਘਾਸਨ, ਨਾ ਤੂਰ ਮੁਨੀ ਲੈ ਲਾਵੈ ਗੋ। ਰਾਗ ਕਾਂਡੇ ਵਿੱਚ ਆਉਂਦਾ ਇਹ ਸਾਰੇ ਵਿਚਾਰ। ਕਿੰਨੀ ਉਸਨੇ ਮਿਹਨਤ ਕੀਤੀ, ਰਾਜੇ ਜਨਕ ਦਾ ਸੇਵਕ ਬਣ ਕੇ ਕਿੰਨੀ ਬੰਦਗੀ ਕੀਤੀ, ਉੱਚੀ ਪਦਵੀ ਹਾਸਲ ਕੀਤੀ। ਉਹਨੂੰ ਪਿਛਲੇ ਜਨਮ ਯਾਦ ਸੀ, ਆਪਣੇ ਯਾਦ ਨਹੀਂ ਹਨ, ਨਹੀਂ ਹੈ ਜੀ ਆਪਣੇ ਵੀ ਉਹ ਸਭ ਫਸਲੂੰਗੜੇ, ਕਈ ਜਨਮ ਪਏ ਕੀਟ ਪਤੰਗਾ ਯਾਦ ਆ ਜਾਣ। ਬੜੀ ਬੰਦਗੀ ਕਰੇ ਬੰਦਾ, ਭੁੱਲ ਭੁੱਲ ਗਏ ਨੇ, ਹੋਰ ਤਾਂ ਕੁਛ ਨਹੀਂ ਹੈ, ਇਹਦੇ ਵੀ ਐਂ ਉੱਤੋਂ ਡਿੱਗ ਪਏ ਨੇ, ਪਤਾ ਨਹੀਂ ਕਿਹੜੀਆਂ ਕਿਹੜੀਆਂ ਟੇਢੀਆਂ ਮੇਢੀਆਂ ਜੁਨ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ। ਗਜ ਕਹਿੰਦੇ ਨੇ ਹਾਥੀ। ਇੱਕ ਜੰਗਲ ਵਿੱਚ ਹਾਥੀ ਸੀ ਅਤੇ ਜੰਗਲ 'ਚ ਲੱਗ ਗਈ ਅੱਗ, ਸਹਿ ਆਇਆ। ਉਹ ਹਾਥੀ ਦੇ ਪੈਰਾਂ 'ਚ ਲੁੱਕ ਗਿਆ, ਹਾਥੀ ਸਿਆਣਾ ਬੜਾ ਹੁੰਦਾ, ਹਾਥੀ ਸੜ ਕੇ ਮਰ ਗਿਆ, ਸਹਿ ਦੀ ਜਾਨ ਬਚ ਗਈ। ਉਸਦੇ ਬਦਲੇ ਵਿੱਚ ਹੁਣ ਕੀ ਦੇਖਦਾ ਹੈ ਰਾਜੇ ਦੀ ਰਾਣੀ, ਕਿ ਛੋਟਾ ਜਿਹਾ ਹਾਥੀ ਦਾ ਬੱਚਾ, ਬਿਲਕੁਲ ਛੋਟਾ ਜਿਹਾ, ਉਹ ਸਾਹ ਦੇ ਨਾਲ ਹੀ ਉਹਦੇ ਅੰਦਰ ਚਲਾ ਗਿਆ। ਉਹ ਬਾਅਦ ਵਿੱਚ ਮਹਾਤਮਾ ਬੁੱਧ ਹੋਏ। ਮਹਾਤਮਾ ਬੁੱਧ ਆਮ ਦੁਨੀਆ ਜਾਣਦੀ, ਪਿਛਲਾ ਜਨਮ ਹਾਥੀ ਦਾ ਸੀ। ਸੋ ਇਸ ਤਰ੍ਹਾਂ ਬੜੇ ਬੜੇ ਇਹੋ ਜਿਹੇ ਹਨ, ਆਮ ਕਿਹਦੀ ਵਿਚਾਰ ਹੈ। ਮੂਲੇ ਵੱਲ ਦੇਖ ਲਓ, ਪਿਆ ਨਾ 84 ਸਿਆਲਕੋਟ ਗੁਰੂ ਨਾਨਕ ਜੀ ਆਏ, ਵਿਸਾਖੀ ਦਾ ਲੰਮੀ ਹੈ, ਕਹਿੰਦੇ ਮਰਦਿਆਂ ਨੇ ਇੱਕ ਪੈਸੇ ਦਾ ਸੱਚ, ਇੱਕ ਦਾ ਲਿਆ ਝੂਠ।
ਉਹਨੇ ਲਿਖ ਦਿੱਤਾ ਦੋ ਕੁੜੀਆਂ, ਇੱਕ ਤੇ ਮਰਨਾ ਸੱਚ, ਇੱਕ ਤੇ ਲਿਖਤਾ ਜਿਉਣਾ ਝੂਠ। ਸੋ ਗੁਰੂ ਜੀ ਹਰਸ਼ਾ ਗਾਉਣ ਤੋਂ ਸਮਝਾਇਆ ਮੂਲੀ ਨੂੰ, ਕਹਿੰਦੇ ਸੁਣੀ ਸੁਣਾਈ ਗੱਲ ਕਰਦਾ, ਸਾਰੀ ਦੁਨੀਆਂ ਕਹਿੰਦੀ ਆਹੋ ਮਾਰੀ ਜਾਣੀ, ਅੰਦਰ ਨਹੀਂ ਹੈ, ਪੱਕਾ ਨਹੀਂ ਹੈ, ਜੇ ਇਹਨਾਂ ਦੇ ਪੱਕਾ ਮਾਰੀ ਜਾਣਾ, ਸਭ ਬਰਿਆਈਆਂ ਛੁੱਟ ਗਈਆਂ, ਉੱਤੋਂ ਉੱਤੋਂ ਕਹੀ ਜਾਂਦੀ। ਫਰੀਦਾ ਜੇ ਜਾਣਾ ਮਰ ਜਾਈਏ, ਘੁੰਮਣ ਆਈਏ ਝੂਠੀ ਦੁਨੀਆਂ, ਲੱਗਣ ਆਪ ਵਜਾਈਏ, ਫਿਰ ਜਨਮ ਬਰਬਾਦ ਕਿਉਂ ਕਰਦੇ, ਜਦ ਪਤਾ ਹੀ ਹੈ ਤੁਰ ਜਾਣਾ। ਭਾਈ ਹੱਥੀਂ ਸੰਸਕਾਰ ਕਰਦੇ ਨੇ, ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਤੋਰਦੇ ਨੇ, ਪਰ ਆਪਣੇ ਇਹੋ ਜਿਹਾ ਸੱਪ ਲੇਟਿਆ, ਸੱਪ ਦਾ ਨਾਂ ਲੈਣਾ ਹੀ ਆਹ ਆਪਣੇ ਨਹੀਂ ਅਜੇ ਵਾਰੀ। ਸੋ ਗੁਰੂ ਜੀ ਕਹਿੰਦੇ ਮੂਲਿਆ ਤੇਰੇ ਇਹ ਪੱਕਾ ਨਹੀਂ ਹੈ, ਸੁਣੀ ਸੁਣਾਈ ਗੱਲ ਦੁਨੀਆਂ ਕਰਦੀ ਨਹੀਂ, ਮਾਰਾ ਜਿੱਦ ਕਰਦਾ ਮਾਰੀ ਜਾਣਾ, ਸਮਾਂ ਦੂਰ। ਅੱਛਾ ਫਿਰ ਸਾਡੇ ਨਾਲ ਚੱਲ। ਦੋ ਸਾਲ ਰਿਹਾ, ਘਰ ਆਇਆ, ਵਿਆਹ ਹੋ ਗਿਆ। ਹੁਣ ਗੁਰੂ ਜੀ ਕਹਿੰਦੇ ਨੇ ਬਾਬੇ ਦੀ ਬੇਰ ਹੈ ਉੱਥੇ ਜਿੱਥੇ ਹੇਠਾਂ ਬਰਾਜੇ ਸੀ, ਕਹਿੰਦੇ ਮਰਦਾਨਿਆਂ ਜਾ ਬੁਲਾ ਕੇ ਲਿਆ। ਮਰਦਾਨਾ ਲੈਣ ਗਿਆ ਘਰੋਂ ਬੀਬੀ, ਉਹਨੇ ਦੇਖ ਲਿਆ, ਉਹ ਗੁਰੂ ਨਾਨਕ ਜੀ ਆ ਰਹੇ ਹਨ। ਕਹਿੰਦੇ ਨਹੀਂ ਮਰਦਾਨਾ ਤੁਹਾਨੂੰ ਲੈ ਜਾਣਗੇ, ਮੈਂ ਤਾਂ ਨਾ ਨਹੀਂ ਕਰ ਸਕਦਾ। ਕਹਿੰਦੇ ਚੱਲ ਫਿਰ ਮੇਰੇ ਨਾਲ। ਥੋੜ੍ਹਿਆਂ ਬਾਅਦ ਉਹ ਗੋਹਿਆਂ ਵਾਲੇ ਅੰਦਰ ਲਗਾਇਆ, ਤੁਹਾਨੂੰ ਨਹੀਂ ਇਹਨਾਂ ਲੋਕਾਂ ਨਾਲ ਗੱਲ ਕਰਨੀ ਹੋਣੀ, ਮੈਂ ਕਰਾਂਗਾ। ਉਹ ਜੋੜੀ ਦੇ ਵਿੱਚ ਮਾਂਝਾ ਫੇਰਦੀ ਹੈ, ਮਰਦਾਨਾ ਕਹਿੰਦੇ ਮੂਲੇ, ਉਹਨੇ ਸੁਣ ਵੀ ਲਿਆ, ਉਹਨੇ ਮਾਂਝਾ ਰੱਖਿਆ। ਕਹਿੰਦੀ ਬਾਬਾ ਜੀ ਉਹ ਹੈ ਨਹੀਂ, ਲਾਂਭੇ ਗਿਆ, ਮੇਰੇ ਗੁਰੂ ਜੀ ਸੱਚ ਕਹਿੰਦੇ ਨੇ ਵੀ ਘਰ ਹੈ। ਫਿਰ ਆਵਾਜ਼ ਮਾਰੀ ਮੂਲੇ, ਬਾਬਾ ਜੀ ਉਹ ਤੁਹਾਡਾ ਸੇਵਕ ਲਾਂਭੇ ਗਿਆ। ਅੱਛਾ ਠੀਕ। ਮਰਦਾਨਾ ਜੀ ਵਾਪਸ ਆਏ ਗਰੀਬ ਨਵਾਜ਼, ਦੋ ਆਵਾਜ਼ਾਂ ਮਾਰੀਆਂ, ਆਇਆ ਨਹੀਂ। ਘਰੋਂ ਬੀਬੀ ਕਹਿੰਦੀ ਲਾਂਭੇ ਗਿਆ। ਗੁਰੂ ਜੀ ਕਹਿੰਦੇ ਲਾਂਭੇ ਤਾਂ ਲਾਂਭੇ ਸੀ, ਉਹ ਸੱਪਟ ਅੱਛਾ ਮਰ ਗਿਆ, ਉਸ ਵੇਲੇ ਲਾਂਭੇ ਚਲਾ ਗਿਆ, ਹੁਣ ਲੈ ਆਈ ਮਰੇ ਨੂੰ, ਜਿੰਦਾ ਕਰੋ। ਗੁਰੂ ਜੀ ਕਹਿੰਦੇ ਇਹ ਬੇਮੁੱਖ ਹੋ ਗਿਆ, ਇਹ ਇਹ ਨਹੀਂ ਜਿੰਦਾ ਹੁੰਦਾ, ਉਹ ਜਿਹੜੇ ਹੋਏ ਨੇ ਉਹ ਹੋਰ ਤਰੀਕੇ ਨਾਲ, ਇਸ ਤਰ੍ਹਾਂ ਨਹੀਂ ਹੁੰਦੇ, ਸੰਸਕਾਰ ਕਰੋ। ਫਿਰ ਬੜੀਆਂ ਬੇਨਤੀਆਂ ਕੀਤੀਆਂ। ਅੱਛਾ ਕਹਿੰਦੇ ਦੋ ਆਵਾਜ਼ਾਂ ਮਾਰੀਆਂ ਮਰਦਾਨਾ ਜੀ ਨੇ, ਨਹੀਂ ਆਇਆ। 200 ਸਾਲ ਬਾਅਦ ਜੋ ਸਾਡੇ ਨਾਲ 2 ਸਾਲ ਰਿਹਾ, ਇਹਦੇ ਕਰਮਾਂ ਦਾ ਫਲ 10ਵੇਂ ਜਾਮੇ ਵਿੱਚ ਦਿਆਂਗੇ, ਪਰ ਜੇ ਅਸੀਂ ਗਲਤੀ ਕੀਤੀ ਆ ਉਹਨੂੰ ਭੋਗੇਗਾ 200 ਸਾਲ। ਕਈ ਕੀੜੇ ਮਕੌੜਿਆਂ ਦੀ ਜੂਨਾਂ 'ਚ ਬਣਿਆ, ਕਦੇ ਹਰਨ, ਕਦੇ ਗਿੱਦੜ, ਕਦੇ ਕੁਛ, ਕਦੇ ਕੁਛ। ਹੁਣ ਸਹਿ ਦੀ ਜੂਨ ਵਿੱਚ ਹੈ, ਕੁਛ ਮਹੀਨਿਆਂ ਦੀ ਉਮਰ ਹੋ ਗਈ, 10ਵੇਂ ਜਾਮੇ ਵਿੱਚ ਗੁਰੂ ਨਾਨਕ ਜੀ ਵੀ ਆ ਗਏ, ਦੇਖਿਆ ਝਾੜੀ ਵਿੱਚ ਹੈ, ਗੁਰੂ ਜੀ ਦੇ ਦਰਸ਼ਨ ਕੀਤੇ। ਥੋੜ੍ਹਾ ਜਿਹਾ ਓਹਲੇ ਹੁੰਦਾ ਜਦੋਂ ਤੀਰ ਵਾਰ ਚੁੱਕਣ ਲੱਗਦੇ, ਗੁਰੂ ਜੀ ਹੱਸ ਪਏ, ਕਹਿੰਦੇ ਮੂਲੇ ਲੁਕਣ ਦੀ ਆਦਤ ਅਜੇ ਨਹੀਂ ਗਈ, 200 ਸਾਲ ਹੋ ਗਏ ਧੱਕੇ ਖਾਂਦੇ। ਸੋ ਢਿੱਲਾ ਜਿਹਾ ਤੀਰ ਮਾਰਿਆ, ਸਹਿ ਹੁੰਦਾ ਹੀ ਕਿੰਨਾ, ਢੇਮ ਨਾ ਮਰ ਜਾਂਦਾ। ਕੇਵਲ ਗੁਰੂ ਨਾਨਕ ਜੀ ਦਾ ਬਚਨ ਹੀ ਪੂਰਾ ਕੀਤਾ ਕਿ 10ਵੇਂ ਜਾਮੇ ਵਿੱਚ ਤੀਰ ਮਾਰ ਕੇ ਮਾਰਾਂਗੇ। ਉਹ ਥੋੜ੍ਹੀ ਵੀ ਹੁਣ ਤੰਚ ਪਾਨ ਖਿੱਚਿਆ, ਜ਼ੋਰ ਲਾ ਕੇ ਕੰਨਾਂ ਤੱਕ, ਅੱਗੇ ਕੀ ਹੈ ਸਹਿ, ਸਿਰਫ ਬਚਨ ਕੀਤਾ ਪੂਰਾ ਕੀਤਾ ਮਾਮੂਲੀ ਜਿਹਾ। ਉਹ ਮਾੜੀ ਜਿਹੀ ਚੁੰਝ ਵੱਜੀ ਤੀਰ ਦੀ, ਲੋਹੇ ਦਾ ਤੀਰ ਸੀ, ਉੱਥੇ ਲੁੱਟ ਗਿਆ ਵਿੱਚੋਂ ਰੂਹ ਨਿਕਲਿਆ। ਸਿੰਘ ਕਹਿੰਦੇ ਨੇ ਮਹਾਰਾਜ ਇਹ ਕੌਣ ਹੈ, ਰੂਹ ਦਿਸਦੀ ਨਹੀਂ, ਉਹ ਦਿਸਦਾ ਹੈ, ਸਿੱਖ ਹੈ। ਗੁਰੂ ਜੀ ਕਹਿੰਦੇ ਭਾਈ ਆਪਣੀ ਜ਼ਬਾਨੀ ਦੱਸ। ਕਹਿੰਦਾ ਗੁਰਮੁਖ ਕੀ ਦੱਸਾਂ, ਰੋਈ ਜਾਂਦਾ, ਦੋ ਗਲਤੀਆਂ ਦੇ ਫਲ ਭੋਗਣੇ ਪੈਂਦੇ, ਫਿਰ ਬੰਦਾ ਰੋਂਦਾ। ਸਭ ਤੋਂ ਵਧੀਆ ਰੋਣਾ ਹੁੰਦਾ ਰੂਹ ਨੂੰ, ਰੋਣਾ ਤਕਰੀਬਨ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ, ਤਾਂ ਰੂਹ ਨੂੰ ਬੜਾ ਸੋਹਣਾ ਰੋਣਾ ਹੁੰਦਾ। ਹੁਣ ਸੁਣਿਆ ਕਹਿ ਰਵਾਇਆ ਮਨ ਅੰਧੇ ਜਨਮ ਪਾਇਆ, ਉਹ ਕਹਿ ਰਿਹਾ ਗੁਰੂ ਨਾਨਕ ਜੀ ਆਏ ਸੀ, ਮੈਂ 2 ਸਾਲ ਨਾਲ ਰਿਹਾ, ਮੇਰੇ ਘਰੋਂ ਇਹ ਜੀ ਆ ਗਈ ਜਿਹਨੇ ਗੁਰੂ ਤੋਂ ਦੂਰ ਕਰ ਦਿੱਤਾ। ਕਈ ਜੀ ਇਹੋ ਜਿਹੇ ਹੁੰਦੇ ਨੇ ਗੁਰੂ ਤੋਂ ਦੂਰ ਕਰ ਦਿੰਦੇ, ਉਹ ਕਰਮ ਇਹੋ ਜਿਹੇ ਆ ਚਿੰਬੜਦੇ, ਆਖੇ ਲੱਗ ਗਿਆ। ਸੋ ਸਭ ਨੇ ਦੱਸਿਆ, ਵਚਨ ਹੋਇਆ ਗੁਰੂ ਜੀ ਦਾ 200 ਸਾਲ ਖਾਏਗਾ ਥੱਕੇ। ਜੇ ਕੋਈ ਗੁਰ ਤੇ ਬੇਮੁਖ ਹੋਵੇ, ਮੈਨੂੰ ਸਤਿਗੁਰ ਮੁਕਤ ਨਾ ਪਾਏ, ਪਾਵੇ ਮੁਕਤ ਨਾ ਹੋਰ ਤਾਂ ਕੋਈ, ਪੁੱਛੋ ਵਿਵੇਕੀਆਂ ਜਾਏ।
ਜਿਹੜੇ ਤੱਤ ਗਿਆਨਵਾਨ ਜਿਹਨੂੰ ਪਤਾ ਮਾਇਆ ਆ ਹੈ, ਈਸ਼ਵਰ ਆ ਹੈ, ਮਾਇਆ ਛੱਡ ਦਿੱਤੀ ਹੈ, ਨਾਮ ਨਾਲ ਜੁੜ ਕੇ ਉਹਨੂੰ ਕਹਿੰਦੇ ਵਿਵੇਕੀ। ਜਿਹਨਾਂ ਦੀ ਸੁਰਤ ਮਾਇਆ ਵਿੱਚ ਉਹ ਵਿਵੇਕੀ ਨਹੀਂ ਹੁੰਦੇ ਤਾਂ ਖਚਰ ਗੁਰਮੁਖ ਹੁੰਦੇ ਨੇ ਵਿਵੇਕੀ। ਪੁੱਛੋ ਜਾਏ ਵਿਵੇਕੀਆਂ ਕਿ ਫਿਰ ਇਹਦੀ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚੱਲੇ, ਜਦੋਂ ਇਹਦਾ ਭਲਾ ਹੋਣਾ ਗੁਰੂ ਚਰਨਾਂ ਵਿੱਚ ਹੀ ਹੋਣਾ, ਕਿਤੇ ਤੁਰਿਆ ਫਿਰਿਆ ਹੋਣਾ ਹੀ ਨਹੀਂ। ਸੋ ਉਸ ਨੇ ਜਦੋਂ ਇਹ ਦੱਸਿਆ ਸਿੱਖ ਹੈਰਾਨ ਹੋ ਰਹੇ ਵੀ ਇਹ ਮਹਾਰਾਜ ਨਾਲ 2 ਸਾਲ ਰਿਹਾ, ਜਿਨ੍ਹਾਂ ਦੇ ਦਰਸ਼ਨ ਹੀ ਦੁਰਲੱਭ ਸਨ, 2 ਸਾਲ ਰਿਹਾ। ਹਾਂ ਗੁਰੂ ਜੀ ਕਹਿੰਦੇ 2 ਸਾਲ ਨਾਲ ਰਹਿ ਕੇ ਵੀ ਅਕਲ ਨਾ ਆਈ, ਇਹਨੀ ਵੀ ਘੜੀ ਰਿਹਾ, ਦਿਨ ਤੋਂ ਮਹੀਨਾ ਰਿਹਾ, 2 ਸਾਲ ਰਹਿ ਕੇ ਵੀ ਅਕਲ ਨਾ ਆਈ। ਕਈਆਂ ਨੂੰ ਸਾਰੀ ਜ਼ਿੰਦਗੀ ਅਕਲ ਨਹੀਂ ਹੁੰਦੀ, ਬਰਬਾਦ ਕਰਕੇ ਚਲੇ ਜਾਂਦੇ। ਅਗਲੀ ਸੇਵ ਸੇਵੀ ਹੈ, ਅਗਲੀ ਪਾਈ ਹੈ ਮਾਨ, ਅਗਲੀ ਪੜ੍ਹ ਕੇ ਬੁੱਝੀ ਹੈ, ਅਗਲੀ ਕੀ ਸ਼ਦਾਨ, ਨਾਨਕਾ ਖੇਰਾ ਇਹ ਹੋਰ ਗੱਲਾਂ ਸ਼ਤਾਨ। ਇਸ ਕਰਕੇ 2 ਸਾਲ ਨਾਲ ਰਹਿ ਕੇ ਵੀ ਅਕਲ ਨਾ ਆਈ ਕਿ ਸਮੇਂ ਦਾ ਪਤਾ ਨਹੀਂ, ਆਪਣਾ ਜਨਮ ਸਫਲਾ ਕਰ ਲਈਏ। ਇਸ ਕਰਕੇ ਪ੍ਰਚਾਰ ਹੋ ਰਹੀ ਸੀ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਏ, ਕਈ ਜਨਮ ਹੈਵਰ ਬਿਰਖ ਹੋਏ। ਜਦੋਂ ਮਾਤਾ ਗੰਗਾ ਜੀ ਰਥ ਸੀ ਝੌਂਪੀਆਂ ਵਾਲਾ ਲੱਕੜ ਦਾ, ਉਸ ਉੱਪਰ ਬੈਠ ਕੇ ਬਾਬਾ ਬੁੱਢਾ ਸਾਹਿਬ ਬਾਬੇ ਦੀ ਭੀੜ ਉੱਥੇ ਗਏ, ਗੁਰੂ ਅਰਜਨ ਦੇਵ ਜੀ ਨੇ ਭੇਜਿਆ ਸੀ। ਤਾਂ ਬਾਬਾ ਜੀ ਕਹਿੰਦੇ ਗੁਰੂ ਗਿਆਨ ਕਿੱਧਰੋਂ ਭੱਜ ਪੈ ਗਈ ਸਵੇਰੇ ਸਵੇਰੇ। ਕੋਲ ਇੱਕ ਸੇਵਾ ਸੇਵਕ ਬੈਠਾ ਸੀ, ਸੇਵਾਦਾਰ, ਉਹ ਕਹਿੰਦਾ ਬਾਬਾ ਜੀ ਮਾਤਾ ਜੀ ਆਪੇ ਥੋੜ੍ਹੀ ਆਏ। ਕਹਿੰਦੇ ਆਹ ਮਰਿਆਦਾ ਹੈ, ਹੁਣ ਇਸ ਤਰ੍ਹਾਂ ਨਹੀਂ ਹੈ। ਵਾਪਸ ਆ ਗਏ, ਫਿਰ ਜਾਂਦੇ ਨੇ ਇਕੱਲੇ ਹੀ ਭੋਜਨ ਲੈ ਕੇ। ਤਾਂ ਇਸ ਤਰੀਕੇ ਸੀ, ਬੇਟਾ ਕੋਲ ਬੈਠਾ ਸੀ, ਉਹ ਫਿਰ ਕਹੇ ਮਾਤਾ ਜੀ ਆਪੇ ਥੋੜ੍ਹੀ ਆਏ। ਕਿਉਂਕਿ ਸੂਰ ਵਾਂਗ ਕੁਰ ਕਰੀ ਜਾਂਦੇ, ਕੁਛ ਸਮਾਂ ਲੰਘਿਆ, ਪੁੱਛਦਾ ਹੈ ਮੈਂ ਸੂਰ ਬਣਾਂਗਾ? ਹਾਂ ਕਹਿੰਦੇ ਬਹੁਤ ਵੱਡਾ। ਮੇਰੀ ਗਤੀ ਕਦੋਂ ਹੋਏਗੀ, ਮੁਕਤੀ ਕਦੋਂ ਹੋਏਗੀ? ਕਹਿੰਦੇ ਗੁਰੂ ਨਾਨਕ ਜੀ 6ਵੇਂ ਜਾਮੇ ਵਿੱਚ ਆਪਣੀ ਹੱਥੀਂ ਤੈਨੂੰ ਮਾਰਨਗੇ, ਫਿਰ ਤੇਰੀ ਮੁਕਤੀ ਹੋਏਗੀ। ਉੱਥੇ ਛਾਟਾ ਸਾਹਿਬ ਜਾਈਏ, ਉੱਥੇ ਪਰਲੇ ਬੰਨੇ ਨੇੜੇ ਹੀ ਪਿੰਡ ਹੈ, ਅਤੇ ਗੁਰਦੁਆਰਾ ਉੱਥੇ ਬੜਾ ਵੱਡਾ ਸੂਰ। ਤਾਂ ਪਿੰਡ ਵਾਲਿਆਂ ਨੇ ਕਿਹਾ ਬੜਾ ਦੁਖੀ ਕਰਦਾ, ਮਹਾਰਾਜ ਕਿਰਪਾ ਕਰੋ 6ਵੇਂ ਮਹਾਰਾਜ ਜੀ ਨੂੰ। ਗੁਰੂ ਜੀ ਕਹਿੰਦੇ ਪੈਂਦੇ ਖਾਂ ਵੀ ਤੂੰ ਦੇਖ ਲੈ, ਪੈਂਦੇ ਖਾਂ ਗਿਆ ਪਰ ਕਿੱਥੇ ਉਹਦੇ ਵੱਸਦਾ। ਕਹਿੰਦਾ ਮਹਾਰਾਜ ਮੇਰੇ ਤਾਂ ਹੱਥ ਖੜੇ, ਬਹੁਤਾ ਹੀ ਪਰਿਵਾਰ ਹੈ। ਹੁਣ ਗੁਰੂ ਜੀ ਨੇ ਆਪਣੇ ਹੱਥੀਂ ਉਹ ਸੂਰ ਮਾਰਿਆ, ਰੋੜੀ ਕੜਾਈ। ਸਿੱਖ ਕਹਿੰਦੇ ਗਰੀਬ ਨੂੰ ਆ ਜੇ ਕੌਣ ਹੈ, ਇਹਦੇ ਤੁਸੀਂ ਪੁੱਛ ਲਓ ਭਾਈ ਤੂੰ ਕੌਣ ਹੈ। ਇਹ ਗੁਰੂ ਜੀ ਦਾ ਅੰਦਰ ਜਾਮੀ ਜਾਣਦੇ ਹਨ। ਇਹਨਾਂ ਦੇ ਮਾਤਾ ਜੀ ਜਦੋਂ ਬਾਬਾ ਜੀ ਕੋਲ ਆਏ ਸੀ, ਮੈਂ ਕੋਲ ਬੈਠਾ ਸੀ ਬਾਬਾ ਬੁੱਢਾ ਸਾਹਿਬ, ਮੈਂ ਵਾਰ ਵਾਰ ਕਹੀ ਗਿਆ ਆਪੇ ਥੋੜ੍ਹੀ ਆਏਗਾ, ਗੁਰੂ ਜੀ ਨੇ ਭੇਜਿਆ, ਤੁਸੀਂ ਦੇ ਦਿਓ ਬਚਨ, ਆਪੇ ਥੋੜ੍ਹੀ ਆਏਗਾ, ਗੁਰੂ ਜੀ ਨੇ ਭੇਜਿਆ। ਤੂੰ ਬ੍ਰਹਮ ਗਿਆਨੀ ਸਨ, ਕਹਿੰਦੇ ਸੂਰ ਵਾਂਗ ਕੁਰ ਕਰੀ ਜਾ, ਚੁੱਪ ਨਹੀਂ ਰਿਹਾ ਜਾਂਦਾ, ਵਾਪਸ ਮੋੜਨਾ ਸੀ ਮੋੜਤਾ, ਫਿਰ ਗਏ ਮਰਿਆਦਾ ਨਾਲ। ਤੂੰ ਫਿਰ ਮੈਂ ਬੇਨਤੀ ਕੀਤੀ, ਅੱਛਾ ਕਹਿੰਦੇ ਗੁਰੂ ਨਾਨਕ ਜੀ 6ਵੇਂ ਜਾਮੇ ਵਿੱਚ ਹੱਥੀ ਮਾਰਨਗੇ, ਤੋ ਕਹਿੰਦੇ ਖਾਂ ਦੇ ਹੱਥ ਥੋੜ੍ਹੀ ਮੈਂ ਆਉਣਾ ਸੀ, ਮੁਕਤੀ ਮੇਰੀ ਇਹਨਾਂ ਤੋਂ ਹੀ ਹੋਣੀ ਸੀ। ਇਸ ਤਰ੍ਹਾਂ ਸਾਧ ਸਿੰਘ ਜੀ ਸੈਂਕੜੇ ਸਾਖੀਆਂ ਹਨ। ਇਹ ਨਹੀਂ ਹੈ ਵੀ ਆਪਾਂ ਨੂੰ ਇਹ ਮਨੁੱਖ ਜਨਮ ਮਿਲ ਗਿਆ ਅਤੇ ਬਸ ਸਰੀਰ ਛੱਡਿਆ ਅਤੇ ਚਲੇ ਗਏ ਸੱਚਖੰਡ, ਐਸਾ ਨਹੀਂ ਹੈ। ਕਰਨੀ ਬਾਜੋ ਪਿਸਤਨਾ ਹੋਏ, ਜਿਹੜਾ ਉਹ ਕਰਨੀ ਕਮਾਈ ਕਰੇਗਾ, ਰਹਿਤ ਰੱਖੇਗਾ, ਬੰਦਗੀ ਕਰੇਗਾ, ਉਹਦਾ ਭਲਾ ਹੋਏਗਾ। ਬੇਮੁੱਖਾਂ ਦਾ ਕੀ ਹਾਲ ਹੁੰਦਾ ਤੁਸੀਂ ਸੁਣੀ, ਨਗੋਰਿਆਂ ਦਾ ਕੀ ਹਾਲ ਹੁੰਦਾ, ਕਿਵੇਂ 84 ਵਿੱਚ ਫਿਰਦੇ। ਤਾਂ ਇੱਕ ਨਹੀਂ ਬੜੇ ਬੜੇ ਪ੍ਰਮਾਣ ਬਹੁਤ ਜ਼ਿਆਦਾ। ਇਹ ਜਿਹੜੀਆਂ ਜੂਨਾਂ ਆਪਾਂ ਨਜ਼ਰ ਆਉਂਦੀਆਂ ਨੇ, ਇਹ ਵੀ ਕਿਸੇ ਜਨਮ ਵਿੱਚ ਮਨੁੱਖ ਸਨ, ਬੰਦੇ ਸਨ, ਪਰ ਨਹੀਂ ਸਮਾਂ ਸੰਭਾਲਿਆ, 84 'ਚ ਤੁਰੇ ਫਿਰਦੇ। ਲੱਖਾਂ ਲੱਖਾਂ ਯੁੱਗ ਬੀਤ ਜਾਂਦੇ ਨੇ, 4 ਯੁੱਗਾਂ ਦੀ ਉਮਰ 43,20,000 ਸਾਲ ਦੀ ਇੱਕ ਚੌਂਕੜੀ ਹੈ।
ਪਤਾ ਨਹੀਂ ਕਿੰਨੇ ਜੁਗ ਰੂਹ ਧੱਕੇ ਖਾਂਦੀ ਖਾਂਦੀ ਕਈ ਤੁਰੀ ਜਾਂਦੀ ਹੈ। ਪਰ ਥੋੜ੍ਹਾ ਜਿਹਾ ਸਮਾਂ ਮਿਲਿਆ ਇਹਨੂੰ ਨਹੀਂ ਸੰਭਾਲਦੇ ਤੇ ਇਹਨੂੰ ਦੱਸਿਆ ਹੈ ਬਹੁਤੇ ਜੁਗ ਫਿਰਦੇ ਫਿਰਦੇ 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 ਬਹੁਤੇ ਜੁਗ ਫਿਰਦੇ ਬਹੁਤੇ ਜੁਗ ਫਿਰਦੇ ਮਾਨਸ ਦੇਹੀ ਮਿਲ ਗਈ ਬਹੁਤੇ ਜੁਗ ਫਿਰਦੇ ਬਹੁਤੇ ਜੁਗ ਫਿਰਦੇ ਫਿਰਦੇ ਮਾਨਸ ਦੇਹੀ ਮਿਲ ਗਈ ਬਹੁਤੇ ਜੁਗ ਫਿਰਦੇ ਫਿਰਦੇ ਮਾਨਸ ਦੇਹੀ ਮਿਲ ਗਈ ਬਹੁਤੇ ਜੁਗ ਫਿਰਦੇ ਬਹੁਤੇ ਜੁਗ ਫਿਰਦੇ ਫਿਰਦੇ ਮਾਨਸ ਦੇਹੀ ਮਿਲ ਗਈ ਬਹੁਤੇ ਜੁਗ ਫਿਰਦੇ ਫਿਰਦੇ ਮਾਨਸ ਦੇਹੀ ਮਿਲ ਗਈ ਬਹੁਤੇ ਜੁਗ ਫਿਰਦੇ ਫਿਰਦੇ ਨੂੰ ਬਹੁਤੇ ਜੁਗ ਫਿਰਦੇ ਫਿਰਦੇ ਨੂੰ ਫਿਰਤ ਫਿਰਤ ਬਹੁਤੇ ਜੁਗ ਹਾਰ ਥੱਕ ਗਿਆ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਾਹੇ ਨਾਹੀ ਕਹਿੰਦੇ ਹੁਣ ਸਮਾਂ ਸੀ ਕਿਤੇ ਰੱਬ ਦਾ ਨਾਮ ਹੀ ਲੈ ਲੈਣਾ ਸੀ ਦਸਵੇਂ ਮਹਾਰਾਜ ਜੀ ਹਜ਼ੂਰ ਸਾਹਿਬ ਇਸ ਇਲਾਕੇ ਵਿੱਚ ਦਰਸ਼ਨ ਦੇ ਰਹੇ ਕੀ ਦੇਖਿਆ ਇੱਕ ਚਿੱਟੇ ਰੰਗ ਦਾ ਸੱਪ ਉਹ ਸਿਰ ਥੋੜ੍ਹਾ ਜਿਹਾ ਉੱਚਾ ਚੁੱਕਦਾ ਹੈ ਫਿਰ ਥੱਲੇ ਮਾਰਦਾ ਹੈ ਥੋੜ੍ਹਾ ਜਿਹਾ ਉੱਚਾ ਚੁੱਕਦਾ ਹੈ ਫਿਰ ਥੱਲੇ ਮਾਰਦਾ ਬੜਾ ਦੁਖੀ ਗੁਰੂ ਜੀ ਨੇ ਤੀਰ ਉਠਾਇਆ ਉਹਦੇ ਸਿਰ 'ਚ ਮਾਰਿਆ ਸੱਪ ਮਰ ਗਿਆ ਪੁੱਠਾ ਹੋ ਗਿਆ ਵਿੱਚ ਰੂਹ ਨਿਕਲ ਆਈ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਗੁਰੂ ਜੀ ਨੂੰ ਬੇਨਤੀ ਕਰਦੇ ਨੇ ਗੁਰਸਿੱਖ ਸੱਚੇ ਪਾਤਸ਼ਾਹ ਇਹ ਕੌਣ ਹੈ ਇਹ ਨਕਲੀ ਗੁਰੂ ਬਣਿਆ ਹੋਇਆ ਸੀ ਮਾਤ ਲੋਕ ਵਿੱਚ ਜਿਹੜੇ ਇਉਂ ਗੁਰੂ ਬਣ ਜਾਂਦੇ ਨੇ ਗੁਰੂ ਉਹ ਹੁੰਦੇ ਨਹੀਂ ਤਾਂ ਜਿਹੜੇ ਚੇਲਾ ਬੜੇ ਗੱਲਾਂ ਬਾਤਾਂ ਵਿੱਚ ਲਿਆਉਂਦੇ ਨੇ ਬੜੀ ਸ਼ਰਧਾ ਰੱਖਦੇ ਨੇ ਫਿਰ ਜਿੱਥੇ ਗੁਰੂ ਜਾਂਦਾ ਜਿਹਦਾ ਧਿਆਨ ਤਰੀ ਉੱਥੇ ਜਾਈਦਾ ਅਵਸ਼ ਉਹ ਇਹਦਾ ਧਿਆਨ ਤਰਦੇ ਹੁੰਦੇ ਸੀ ਸੱਪ ਬਣ ਗਿਆ ਮੋਟਾ ਚਿੱਟੇ ਰੰਗ ਦਾ ਉਹ ਇਹਦੇ ਸਰੀਰ ਵਿੱਚ ਆ ਕੇ ਕਿਰਮ ਬਣਨੇ ਸ਼ੁਰੂ ਹੋ ਗਏ ਲੱਖਾਂ ਲੱਖ ਇਸ ਕਰਕੇ ਇਹ ਲੋਕ ਦਿਖਾਵੇ ਵਾਸਤੇ ਕਦੇ ਰੱਬ ਦਾ ਨਾਂ ਲੈਂਦਾ ਹੁੰਦਾ ਸੀ ਬੜੇ ਹਜ਼ਾਰਾਂ ਸਾਲ ਧਰਮਰਾਜ ਨੇ ਕਿਹਾ ਪੇਟ ਪਾਲਣ ਵਾਸਤੇ ਮਾਤਰੋਂ ਵਿੱਚ ਗੁਰੂ ਬਣਿਆ ਹੋਇਆ ਸੀ ਹੁਣ ਪੇਟ ਪਾਰ ਚੱਲਣ ਵਾਲੀ ਜੂਨ ਇਸ ਨੂੰ ਦਿੱਤੀ ਗਈ ਇਸਨੇ ਅਰਜ ਕੀਤੀ ਧਰਮਰਾਜ ਕਦੇ ਖਲਾਸੀ ਵੀ ਹੋਏਗੀ ਕਿ ਨਹੀਂ ਜਿਵੇਂ ਜ਼ਿਲ੍ਹਾ ਨੇ ਕਿਸੇ ਨੂੰ ਉਮਰ ਕੈਦ ਕਿਸੇ ਨੂੰ 6 ਮਹੀਨੇ ਕਿਸੇ ਨੂੰ 10-20 ਸਾਲ 30 ਸਾਲ 10 ਵੀ ਦਿੰਦੇ ਨੇ ਇੰਨੀ ਸਜ਼ਾ ਆ ਕਹਿੰਦੇ ਜਦੋਂ ਗੁਰੂ ਨਾਨਕ ਜੀ 10ਵੇਂ ਜਾਮੇ ਵਿੱਚ ਆਉਣਗੇ ਤੇਰੀ ਸਜ਼ਾ ਪੂਰੀ ਹੋ ਜਾਏਗੀ ਉਹ ਤੇਰੀ ਗਤੀ ਕਰਨਗੇ ਸੋ ਹੁਣੇ ਦਾ ਪਤਾ ਹੋਇਆ ਇਸ ਤਰ੍ਹਾਂ ਪਤਨ ਕਿਤਨੀਆਂ ਗੁਰੂਆਂ ਤੁਰਦੀਆਂ ਫਿਰਦੀਆਂ ਪੰਜਾਬ ਇੱਕ ਸੰਤ ਮਨੀ ਸਿੰਘ ਜੀ ਹੋਏ ਮਨੀ ਸਿੰਘ ਕਈ
ਇਹ ਸੰਤ ਹੋਏ ਤਾਂ ਉਹ ਲਿਖਦੇ ਨੇ ਇਹਨਾਂ ਦੀ ਜਿਹੜੀ ਮਾਤਾ ਸੀ ਬੜਾ ਪੁੱਠਾ ਬੋਲਦੀ ਹੁੰਦੀ ਇਹ ਮਨੀਆਂ ਮਰਦਾ ਨਹੀਂ ਬਹੁਤ ਵੱਧ ਘੱਟ ਜਿਹੜੇ ਮਿਲਣ ਗਿਲਣ ਆਉਂਦੇ ਸੀ ਉਹਨਾਂ ਨੂੰ ਵੀ ਗਾਲਾਂ ਕੱਢਦੇ ਅੰਮ੍ਰਿਤ ਤਾਂ ਕੀ ਛਕਣਾ ਸੀ ਪੁੱਠਾ ਹੀ ਬੋਲਦੇ ਤਾਂ ਮਰ ਜਾਣਾ ਵਿਗੜੀ ਗਿਆ ਚੁੱਪ ਕਰਦੇ ਮਾਤਾ ਹੈ ਕੀ ਕਹਿਣਾ ਹੈ ਤੂੰ ਇੱਕ ਦਿਨ ਜਥੇ ਸਮੇਤ ਜੰਗਲ 'ਚ ਬੈਠੇ ਨਾਲ ਲੈ ਕਹਿ ਰਹੇ ਬਾਬਾ ਜੀ ਚੱਲੀਏ ਚੱਲਾਂਗੇ ਤੇ ਮਾਂ ਨੂੰ ਮਿਲ ਕੇ ਹੀ ਚੱਲਾਂਗੇ ਇੱਕ ਹਰਨੀ ਆਈ ਉਹ ਦੇਖਦੀ ਹੈ ਮੂੰਹ ਚੁੱਕ ਕੇ ਕਹਿੰਦੇ ਆ ਜਾ ਆ ਜਾ ਕੋਲ ਆ ਗਈ ਹਰਨੀ ਬੈਠ ਗਈ ਗੋਡੇ 'ਤੇ ਮੂੰਹ ਰੱਖ ਕੇ ਬੜਾ ਰੁੜਦੀ ਤ੍ਰਿਪ ਤ੍ਰਿਪ ਪਾਣੀ ਡਿੱਗਦਾ ਕਹਿ ਰਹੇ ਮਾਤਾ ਜੀ ਵੱਧ ਘੱਟ ਬੋਲਦੀ ਹੁੰਦੀ ਸੀ ਮੈਂ ਵੀ ਤਰ ਜਾਣਾ ਗੱਲੀ ਬਾਤੀ ਉਹ ਪਈ ਨਾ ਜੂਨਾਂ ਵਿੱਚ ਕਹਿੰਦੇ ਕਿੰਨਾ ਸਮਝਾਇਆ ਸੀ ਤੇ ਅੰਮ੍ਰਿਤ ਛਕ ਲੈ ਅੰਮ੍ਰਿਤ ਛਕ ਲੈ ਅੰਮ੍ਰਿਤ ਛਕ ਲੈ ਤੇਰੇ ਜੂਨ ਹੀ ਜੀ ਸਰ ਕੇ ਕੀ ਗੱਲਾਂ ਬਾਤਾਂ ਨਾਲ ਈਸ਼ਵਰ ਆਪਣਾ ਕਾਨੂੰਨ ਬਦਲ ਦੇਗਾ ਅੱਗੇ ਨਹੀਂ ਧੱਕਾ ਤੁੱਕਾ ਚੱਲਦਾ ਜਿੱਥੇ ਲੇਖਾ ਮੰਗੇ ਤਿੱਥੇ ਦੇ ਜਾਤ ਨਾ ਜਾ ਇਹਨਾਂ ਗੱਲਾਂ ਦਾ ਕੋਈ ਕਦਰ ਨਹੀਂ ਕਰਦੇ ਕਰਨੀ ਹੀ ਕਰਕੇ ਛੁੱਟਦਾ ਹੈ ਹੁਣ ਦੱਸ ਅੰਮ੍ਰਿਤ ਨੂੰ ਵੀ ਗੱਲਾਂ ਇੱਧਰ ਉੱਧਰ ਬੜਾ ਰੋਣਾ ਅਖੀਰ ਕਹਿੰਦੇ ਦੇਖੋ ਹੁਣ ਤੁਹਾਡਾ ਪੱਲੇ ਦੀ ਸੋਚਦੇ ਹੈ ਉੱਠ ਕੇ ਖੜ੍ਹੇ ਹੋ ਗਏ ਜਿੱਥੇ ਵਾਲੇ ਵੀ ਅਰਦਾਸ ਕੀਤੀ ਹੈ ਗੁਰੂ ਨਾਨਕ ਸਾਹਿਬ ਸਾਨੂੰ ਜਨਮ ਦਿੱਤਾ ਪਾਲਣਾ ਕੀਤੀ ਜੋ ਵੀ ਸੇਵਾ ਕੀਤੀ ਉਹਦਾ ਫਲ ਇਹਨੂੰ ਦਿਓ ਇਹਦੀਆਂ ਕ੍ਰਿਤਾਂ ਇਸ ਨੂੰ ਮਾਫ਼ ਕਰੋ ਕਿਰਪਾ ਕਰਕੇ ਮਨੁੱਖ ਜਨਮ ਬਖਸ਼ੋ ਇਹ ਜੀ ਕਿਰਪਾ ਕਰੋ ਤੁਹਾਡਾ ਅੰਮ੍ਰਿਤ ਛੱਕ ਕੇ ਅਗਲੇ ਜਨਮ ਵਿੱਚ ਇਹਦਾ ਭਲਾ ਹੋ ਜਾਏ ਉਹ ਹਰਨੀ ਉੱਥੇ ਹੀ ਮਰ ਗਈ ਕਹਿੰਦੇ ਇਹ ਗੱਲ ਤੁਸੀਂ ਦੱਸਣੀ ਨਹੀਂ ਸਾਧੂ ਸੰਤ ਬੜੇ ਬੜੇ ਕੰਮ ਕਰਦੇ ਹਨ ਦੱਸੀਦਾ ਨਹੀਂ ਹੁੰਦਾ ਚੁੱਪ ਰਹੀਦਾ ਸੋ ਫਿਰ ਵਾਪਸ ਆ ਗਏ ਇਸੀ ਤਰ੍ਹਾਂ ਦੀਆਂ ਅਨੰਤ ਸਾਖੀਆਂ ਕੋਈ ਕਿਸੇ ਦੀ ਕੋਈ ਕਿਸੇ ਦੀ ਕੋਈ ਕਿਸੇ ਦੀ ਇਹ ਰੂਹਾਂ ਤੁਰੀਆਂ ਹੀ ਫਿਰਦੀਆਂ ਤੁਰੀਆਂ ਹੀ ਫਿਰਦੀਆਂ ਕਬੂ ਸਾਧ ਸੰਗਤ ਇਹ ਪਾਵੈ ਉਸ ਸਥਾਨ 'ਤੇ ਬੌਰ ਲਾਵੇ ਕਿਤੇ ਹੀ ਰੱਬ ਕਿਰਪਾ ਕਰੇ ਸਾਧ ਸੰਗਤ ਵਿੱਚ ਆਵੇ ਸੋਜੀ ਪਏ ਗੁਰੂ ਵਾਲਾ ਬਣੇ ਅਤੇ ਆਪਣਾ ਜਨਮ ਸਫਲਾ ਕਰੇ ਸਤ ਸੰਗਤ ਮਿਲੇ ਸੋ ਕਰੇ ਤੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰੇ ਤੇਰੇ ਮਾਧੋ ਜੀ ਸੰਗਤ ਮਿਲੇ ਸੋ ਕਰੇ ਤੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰੇ ਮੇਰੇ ਮਾਧੋ ਜੀ ਮੇਰੇ ਮਾਧੋ ਸਤ ਸੰਗਤ ਮਿਲੇ ਸੋ ਤਰੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ ਹਿਮਾਚਲ ਵਿੱਚ ਇੱਕ ਤੀਰਥ ਹੈ ਹੁਣ ਕਹਿੰਦੇ ਰਵਾਲ ਸਰ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਗੁਰਸਿੱਖਾਂ ਸਮੇਤ ਗੁਰਸਿੱਖਾਂ ਕੀ ਹਰ ਤੋੜਦੇ ਹਮ ਪਾਪੀ ਪੀ ਗਤ ਪਾਏ ਚਰਨ ਤੋੜੀ ਬਚਨਾਂ ਦੀ ਤੋੜੀ ਗੁਣਾਂ ਦੀ ਤੋੜੀ ਤਿੰਨ ਕਿਸਮ ਇੱਥੇ ਇੱਕ ਰੂਹ ਸਾਹਮਣੇ ਖੜੇ ਬੜੀਆਂ ਬੇਨਤੀਆਂ ਕੀਤੀਆਂ ਮਹਾਰਾਜ ਕਿਰਪਾ ਕਰੋ ਕਿਰਪਾ ਕਰੋ ਦਇਆ ਸਿੰਘ ਜੀ ਕਹਿੰਦੇ ਗਰੀਬ ਨਵਾਜ਼ ਇਹ ਕੌਣ ਹੈ
ਕਹਿੰਦੇ ਭਾਈ ਇਹਦੇ ਤੋਂ ਹੀ ਪੁੱਛ ਲੈ, ਆਪਣੀ ਜਵਾਨੀ ਚੰਗੀ ਕਹਾਣੀ ਦੱਸੇਗਾ। ਤੂੰ ਪੁੱਛਦੇ ਨੇ ਦਇਆ ਸਿੰਘ ਭਾਈ ਕੌਣ ਹੋ ਤੁਸੀਂ? ਅਤੇ ਗੁਰੂ ਜੀ ਅੰਤਰ ਜਾਮੀਆਂ ਸਭ ਜਾਣਦੇ ਜਨਮਾਂ ਦੀ, ਪਰ ਮੈਂ ਇਹਨਾਂ ਦੇ ਕਹਿਣ 'ਤੇ ਆਪਣੀ ਜਵਾਨੀ ਦੱਸਦਾ। ਅੱਜ ਤੋਂ 65 ਯੁੱਗ ਪਹਿਲਾਂ ਮੇਰੀ ਮਾਤਾ ਨੇ ਮੈਨੂੰ ਚੰਗੇ ਪਾਸੇ ਲਾ ਲਈ, ਕਾਕਾ ਰੱਬ ਦਾ ਨਾਮ ਵੀ ਲਿਆ ਕਰ, ਥੋੜ੍ਹਾ ਚਿਰ ਇਸ ਪਾਸੇ ਲੱਗਾ, ਫਿਰ ਮੈਂ ਰਾਜਾ ਬਣੇਗਾ, ਇਸ ਇਲਾਕੇ ਦਾ ਬਾਦਸ਼ਾਹ ਰਿਹਾ ਬੜਾ ਚਿਰ। ਉਸ ਤੋਂ ਬਾਅਦ ਫਿਰ ਮੈਂ ਅਭਿਆਸਾਂ ਵਿੱਚ ਪੈ ਗਿਆ, ਕੋਈ ਸ਼ਕਤੀਆਂ ਹਾਸਲ ਕੀਤੀਆਂ। ਮੇਰੀ ਸ਼ਕਤੀ ਨਾਲ ਪੱਥਰ ਪੇ ਤਰਦੇ ਨੇ ਪਾਣੀ 'ਤੇ, ਪਰ ਮੈਂ ਨਹੀਂ ਤਰਿਆ। ਇਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਰੂਹਾਨੀ ਜਿਹੜੇ ਬਜ਼ੁਰਗ ਹੁੰਦੇ ਨੇ ਕੱਖ ਵੀ ਸਮਝਦੇ ਇਹਨਾਂ ਗੱਲਾਂ, ਅਣਜਾਣ ਬੰਦਾ ਤਾਂ ਫਸਦਾ ਨਾ, ਲੈ ਆਹ ਦਿਖਾਤਾ ਉਹ ਦਿਖਾਤਾ, ਕੁਛ ਨਹੀਂ ਹੈ। ਜਦੋਂ ਪ੍ਰਲੋਕ ਵਿੱਚ ਧੱਕੇ ਪੈਂਦੇ ਨੇ ਫਿਰ ਪਤਾ ਲੱਗਦਾ। ਸੋ ਮੇਰੀ ਸ਼ਕਤੀ ਨਾਲ ਪੱਥਰ ਤਰਦੇ ਨੇ, ਪਰ ਮੈਂ ਨਹੀਂ ਤਰਿਆ। ਇਸ ਕਰਕੇ ਬੜਾ ਸਮਾਂ ਹੋ ਗਿਆ, ਉਹ ਚੇਲੇ ਚਪੱਟੇ ਵੀ ਬਹੁਤ ਸਨ, ਉਹ ਸਭ ਬਣੇ ਹੋਏ ਨੇ, ਗੁਰੂ ਕਿਵੇਂ ਗੁਰੂ ਕਿਵੇਂ। ਗੁਰੂ ਜੀ ਕਹਿੰਦੇ ਠੀਕ ਹੈ, ਇਹਦੀ ਗਤੀ ਕੀਤੀ, ਬਚਨ ਹੋਇਆ, ਇਹਦਾ ਭਲਾ ਹੋਇਆ। 65 ਜੋ ਗੁਰੂ ਨੇ ਖਾ ਲਏ ਨਾ ਧੱਕੇ, ਪਤਾ ਨਹੀਂ ਕਿਹਨੂੰ ਕਿੰਨਾ ਕਿੰਨਾ ਚਿਰ ਹੋ ਗਿਆ, ਕਿੰਨਾ ਕਿੰਨਾ ਚਿਰ। ਜਿਹੜੀ ਪੁਰਾਤਨ 100 ਸਾਲ ਹੀ ਹੈ, ਜਿਹਦੇ 'ਤੇ ਅੰਗਰੇਜ਼ਾਂ ਦੀ ਪਾਬੰਦੀ ਹੈ, ਉਹਦੇ ਵਿੱਚ ਇਹੋ ਜਿਹੇ ਬਚਨ ਲਿਖੇ ਹੋਏ ਹਨ। ਤੋ ਇਸ ਤਰ੍ਹਾਂ ਇਹ ਰੂਹ ਤੁਰੀ ਫਿਰਦੀ ਹੈ, ਕਬੂ ਸਾਧ ਸੰਗਤ ਹੋਏ ਪਾਵੇ, ਕਿਤੇ ਹੀ ਕਿਰਪਾ ਹੋਵੇ ਵਾਹਿਗੁਰੂ ਦੀ, ਅਤੇ ਇਹ ਵੀ ਆਪਣੇ ਆਪ 'ਤੇ ਕਿਰਪਾ ਕਰੇ। ਕਿਰਪਾ ਹੁੰਦੀ 5 ਕਿਸਮ, ਪਹਿਲੀ ਤਾਂ ਹੈ ਵਾਹਿਗੁਰੂ ਦੀ ਮਨੁੱਖ ਜਨਮ ਮਿਲ ਗਿਆ, ਦੂਜੀ ਹੈ ਮਾਤਾ ਪਿਤਾ ਦੀ ਸਰਦੀ ਗਰਮੀ ਤੋਂ ਬਚਾਇਆ, ਥੋੜ੍ਹਾ ਸਿਆਣਾ ਹੋ ਗਿਆ। ਤੀਸਰੀ ਕਿਰਪਾ ਪਾਂਧਿਆਂ ਦੀ ਹੈ, ਕੁਛ ਅੱਖਰ ਪੜ ਗਿਆ। ਚੌਥੀ ਕਿਰਪਾ ਗੁਰੂ ਦੀ ਹੈ, ਗੁਣ ਅਗੁਣ ਮੇਰਾ ਕਿਸੇ ਨਾ ਬਚਾ ਰਿਹਾ, ਬਖਸ਼ ਲਿਆ ਫਿਰ ਮਾਈ, ਗੁਰੂ ਵਾਲਾ ਬਣ ਗਿਆ। ਇੱਕ ਕਿਰਪਾ ਹੋਰ 5ਵੀਂ, ਉਹ ਆਪਣੇ 'ਤੇ ਆਪਣੇ ਆਪ 'ਤੇ ਆਪ ਕਰਨੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਸੀ, ਫਿਰ ਸ਼ਬਦ ਦੀ ਕਮਾਈ ਕਰਨੀ ਜਿਹੜਾ 5ਵਾਂ ਪਿਆਰ, ਆਪਣੇ ਆਪ 'ਤੇ ਆਪ ਕਿਰਪਾ। ਕਈ ਕਹਿੰਦੇ ਨੇ ਨਾਮ ਨਹੀਂ ਜਪਿਆ ਜਾਂਦਾ, ਗੱਲਾਂ ਬਾਤਾਂ ਹੁੰਦੀਆਂ, ਸਾਰੇ ਕੰਮ ਹੁੰਦੇ, ਇਹ ਤਾਂ ਇੱਕ ਸੂਖਮ ਵਿਸ਼ਾ, ਮਨ ਨਾਲ ਹੀ ਜਪਣਾ ਵਾਹਿਗੁਰੂ ਕਰਨਾ, ਕੋਈ ਕਿਸੇ ਨੂੰ ਹਟਾ ਸਕਦਾ? ਅੰਦਰ ਆਦਮੀ ਰੱਬ ਦਾ ਨਾਂ ਲਈ ਜਾਏ, ਹਾਥ ਪਾਉ ਕਰ ਕਾਮ ਸਭ ਚਿੱਤ ਨਿਰੰਜਨ ਨਾਲ, ਚਿੱਤ ਜਿਹੜਾ ਉਹਦੇ ਨਾਲ ਸਿਮਰਨ ਕਰੀ ਜਾਣਾ, ਹੱਥ ਪੈਰਾਂ ਨਾਲ ਕੰਮ ਵੀ ਕਰੀ ਜਾਣਾ, ਆਪਣਾ ਭਲਾ ਵੀ ਕਰਨਾ ਹੈ। ਰੱਥ ਬਗਾਨਾ ਕਾਰਜ ਆਪਣਾ ਸ਼ੀਘਰ ਲਿਓ ਸਵਾਰ, ਰੱਥ ਬਗਾਨਾ ਹੈ ਮੰਜ਼ਿਲ ਦੂਰ ਦੀ ਹੈ ਤੁਰਿਆ ਰਹੋ, ਰੱਥ ਬਗਾਨਾ ਕਾਰਜ ਆਪਣਾ ਕੰਮ ਤੇਰਾ ਹੀ ਹੈ ਸਰੀਰ ਤੇਰਾ ਨਹੀਂ ਹੈ, ਇਹ ਕਿਸੇ ਦਾ ਦਿੱਤਾ ਹੋਇਆ ਹੈ ਉਹਨੇ ਲੈਣਾ ਵੀ ਹੈ, ਕੰਮ ਤੇਰਾ ਆਪਣਾ ਹੈ। ਰੱਥ ਬਗਾਨਾ ਕਾਰਜ ਆਪਣਾ ਸੀਗਰ ਲਿਓ ਸਵਾਰ, ਇਸ ਨਾਲ ਸਫ਼ਰ ਤੈਅ ਕਰ ਤੁਰਿਆ ਰਹੋ, ਜਦੋਂ ਮੰਜ਼ਿਲ ਤੈਅ ਹੋ ਜਾਏਗੀ ਫਿਰ ਇਹਦੀ ਗਤੀ ਹੁੰਦੀ ਹੈ, ਨਹੀਂ ਤਾਂ ਇੱਥੇ ਹੀ ਤੁਰੇ ਫਿਰਦੇ ਨੇ, ਥੋੜ੍ਹਾ ਸਰੂਪ ਹੀ ਬਦਲਦਾ ਰੂਹਾਂ ਦਾ, ਹੋਰ ਤਾਂ ਕੁਛ ਨਹੀਂ। ਅੰਤ ਕਾਲ ਜੇ ਲਛਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੂਨ ਵਾਲ ਵਰ ਆਤਰਾ, ਸੱਪਣ ਗਿਆ ਇੱਥੇ ਤੁਰੇ ਫਿਰਦੇ ਨੇ। ਜਿਤਨੇ ਵੀ ਸੱਪ ਨੇ ਧਰਤੀ 'ਤੇ, ਇਹਨਾਂ ਦੇ ਪਿੱਛੇ ਕੋਈ ਕਾਰਨ ਹੈ, ਇਹ ਐਵੇਂ ਸੱਪ ਨਹੀਂ ਬਣੇ। ਇੱਕ ਤਾਂ ਉਹ ਸੱਪ ਨੇ ਜਿਹੜੇ ਮਰਨ ਲੱਗਿਆ ਲਛਮੀ ਮਾਇਆ ਵੱਲ ਧਿਆਨ, ਇੱਕ ਉਹ ਸੱਪ ਬਣੇ। ਬਾਗ ਸਾਵੇ ਸੋਹਣੇ ਚੱਲੇ ਹੁਕਮ ਅਪਾਰ, ਬੜੇ ਬਾਗ ਬਗੀਚੇ ਨੌਕਰ ਚਾਕਰ ਬੜੇ ਹੁਕਮ ਚੱਲਦੇ, ਰੰਗ ਤਮਾਸ਼ੀ ਬਹੁ ਵਿਧੀ, ਬੜੇ ਨਾਚ ਗਾਉਣੇ ਰੰਗ ਤਮਾਸ਼ੇ, ਬੜਾ ਪੈਸਾ ਇਹਨਾਂ ਗੱਲਾਂ ਵਿੱਚ ਲਾਉਂਦੇ ਸੀ। ਚਾਹੇ ਲੱਗ ਰਿਹਾ ਚਿੱਤ ਨਾ ਆਇਓ ਪਾਰ ਬ੍ਰਹਮ, ਤਾਂ ਸਰਬ ਕੀ ਜੂਨ ਗਿਆ ਦੂਜੇ ਉਹ ਲੋ, ਤੀਜੇ ਉਹ ਨੇ ਜਿਹੜੇ ਰੱਬ ਦੇ ਚੋਰ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਤੇ ਤਸਕਰ ਜੇ ਨਾਮ ਨਾ ਲੈਵੇ,
ਉਹ ਰੱਬ ਦੇ ਚੋਰ ਨੇ ਜਿਹੜੇ ਬੰਦਗੀ ਨਹੀਂ ਕਰਦੇ। 62,85 ਇਹ ਧਰਤੀ ਜਿਹੜੀ ਹੈ ਇਹ 49 ਕਰੋੜ ਯੋਜਨ ਹੈ ਤੇ 1 ਕਰੋੜ ਯੋਜਨ ਪੱਥਰ ਦੀ ਹੈ। ਪਾਣੀ ਵਿੱਚ ਦੱਸਿਆ 50 ਕਰੋੜ ਯੋਜਨ ਧਰਤੀ ਹੈ ਤੇ ਦੇਵਤਿਆਂ ਨੂੰ ਮਹਾਰਾਜ ਨੇ ਕਿਹਾ ਨਾਪੋ ਕਿ ਨਪਾਈ ਕਰਦੇ ਕਹਿੰਦੇ 49 ਕਰੋੜ ਯੋਜਨ ਇੱਕ ਦੱਸਦੇ ਕਹਿੰਦੇ ਫਿਰ ਦੇਖੋ 49 ਕਰੋੜ ਯੋਜਨ ਹੈ 1 ਕਰੋੜ ਦੱਸਦੇ ਹੀ ਨਹੀਂ। ਕੋਈ ਕਹਿੰਦਾ ਮੇਰੀ ਆ ਤੇਰੀ ਇੱਥੇ ਰੱਬ ਦਾ ਨਾਂ ਲਾ ਕਰਾਂਗੇ। ਜਦੋਂ 2-4 ਵਾਰੀ ਹੋਇਆ ਕਹਿੰਦੇ ਜਿਹੜੀ ਇਹਨਾਂ ਨੇ ਚੋਰੀ ਰੱਖੀ ਜਿਹਨੇ ਬਣਾਈ ਉਹਨੂੰ ਨਹੀਂ ਪਤਾ ਵੀ ਕਿੰਨੀ ਹੈ। ਉਹ ਜਿਹਦਾ ਮਨ ਮੈਲਾ ਹੋਵੇ ਉਹ ਰੱਬ ਕੋਲ ਵੀ ਝੂਠ ਬੋਲੇਗਾ, ਇਹ ਪੱਕੀ ਗੱਲ ਹੈ। ਦੇਵਤਿਆਂ ਦੇ ਮਨ ਸਾਫ਼ ਨਹੀਂ ਹੁੰਦੇ, ਮੈਲਾ ਵਰਮਾ ਮੈਲਾ ਇਹਦੇ ਇਹਨਾਂ ਦੇ ਮਨ ਵਿੱਚ ਮੈਲ ਹੈ, ਇਹ ਵੀ ਝੂਠ ਬੋਲ ਜਾਂਦੇ। ਬਾਣੀ ਵਿੱਚ ਬੜੇ ਪ੍ਰਮਾਣ ਹੁੰਦੇ। ਤਾਂ ਜਿਸ ਬੰਦੇ ਦੇ ਮਨ ਵਿੱਚ ਮੈਲ ਹੈ ਉਹ ਝੂਠ ਬੋਲਣ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਹੁਣ ਵਾਹਿਗੁਰੂ ਵੱਲੋਂ ਹੁਕਮ ਹੋਇਆ ਤੇ ਤਸਕਰ ਜੇ ਨਾਮ ਨਾ ਲਏ ਹੋਏ ਗੁਰੂ ਗ੍ਰੰਥ ਸਾਹਿਬ ਜੀ ਰੱਬ ਦਾ ਹੁਕਮ, ਜਿਹੜੇ ਜਿਹੜੇ ਬੰਦਗੀ ਨਹੀਂ ਕਰਨਗੇ ਇਹ ਰੱਬ ਦੇ ਚੋਰ, ਅਤੇ ਸਜ਼ਾ ਕੀ ਹੈ 62,85। ਉਹ ਜਿਹੜੀ 1 ਕਰੋੜ ਯੋਜਨ ਧਰਤੀ ਪੱਥਰ ਦੀ ਹੈ ਉੱਥੇ ਸੱਪ ਬਣ ਕੇ ਰਹਿਣਗੇ, ਖਾਣ ਵਾਸਤੇ ਰੱਜ ਕੇ ਮਿੱਟੀ ਵੀ ਨਹੀਂ ਮਿਲੇਗੀ। ਚਟਕੇ ਥੋੜ੍ਹੀ ਬਹੁਤੀ ਮਿੱਟੀ ਘੱਟਾ ਨੇਰੀ ਨੂੰ ਆ ਗਿਆ, ਕਈ ਅਜੇ ਥਾਂ ਤੋਂ ਉੱਥੇ ਮਿੱਟੀ ਨਹੀਂ ਨਿਰਾਈ ਪੱਥਰ। ਇਉਂ ਬੜੇ ਦੁਖੀ ਰਹਿਣਗੇ, ਇਹ ਉਹਨਾਂ ਨੂੰ ਜੂਨ ਮਿਲੇਗੀ। 3 ਹੋ ਗਏ, ਚੌਥੇ ਜਿਵੇਂ ਸਾਖੀ ਆਉਂਦੀ ਹੈ ਗੁਰੀਖੀਆਂ ਦਾ ਸਰਾਫਿਆ ਸਭ ਬਣ ਗਿਆ ਇਸ ਤਰੀਕੇ ਸਿਰ। 5 ਇੱਕ ਰਾਜਾ ਸੀ, ਜਿੱਥੇ ਤੀਰ ਡਿੱਗਦਾ ਉੱਥੇ ਸਮੇਤ ਜਗ, ਜਿੱਥੇ ਤੀਰ ਡਿੱਗਦਾ ਉੱਥੇ ਸਮੇਤ ਜਗ, ਜਜਾਤੀ ਦਾ ਨਾਮ, ਚਲੋ ਇਹਨੂੰ ਸਵਰਗ ਦਿੱਤੀ ਜਾਏ। ਇਹ ਕਹਿੰਦਾ ਜਿਹੜੇ ਪਹਿਲੀ ਇੰਦਰ ਦੇ ਘਰੋਂ ਹੈ ਉਹਦੇ ਨਾਲ ਵਿਆਹ ਕਰਾਉਣਾ। ਲਿਖੀ ਲਈ ਜਾਂਦੇ ਇਹਦਾ ਭਗਵਾਨ ਜੜ ਭਰਤ ਜੀ ਵੀ ਹਨ। ਕਹਿੰਦਾ ਸਰਕ ਸਰਕ ਸਰਕ, ਇਹਨੂੰ ਐਂ ਲੱਗਿਆ ਰਿਖੀ ਨੂੰ ਵੀ ਮੈਨੂੰ ਕਹਿ ਰਿਹਾ ਸਰਪ। ਕਹਿੰਦਾ ਸਰਪ ਤੂੰ ਹੋਵੇਂਗਾ, ਮੈਂ ਥੋੜ੍ਹੀ ਹੋਵਾਂ। ਇਹ ਸਭ ਬਣ ਕੇ ਡਿੱਗਾ ਰੂਪੀ ਵਿੱਚ, ਜ਼ਿਲ੍ਹਾ ਸੀਤਾਪੁਰ ਹੈ ਨੀਮ ਸਰ ਡਿੱਗਾ। ਇਹਦੀ ਲੜਕੀ ਦੇ ਲੜਕੇ ਸੀ, ਉਹਨਾਂ ਨੇ ਫਿਰ ਆਪਣੇ ਨਾਨੇ ਦੇ ਨਿਮਿੱਤ ਬੜੀ ਬੰਦਗੀ ਕੀਤੀ ਵੀ ਕਿਸੇ ਤਰ੍ਹਾਂ ਸੱਪ ਦੀ ਜੂਨ ਵਿੱਚੋਂ ਨਿਕਲੇ, ਫਿਰ ਜਾ ਕੇ ਇਹਦਾ ਕਿਤੇ ਭਲਾ ਹੋਇਆ। ਇਉਂ ਕਈ ਕਾਰਨ ਹਨ ਸੱਪ ਦੀ, ਆ ਜਿਹੜੇ ਸੱਪ ਤੁਰੇ ਫਿਰਦੇ ਨੇ ਜਿਹੜੇ ਹੁੰਦੇ ਨੇ ਚਿੱਟੇ ਰੰਗ ਦੇ, ਇਹਨਾਂ ਨੂੰ 2 ਜਨਮ ਦੀ ਸੋਝੀ ਹੁੰਦੀ ਆਪਣੀ ਅਤੇ ਜਿਹੜਾ ਸਾਹਮਣੇ ਆ ਜਾਵੇ ਉਹਦੀ ਵੀ, ਕਾਲੇ ਰੰਗ ਵਾਲਿਆਂ ਨੂੰ ਵੀ ਹੁੰਦੀ ਹੈ। ਇਹਨਾਂ ਦੀਆਂ 3100-3200 ਕਿਸਮਾਂ ਨੇ, ਉਹਨਾਂ ਵਿੱਚੋਂ 101 ਸ਼ਾਂਤੀ ਹੋਈ ਹੈ ਲਿਖੀਆਂ ਮੁਨੀਆਂ ਨੇ, ਇਹ 1 ਕਿਸਮ ਦੇ ਨਹੀਂ ਹਨ। ਇਹਨਾਂ ਦਾ ਜਿਹੜਾ ਮੁਖੀ ਹੈ, ਜਿਵੇਂ ਉੱਡਣ ਵਾਲਿਆਂ ਜਾਨਵਰਾਂ ਦਾ ਮੁਖੀ ਗਰੜ ਹੈ, ਜਾਂ ਹੰਸਾਂ ਵਿੱਚੋਂ ਹੰਸ ਹੈ, ਉੱਡਣ ਵਾਲਿਆਂ ਵਿੱਚੋਂ ਮੁਖੀ ਗਰੜ, ਇਸੇ ਤਰ੍ਹਾਂ ਇਹਨਾਂ ਦਾ ਤਚਕ ਜੋ ਸਵਰਗ ਵਿੱਚ ਰਹਿੰਦਾ ਦੇਵਰਾਜ ਇੰਦਰ ਦੇ ਕੋਲ, ਸੱਪਾਂ ਦਾ ਮੁਖੀ ਹੈ। ਤੋ ਇੰਨੀਆਂ ਹੀ ਜੂਨਾਂ ਹਨ, ਇੰਨੀਆਂ ਇਹ ਤੁਰੇ ਹੀ ਫਿਰਦੇ, ਖਾਂਦੇ ਕੀ ਨੇ ਮਿੱਟੀ, ਸੱਪ ਨੂੰ ਸੱਪ ਖਾਈ ਜਾਂਦਾ, ਮਿੱਟੀ ਖਾਈ ਜਾਂਦਾ, ਕੀੜੇ ਮਕੌੜੇ ਖਾਈ ਜਾਂਦਾ, ਜ਼ਹਿਰ ਸਿਰ ਵਿੱਚ ਹੁੰਦਾ, ਬੜੇ ਦੁਖੀ ਚਾਹੁੰਦੇ ਨੇ ਕਿਤੇ ਚੰਦਨ ਦਾ ਦਰਖਤ ਮਿਲੇ, ਉਹਨੂੰ ਲਿਪਟੀਏ, ਸ਼ਾਂਤੀ ਮਿਲੇ, ਜ਼ਹਿਰ ਇਹਨਾਂ ਦੇ ਵਿੱਚ ਵਾਧੂ। ਕਿਤਨਾ ਦੁੱਖ ਮੁਸੀਬਤਾਂ ਵਿੱਚ ਪਏ ਹੋਏ, ਗਲਤੀ ਕੀ ਹੋਈ, ਰੱਬ ਦੀ ਬੰਦਗੀ ਨਹੀਂ ਕੀਤੀ, ਬਸ ਹੋਰ ਤਾਂ ਕੁਛ ਨਹੀਂ। ਮੁੱਖ ਮਨੁੱਖ ਜਨ ਇਹਨਾਂ ਨੂੰ ਵੀ ਮਿਲਿਆ ਸੀ। ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੀਂ ਜੇ ਮਰੇ, ਸਰਪ ਜੂਨ ਵੱਲ ਵੱਲ ਉਤਰੇ, ਅਰਿਬਾਈ ਗੋਬਿੰਦ ਨਾਮ ਮਤ ਬਿਸਰੇ। ਅੰਤ ਕਾਲ ਜੇ ਇਸਤਰੀ ਸਿਮਰੇ, ਧਿਆਨ ਰਹਿ ਗਿਆ, ਖਿਆਲ ਰਹਿ ਗਿਆ, ਉਧਰੋਂ ਜਾਨ ਨਿਕਲੀ, ਵਿਸਵਾ ਜੂਨ ਵਾਲ ਵਾਲ ਔਤਰ। ਜਿਤਨੀਆਂ ਵੀ ਸੰਸਾਰ ਤੇ ਵਿਸਵਾਵਾਂ ਹਨ, ਗੁਰਬਾਣੀ ਅਨੁਸਾਰ ਸਿੱਧ ਹੋਇਆ ਪਿਛਲੇ ਜਨਮ ਵਿੱਚ, ਉਹ ਰੂਹਾਂ ਹਨ ਜਿਹਨਾਂ ਦਾ ਇਉਂ ਧਿਆਨ ਰਹਿ ਗਿਆ। ਅੰਤਕਾਲ ਦੀ ਲੜਕੇ ਸਿਮਰੈ, ਮੁੰਡਿਆਂ ਵੱਲ ਧਿਆਨ ਹੈ, ਇੱਕ ਤਾਂ ਵੀ ਚਲੋ ਆਪਣੇ ਔਲਾਦ ਨਹੀਂ ਮਰ ਚੱਲੇ, ਕਿਤੇ ਕਾਕਾ ਹੀ ਹੁੰਦਾ, ਇੱਕ ਤਾਂ ਉਹਨਾਂ ਦਾ ਜਨਮ ਬਰਬਾਦ ਖਿਆਲ ਆ ਗਿਆ। ਇੱਕ ਉਹ ਜਿਨ੍ਹਾਂ ਦੇ ਬੱਚਿਆਂ ਨੂੰ ਯਾਦ ਕਰਦੇ ਨੇ, ਵੱਡਾ ਕਿੱਥੇ ਹੈ, ਛੋਟਾ ਕਿੱਥੇ ਹੈ, ਅਮਕਾ ਕਿੱਥੇ ਹੈ, ਟਿਮਕਾ ਕਿੱਥੇ ਹੈ, ਲੜਕੇ ਸਿਮਰੈ, ਉਹਨੂੰ ਯਾਦ ਕਰਦਾ ਬਾਰ ਬਾਰ।
ऐसी चिंता में जी मरे सुकर जो सूर दा जन्म मिल गया मृत्यु होया अगे फिर सूर दा जन्म मृत्यु होया अगे फिर दा जो इन सैकड़े जन्म सूर दे ओलो कटते हैं जिन्हों का मर लगिया ध्यान अपने मुंडिया बच्चों वल रह गया अंतकाल जे मंदिर सिमरे चौंपड़ी छप्पर मकान जिदे विच भी कोई रहिंदा है मंदिर जिदे विच रह रहा है ऐसी चिंता में जे मरे इधर ख्याल है उधरों आखिरी श्वास निकल गया जान निकल गई अगे की है प्रेत जो प्रेत जो जून विच प्रेत पिंजर में दुख कनेरे इन्हों का तीन तत् का शरीर होंदा है आकाश है अग है हवा है बहुत छोटा जा हो जा इन्ने दुखी होंदे ने यही जान जा सवन की भुख सुई के नके जिन्ना मूह रजदे है नहीं प्रेत जून वाल वाल आतरा गुरु ग्रंथ साहब जी कहते गलती की हुई जीवदे जी चित तोड़ना सी मकाना नाल जो भी मैल माड़ी छत बैठा है छप्पर है मकान है ये चित नहीं लाना चित वाहगुरु लाना ये तो रहने वास्ते रहन बसेरा है बस और कुछ नहीं कई दिखाते नहीं आ देख मेरा इधर नू है बड़ा चित लग्या होंगे ये दिखाने वास्ते नहीं होंगे ये मोटी मत है जो कोई मकान किसी दिखाता है कोई चंगी गल नहीं है रहने चार दिन रही जा दिखाने का क्या मतलब तेरे वास्ते तो अपना टाइम पास कर इधर देखो किमें है इधर देखो किमें उहदे विच ध्यान लग्या होया ख्याल है बड़ा सूक्ष्म है कोठे मंडप माड़िया इतना लाई चित फरीदा कोठे मंडप माड़िया इतना लाई चित मिट्टी पई अतोल कोई ना उसी मिलती केड़िया कंधा मिट्टी दियाँ तोल तोल के बनाईया भी इन्ने सिर लगी है इन्नी है ये चित ना ला चित्रा मनाली ला तो इस करके अंत काल जे मंदिर सिमर ऐसी चिंता में जे मर प्रेत जो वाल वाला प्रेत बन गया फिर प्रेत बन गया प्रेत बन गया फिर प्रेत बन गया ये होंगे ने चार लख किस्म दे नरकां विच भी जीव चार लख किस्म दे देवते भी चार लख किस्म दे बंदे भावें इको जी ने है ना निगे निगे रेखा च भी पर कई किस्म कोई किसी ने मिलता नहीं इन्हों किस्म दुखी सुखी उम्र वादियाँ घटियाँ कई शक्ल होंगे सो प्रेत जून वाल वाल आतरा बार बार प्रेत बनते बार बार की फायदा होया एक तो ख्याल रह गया मकाना वाल तो की सवारिया इन्होंने प्रेत बना के सुटिया इतू चंगा सी गुरु नानक जी का ध्यान धर लेंदे इतने ख्याल हो सकता कि गुरु नानक जी का ध्यान ये बुत प्रस्ती नहीं नहीं ये नहीं बुत प्रस्ती जी लक्ष्मी का ध्यान सब बना सकता है स्त्री का ध्यान वेसवा बना सकता है मुंडे का ध्यान तो बहुत ही है सूर बना सकता है इट वट्टे मकान चौंपड़ी छप्पर प्रेत बना सकता है गुरु नानक जी का ध्यान तेरी गति नहीं कर सकता ध्यान तरो जे बाहर ना तरना आ जिन्ने ध्यान तरे बिगड़ गई ना जिंदगी ऐसे मरो जे बाहर ना मरना उसका सिमरन करते करते ध्यान तरो ते ही को मन में जे अमतो सब जग छाए उस वाहेगुरु का वाहेगुरु नाम का गुरु महाराज का उस शब्द का मन विच ध्यान रखना जिवें कोई बच्चा है मन विच माँ ध्यान रखती है इन भुख लगी होगी गाय दूर चुकती है बड़े प्रमाण ने बाणी विच बच्चे का ध्यान रखती है कोई जड़ी है सिमरन करके अपने बच्चों का सिमरन उड़ा उड़ आवा सको सत पाछे बचर अशरिया तेन कौन खिलावै कौन चगावै मन में सिमरन करे मन में सिमरन का बल करके बच्चों का ध्यान रखते इसी तरह ध्यान तरो ते ही को मन में जे अमतोज सब जग छायो जिसने सारी सृष्टि बनाई है ओदा ध्यान इउं दसिया
सास सास दे गेड़े जपिए वाहेगुरु, सास सास दे गेड़े जपिए वाहेगुरु, सास सास दे गेड़े जपिए वाहेगुरु, दे गेड़े जपिए वाहेगुरु। ਗੇੜੇ ਜਪੀਏ ਵਾਹਿਗੁਰੂ ਵਾਹਿਗੁਰੂ। ਜਦੋਂ ਫਿਰ ਇਸ ਰੂਹ ਨੇ ਜਾਣਾ ਹੁੰਦਾ ਹੈ, ਰੂਹ ਬੜੀ ਸੂਖਮ ਹੁੰਦੀ ਹੈ, ਇਹ ਤੇ ਅੱਖਾਂ ਰਸਤੇ ਨਿਕਲ ਜਾਏ ਅਗਲਾ ਜਨਮ ਪਤੰਗੇ ਦਾ ਤਿਆਰ ਹੈ, ਜੇ ਕੰਨਾਂ ਰਸਤੇ ਨਿਕਲ ਜਾਏ ਅਗਲਾ ਜਨਮ ਮਿਰਗ ਦਾ ਤਿਆਰ ਹੈ, ਉਹ ਜੂਨ ਮਿਲੇ। ਜੇ ਰੂਹ ਨੱਕ ਰਸਤੇ ਨਿਕਲ ਜਾਏ ਅੱਗੇ ਪੌਰੇ ਦਾ ਜਨਮ ਤਿਆਰ ਹੈ, ਜੇ ਮੁੱਖ ਦੇ ਰਸਤੇ ਰੂਹ ਨਿਕਲ ਜਾਏ ਮੂੰਹ ਅੱਡਿਆ ਰਿਹਾ ਰੂਹ ਨਿਕਲ ਜਾਏ ਅੱਗੇ ਮੱਛੀ ਦਾ ਜਨਮ ਤਿਆਰ ਹੈ, ਮਲ ਮੂਤਰ ਦੇ ਰਸਤੇ ਰੂਹ ਨਿਕਲ ਜਾਏ ਅੱਗੇ ਗੰਦਗੀ ਦਾ ਕੀੜਾ ਤਿਆਰ ਹੈ, ਚੂਨਾ ਵਿੱਚ ਜਾਣਾ ਹੈ। ਪਰ ਜਿਹੜੇ ਸ਼ਬਦ ਵਾਲੇ ਹਨ, ਨਾਮ ਵਾਲੇ ਹਨ, ਗੁਰੂ ਵਾਲੇ ਹਨ, ਸਿਮਰਨ ਵਾਲੇ ਹਨ, ਉਹ ਕਿਸੇ ਰਸਤੇ ਨਿਕਲ ਜਾਣ, ਸਭ ਪ੍ਰਵਾਨ ਹੀ ਪ੍ਰਵਾਨ, ਅੱਖਾਂ ਰਸਤੇ ਨਿਕਲ ਜਾਣ, ਮੁੱਖ ਰਸਤੇ ਨਿਕਲ ਜਾਣ, ਗੁਰ ਕਾ ਸੇਵਕ ਨਰਕ ਨਾ ਜਾਏ, ਉਹ ਇਹਨਾਂ ਗੱਲਾਂ ਵਿੱਚ ਨਹੀਂ ਜਾਂਦੇ। ਉਹ ਜਿਸ ਸ਼ਬਦ ਦੀ ਕਮਾਈ ਕੀਤੀ ਹੁੰਦੀ ਹੈ ਵਕਤ ਅਖੀਰ, ਉਹ ਇਸ ਨੂੰ ਲੈਣ ਆਉਂਦਾ, ਆਪਣੇ ਵੱਲ ਖਿੱਚਦਾ। ਦੇਖਿਆ ਹੋਣਾ ਬਾਜ, ਜਦੋਂ ਬਾਜ ਝਪਟਾ ਮਾਰਦਾ ਹੈ ਚਿੜੀ ਨੂੰ ਆਪਣੇ ਪੰਜੇ ਵਿੱਚ ਲੈ ਲੈਂਦਾ, ਮਜਾਲ ਕੀ ਹੈ ਚਿੜੀ ਦੀ ਛੁੱਟ ਜਾਏ। ਇਹ ਸ਼ਬਦ ਜਿਸਨੇ ਅਨੇਕਾਂ ਬ੍ਰਹਮੰਡ ਬਣਾਏ ਹਨ, ਕੋਟ ਬ੍ਰਹਮੰਡ ਕੋ ਠਾਕਰ ਸਵਾਮੀ ਸਗਤੀਆਂ ਕਾ ਦਾਤਾ ਰਹੇ, ਇਹ ਜੋ ਸ਼ਬਦ ਦੀ ਕਮਾਈ ਕੀਤੀ ਹੈ, ਜੋ ਪੰਜੇ ਪਿਆਰੇ ਨੇ ਦਿੱਤਾ ਹੈ ਨਾਮ ਸ਼ਬਦ, ਇਹਦੇ ਵਿੱਚ ਤਾਕਤ ਜਿਹੜੀ ਹੈ ਉਹਨੂੰ ਅੱਜ ਤੱਕ ਕਿਸੇ ਨੇ ਦੱਸਿਆ ਨਹੀਂ। ਕਿਤਨੀ ਹਰ ਪਰਨ ਜਾਗਾ ਨੇਤਰਪੁਰ, ਐਸਾ ਜੋ ਸ਼ਬਦ ਪਰਿਪੂਰਨ ਹੈ ਜਿਸਨੂੰ ਗੁਰੂ ਆਪਾਂ ਕਹਿੰਦੇ, ਸ਼ਬਦ ਗੁਰੂ ਸੁਰ ਤੋਂ ਚੇਲਾ, ਇਸ ਸਿੱਖ ਦੇ ਧਿਆਨ ਨੂੰ ਸੁਰਤੀ ਨੂੰ ਆਪਣੇ ਪੰਜੇ ਵਿੱਚ ਲੈ ਕੇ ਉਡਾਰੀ ਮਾਰਦਾ ਹੈ। ਜਿਸ ਦੇਸ਼ ਤੋਂ ਇਹ ਆਇਆ ਹੁੰਦਾ ਹੈ, ਇਸ ਨੂੰ ਸੌਖਾ ਸਮਝਣ ਵਾਸਤੇ ਸਾਡੇ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਬੜੇ ਅੱਛੇ ਢੰਗ ਨਾਲ ਸਮਝਾਇਆ। ਗੁਰੂ ਕਾ ਦਰਬਾਰ ਸਜਿਆ, ਕੀ ਦੇਖਿਆ, ਇੱਕ ਮਹਾਤਮਾ ਆਇਆ, ਖੜਾਵਾਂ ਦੂਰ ਲਾਈਆਂ ਹੱਥ ਵਿੱਚ ਖਾਂਬਾਂ, ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਹੱਥ ਜੋੜ ਕੇ ਖੜਾ, ਕੁਝ ਬਚਨ ਬਲਾਸ ਹੋਏ। ਆਪਨੇ ਬੜੀ ਕਿਰਪਾ ਕੀਤੀ, ਜ਼ੁਲਮ ਦੇ ਨਾਸ ਵਾਸਤੇ ਅਵਤਾਰ ਤਾਰਿਆ। ਜਦੋਂ ਜਦੋਂ ਵੀ ਕੋਈ ਸੰਸਾਰ 'ਤੇ ਅਵਤਾਰ ਤਾਰਦਾ ਹੈ, ਮੈਂ ਦਰਸ਼ਨ ਕਰਨ ਆਉਂਦਾ ਹੀ ਨਾਰਦਾ, ਵਰਮਾ ਦਾ ਪੁੱਤਰ ਨਾਰਦਾ। ਸੋ ਗੁਰੂ ਜੀ ਤੋਂ ਆਗਿਆ ਲੈ ਕੇ ਖੰਭ ਪੇਟਾ ਕਰਕੇ ਚਲਾ ਗਿਆ। ਜਦੋਂ ਜੋੜਿਆਂ ਵਿੱਚ ਗਿਆ, ਨਜ਼ਰ ਹੀ ਨਹੀਂ ਆਇਆ ਕਿੱਧਰ ਗਿਆ। ਗੁਰਸਿੱਖ ਪੁੱਛਦੇ ਨੇ ਸੱਚੇ ਪਾਤਸ਼ਾਹ, ਇਹ ਕੌਣ ਸੀ? ਕਹਿੰਦੇ ਭਾਈ ਨਾਰਦ ਸੀ, ਦਰਸ਼ਨ ਕਰਨ ਆਇਆ ਸੀ, ਖੰਭ ਪੇਟਾ ਕਰ ਗਿਆ, ਇਹਨੂੰ ਤੀਰਾਂ ਦੇ ਨਾਲ ਛੱਡ ਦਿਓ। ਜਿਹੜੇ ਲੋਕ ਤੀਰ ਬਣਾਉਂਦੇ ਸਨ, ਉਹਨਾਂ ਨੇ ਤੀਰਾਂ ਦੇ ਨਾਲ ਇੱਕ ਇੱਕ ਖੰਭ ਇੱਕ ਇੱਕ ਤੀਰ ਦੇ ਨਾਲ ਐਂ ਜੜ ਦਿੱਤਾ, ਵਧੀਆ ਕਰ ਲਿਆ, ਪੇਟਾ ਕੀਤਾ। ਅਗਲੇ ਦਿਨ ਲੋਕ ਦੁਪਹਿਰਾ ਜਦੋਂ ਪਿਛਲਾ ਟਾਈਮ ਹੋਇਆ, ਗੁਰੂ ਜੀ ਕਹਿੰਦੇ ਚਲੋ ਭਾਈ ਖੁੱਲ੍ਹੇ ਮੈਦਾਨ ਵਿੱਚ।
350 ਸਿੰਘ ਗੁਰੂ ਜੀ ਨੇ ਦੂਰ ਦੂਰ ਖੜੇ ਕੀਤੇ, ਕੁਛ ਪੈਦਲ ਕੁਛ ਘੋੜਿਆਂ ਤੇ। ਕਹਿੰਦੇ ਦੇਖੋ ਆ ਅਸੀਂ ਤੀਰ ਚਲਾਉਣੇ ਨੇ, ਜਿਹਦੇ ਕੋਲ ਜਿਸ ਪਾਸੇ ਡਿੱਗੇ ਤੁਹਾਡੀ ਇਹੀ ਸੇਵਾ ਹੈ, ਤੀਰ ਫੜ ਕੇ ਸਾਡੇ ਕੋਲ ਲੈ ਕੇ ਆ ਜਾਣਾ। ਹੁਣ ਗੁਰੂ ਜੀ ਨੇ ਆਕਾਸ਼ ਵੱਲ ਇੱਕ ਇੱਕ ਕਰਕੇ ਸਾਰਾ ਹੀ ਪੱਥਰ ਖਾਲੀ ਕਰ ਦਿੱਤਾ। 350 ਸਿੱਖ ਦੇਖ ਰਿਹਾ ਉੱਪਰ ਨੂੰ ਤੀਰ ਥੱਲੇ ਆਇਆ ਹੀ ਨਹੀਂ ਲੱਗਦਾ। ਲਿਆਓ ਬਈ ਕਿੱਥੇ ਡਿੱਗੇ, ਦੂਰ ਦੂਰ ਖੜੇ ਸਨ, ਕੋਈ ਨੇੜੇ ਕੋਈ ਦੂਰ। ਪਹਿਰ ਪੱਕਾ ਸਮਾਂ ਬੀਤ ਗਿਆ 3 ਘੰਟੇ, ਹੌਲੀ ਹੌਲੀ ਇਕੱਠੇ ਹੋਣ ਲੱਗ ਗਏ। ਮਹਾਰਾਜ ਕਹਿੰਦੇ ਤੀਰ ਨਹੀਂ ਲੱਭੇ, ਨਹੀਂ ਮਾਰਨਾ। ਇੱਧਰ ਉੱਧਰ ਧਿਆਨ ਨਾਲ ਦੇਖਣਾ ਸੀ, ਗਰੀਬ ਬਾਅਦ ਬੜਾ ਦੇਖਿਆ, ਸਾਨੂੰ ਐਂ ਲੱਗਿਆ ਵੀ ਥੱਲੇ ਆਏ ਹੀ ਨਹੀਂ, ਪਤਾ ਨਹੀਂ ਤਾਂ ਹੀ ਚਲੇ। ਅੱਛਾ ਚਲੋ ਫਿਰ ਚੱਲੀਏ। ਇੱਕ ਸਿੱਖ ਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਹੱਥ ਜੋੜੇ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਸਮੇਂ ਵਿੱਚ ਕੋਈ ਗੱਲ ਨਹੀਂ ਆ ਰਹੀ, ਆਪ ਕਿਰਪਾ ਕਰੋ, ਸਾਨੂੰ ਕੀ ਸਮਝਾਉਣਾ ਚਾਹੁੰਦੇ ਇਹ ਦੱਸੋ। ਕੋਈ ਕਹਿੰਦੇ ਹਾਂ ਹੁਣ ਗੱਲ ਟਿਕਾਣੇ 'ਤੇ ਆਈ, ਬੈਠ ਜਾਓ ਸਾਰੇ 350 ਬੈਠ ਗਏ। ਗੁਰੂ ਕਹਿੰਦੇ ਦੇਖੋ ਗੁਰਮੁਖੋ, ਗੱਲ ਇਸ ਤਰ੍ਹਾਂ ਹੈ, ਜੋ ਆਪਣੇ ਪਾਸ ਤੀਰ ਲੈ ਕੇ ਆਇਆ ਸੀ ਬਰਮਾ ਦਾ ਬੇਟਾ ਨਾਰਦ ਜੀ, ਕੱਲ੍ਹ ਉਹ ਖੰਭ ਤੀਰਾਂ ਨਾਲ ਜੜੇ ਗਏ ਖੰਭ ਜੋ ਲੈ ਕੇ ਆਇਆ ਸੀ, ਉਸੀ ਤੁਹਾਨੂੰ ਖੜੇ ਕੀਤਾ ਹੈ, ਉਹ ਚਲਾਏ ਨੇ। ਇਹ ਸੱਚ ਹੈ ਕਿ ਥੱਲੇ ਡਿੱਗਾ ਹੀ ਕੋਈ ਨਹੀਂ ਨਾ ਡਿੱਗਣਾ ਹੈ, ਇਹ ਠੀਕ ਹੈ। ਤੁਹਾਨੂੰ ਮਿਲਣੇ ਕਿੱਥੋਂ ਸੀ ਜਦੋਂ ਡਿੱਗੇ ਹੀ, ਹੁਣ ਕੋਈ ਸ਼ੰਕਾ ਹੀ ਨਹੀਂ ਰਹੇਗੀ। ਆਕਾਸ਼ ਮੰਡਲਾਂ ਵਿੱਚ ਇੱਕ ਅਨਲ ਪੰਛੀ ਰਹਿੰਦਾ, ਹਮਾਂਜੂ ਪੰਛੀ ਵੀ ਕਹਿੰਦੇ, ਦੋ ਨਾਂ ਉਹਦੇ ਖੰਭ ਸੀ, ਹੈ ਸਿੰਘ ਸਾਧ ਸਿੰਘ, ਉਹ ਵੀ 84 ਚ। ਉਹ ਕੋਈ ਪਰਮ ਨਹੀਂ ਹੈ, 84 ਦਾ ਗੇੜਾ ਬੜਾ ਵੱਡਾ ਹੈ। ਉਹਦੇ ਵਿੱਚ ਇਹ ਤਸੀਰ ਹੈ, ਇੱਕ ਸ਼ਕਤੀ ਹੈ, ਇਹ ਸੱਤਿਆ ਹੈ, ਇਹ ਬਖਸ਼ਿਸ਼ ਹੈ ਕਿ ਜਿਹੜੀ ਚੀਜ਼ ਉਹਦੇ ਨਾਲ ਬੰਨ ਕੇ ਉਹਦੇ ਵੱਲੋਂ ਘੱਲ ਦਈਏ, ਜਿੱਥੋਂ ਦੇ ਖੰਭ ਰਹਿਣ ਵਾਲੇ ਨੇ ਉਸ ਮੰਡਲ ਵਿੱਚ, ਉਹ ਫਿਰ ਥੱਲੇ ਡਿੱਗਦੇ ਨਹੀਂ, ਅਸੀਂ ਦੇਖਦੇ ਨਹੀਂ, ਬਹੁਤ ਉੱਚੇ ਜਹਾਜ਼ ਚਲੇ ਜਾਂਦੇ, ਆਰਾਮ ਨਾਲ ਖੜੇ ਕਰ ਛੱਡਦੇ ਨੇ। ਫੌਜੀਆਂ ਨੂੰ ਪੁੱਛੋ, ਬਹੁਤ ਉੱਚੇ ਥੱਲੇ ਨਹੀਂ ਆਉਂਦੇ। ਉੱਥੇ ਉਹ ਜਿੱਥੇ ਮਾਂਜੂ ਪੰਛੀ ਅਨਲ ਪੰਛੀ ਰਹਿੰਦਾ ਹੈ, ਇਹ ਤੀਰਾਂ ਨੂੰ ਖੰਭ ਉੱਥੇ ਲੈ ਗਏ, ਇਹਦਾ ਮਤਲਬ ਇਹ ਹੈ। ਉਹ ਸਿੱਖ ਕਹਿ ਰਿਹਾ ਮਹਾਰਾਜ ਸਾਡੇ ਤਾਂ ਸਮਝ ਕੁਛ ਨਹੀਂ ਆਇਆ। ਕਹਿੰਦੇ ਇਸੀ ਤਰ੍ਹਾਂ ਇਹ ਜੋ ਗੁਰਬਾਣੀ ਹੈ ਇਹ ਨਿਰੰਕਾਰ ਦੇ ਦੇਸ਼ ਵਿੱਚੋਂ ਆਈ ਹੈ, ਇਸ ਕਰਕੇ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ। ਨਿਰੰਕਾਰ ਉਸਨੂੰ ਕਹਿੰਦੇ ਹਨ ਜਿਹਨੂੰ ਹੱਥ ਨਾ ਲੱਗੇ, ਅੱਖਾਂ ਨਾਲ ਦਿਸੇ ਨਾ, ਫੜਿਆ ਨਾ ਜਾਏ, ਇਤਨਾ ਸੂਕਸ਼ਮ ਕਿ ਆ ਮਿੱਟੀ ਹੈ ਧਰਤੀ, ਇਹਦੇ ਨਾਲ ਹਜ਼ਾਰਾਂ ਗੁਣਾ ਸੂਕਸ਼ਮ ਪਾਣੀ ਹੈ, ਪਾਣੀ ਨਾਲੋਂ ਹਜ਼ਾਰਾਂ ਗੁਣਾ ਸੂਕਸ਼ਮ ਅੱਗ ਹੈ, ਹਵਾ ਹੈ, ਇਹਦੇ ਨਾਲੋਂ ਹਜ਼ਾਰਾਂ ਗੁਣਾ ਸੂਕਸ਼ਮ ਆਕਾਸ਼ ਹੈ। ਅਤੇ ਇਹ ਜਿਹੜਾ ਆਕਾਸ਼ ਇਸ ਨਾਲੋਂ ਕਰੋੜਾਂ ਗੁਣਾ ਸੂਕਸ਼ਮ ਹੋ ਗਿਆ ਸਾਰੇ ਹੀ ਹੈ। ਇਹਨੂੰ ਇੱਕ ਪਹਾੜ ਬਣਾ ਲਓ ਬੜਾ ਵੱਡਾ, ਉਹਦੇ ਸਾਹਮਣੇ ਸਰੋਂ ਦਾ ਦਾਣਾ, ਨਿਰੰਕਾਰ ਇਤਨਾ ਸੂਕਸ਼ਮ ਹੈ, ਇਹ ਜਿੱਥੋਂ ਬਾਣੀ ਆਈ ਹੈ। ਉਸ ਨਿਰੰਕਾਰ ਦੀ ਜਿਹੜੀ ਇਹ ਆਤਮਾ ਹੈ, ਪਰਮਾਤਮਾ ਦੀ ਅੰਸ਼, ਇਹ ਵੀ ਉਤਨੀ ਸੂਕਸ਼ਮ ਹੈ ਜਿੰਨਾ ਰੱਬ ਕਹਿੰਦਾ। ਪਰਮਾਤਮਾ ਦੀ ਅੰਸ਼ ਆਤਮਾ ਹੈ, ਇਹ ਵੀ ਬੜੀ ਸੂਕਸ਼ਮ ਹੈ। ਜਾਂ ਮੋਟਾ ਸਮਝਣਾ ਹੋਵੇ ਸਿਰ ਦਾ ਵਾਲ, ਉਹਦੇ ਦੋ ਫੜ ਕੀਤੇ ਜਾਣ, ਅੱਧਾ ਰਹਿ ਗਿਆ, ਉਹਦੇ ਫਿਰ ਦੋ ਹਿੱਸੇ ਕੀਤੇ ਜਾਣ, ਅੱਧਾ ਰਹਿ ਗਿਆ, ਉਹਦੇ ਫਿਰ ਦੋ ਹਿੱਸੇ ਕੀਤੇ ਜਾਣ। ਇੱਕ ਸਿਰ ਦੇ ਵਾਲ ਨੂੰ ਇਉਂ 20 ਲੱਖ ਵਾਰੀ ਕਰੀ ਜਾਵੇ, ਇੰਨੀ ਸੂਕਸ਼ਮ ਜੀਵ ਆਤਮਾ ਹੈ। ਦੇਖਦੇ ਨਹੀਂ ਕਿੰਨੇ ਕੀੜੇ ਅੱਖਾਂ ਖੁੱਲੀਆਂ ਦੇ ਵਿੱਚ ਬਹਿ ਵੀ ਜਾਂਦੇ ਨੇ, ਉੱਡ ਵੀ ਜਾਂਦੇ ਨੇ, ਸਾਰਾ ਵੀ ਮੂੰਹ 'ਚ ਚਲੇ ਵੀ ਜਾਂਦੇ ਨੇ, ਆ ਵੀ ਜਾਂਦੇ ਨੇ, ਇਤਨੀ ਸੂਕਸ਼ਮ ਇਹ ਰੂਹ ਹੈ। ਤੋ ਉਹ ਜੋ ਨਿਰੰਕਾਰ ਹੈ, ਜੋ ਤੀਸ ਰੂਪ ਹੈ, ਵਾਹਿਗੁਰੂ ਦਾ ਦੇਸ਼ ਹੈ, ਨਿਰੰਕਾਰ ਕੇ ਦੇਸ਼ ਜਾਏ ਤੂੰ ਤਾਂ ਤੂੰ ਲੈ ਮਹਲ। ਪਰ ਮਨ ਦੀ ਹਾਲਤ ਕੀ ਹੈ,
ਵੀਰ ਮੁਕਤ ਦੁਆਰਾ ਸੁਣ ਕਰਾ ਕਹਿੰਦੇ ਛੋਟਾ ਜਿਹਾ ਹਰਾਈ ਦਸਵੇਂ ਪਾਏ ਮਨ ਤੋਂ ਮਹਿੰਗਲ ਹੋਇਆ ਹਾਥੀ ਬਣਿਆ ਪਿਆ ਇਹ ਕਿਵੇਂ ਨਿਕਲੇਗਾ ਜਿਵੇਂ ਚੂਹੇ ਨੂੰ ਛੱਜ ਪੱਦਾ ਹੋਵੇ ਕਿਵੇਂ ਖੁੱਟ ਜਾਏਗਾ ਮੇਰੇ ਪੈਸੇ ਮੇਰਾ ਸੀਰ ਮੇਰੀ ਜ਼ਮੀਨ ਮੇਰਾ ਇਹ ਹਾਥੀ ਬਣ ਲਿਆ ਗਤੀ ਤਦੇ ਨਹੀਂ ਨਾ ਹੋਣੀ ਮਰ ਮੁਰ ਜਾਣਾ ਇੱਥੇ ਗੋਦੇ ਖੋਤੇ ਬਣ ਜਾਣਾ ਸੱਪ ਸਲੂੰਗੜੇ ਕੁੱਤੇ ਬਿੱਲੇ ਆਹਾ ਇਤਨਾ ਕੁਛ ਚਮੇੜ ਲਿਆ ਇਸ ਰੂਹ ਨੇ ਕਿ ਜਾਏਗਾ ਕਿੱਥੇ ਨਿਰੰਕਾਰ ਤੇ ਦੇਸ਼ ਉਹ ਜਾ ਸੂਖਸ਼ਮ ਹੋਏ ਤੇ ਜਾਏ ਨਿਰੰਕਾਰ ਕੇ ਦੇਸ਼ ਜਾਏ ਤੂੰ ਤਾਂ ਤੂੰ ਲੈ ਮਹਲ ਫਿਰ ਕਿਤੇ ਭਲਾ ਇਤਨਾ ਸੂਖਸ਼ਮ ਕਿੱਥੇ ਹੋਵੇ ਪਤਾ ਨਹੀਂ ਆਲ ਬਜਾਲ ਮਨ ਨੂੰ ਫੁੱਲ ਕੇ ਦੇਖਿਆ ਜਾਏ ਤਾਂ ਕਈ ਪੰਡਾਂ ਤਾਂ ਦੁੱਖ ਦੀਆਂ ਨਿਕਲ ਆਉਣੀਆਂ ਨੇ ਤੋਕੀਆਂ ਪੰਡਾਂ ਨਿਕਸੀਆਂ ਸੁੱਖ ਦਾ ਨਿਕਸੋ ਉਹ ਵੀ ਦੁੱਖ ਆਪੇ ਚਮੇੜੇ ਹੋਏ ਨੇ ਦੁੱਖ ਹੈ ਨਹੀਂ ਚਮੇੜੇ ਹੋਏ ਉਹ ਨਾ ਇਹਦਾ ਸੁੱਖ ਹੈ ਸੁੱਖ ਦੁੱਖ ਤੋਂ ਉੱਪਰ ਹੈ ਜੀਵ ਆਤਮਾ ਰੂਹ ਨਰਕ ਸੁਰਖ ਤੋਂ ਅੱਗੇ ਹੈ ਜਾਣ ਬੁੱਝ ਕੇ ਵਿੱਚ ਫਸਿਆ ਹੋਇਆ ਮੇਰਾ ਹੈ ਇਹ ਤੇਰਾ ਹੈ ਇਹ ਅਮਕਾ ਹੈ ਇਹ ਟਿਮਕਾ ਹੈ ਜਨ ਨਾਨਕ ਕਥੇ ਬ੍ਰਹਮ ਗਿਆਨ ਸੋ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਉਹ ਜੋ ਨਿਰੰਕਾਰ ਦਾ ਦੇਸ਼ ਹੈ ਉੱਥੋਂ ਆਈ ਹੈ ਬਾਣੀ ਇਸ ਬਾਣੀ ਨਾਲ ਜੁੜੋ ਉਹਨੇ ਸੂਖਸ਼ਮ ਹੋ ਜਾਓ ਕਰੋ ਸ਼ਬਦ ਦੀ ਕਮਾਈ ਨਿਕਲੋ ਇਹਨਾਂ ਗੱਲਾਂ 'ਚ ਤਾਂ ਜਿਵੇਂ ਖੰਭ ਲੈ ਗਏ ਤੀਰਾਂ ਨੂੰ ਤੁਹਾਡੀ ਆਤਮਾ ਨੂੰ ਸਰੀਰ ਤਾਂ ਇੱਥੇ ਰਹਿ ਜਾਣਾ ਇਹਦੀਆਂ ਮਰਿਆਦਾ ਹੁੰਦੀਆਂ ਕੋਈ ਤੱਪ ਦਿੰਦਾ ਕੋਈ ਫੂਕ ਦਿੰਦਾ ਕੋਈ ਜਲ ਪ੍ਰਵਾਹ ਕਰ ਦਿੰਦਾ ਇਹਦਾ ਇਹ ਜਿਹੀ ਹਿਸਾਬ ਦਾ ਰੂਹ ਹੈ ਜੀਵ ਆਤਮਾ ਇਹ ਬਾਣੀ ਉੱਥੇ ਲੈ ਜਾਏਗੀ ਜਿੱਥੋਂ ਆਈ ਹੋਈ ਹੈ ਨਾ ਜੰਮਣਾ ਨਾ ਮਰਨਾ ਨਾ ਆਉਣਾ ਨਾ ਜਾਣਾ ਇਸ ਦੇ ਉੱਪਰ ਨਹੀਂ ਵਿਚਾਰ ਜਿਸਕੇ ਮਨ ਵਸਿਆ ਨਿਰੰਕਾਰ ਜਿਸਕੇ ਅੰਤਰ ਵਸਿਆ ਨਿਰੰਕਾਰ ਇਤਨਾ ਸੂਖਮ ਇਹ ਜੋ ਵਾਹਿਗੁਰੂ ਅੰਤਰਜਾਮੀ ਹੈ ਜਿਹਦੇ ਹਿਰਦੇ ਵਿੱਚ ਉਹਦੀ ਤਰੰਗ ਉਹ ਵਸ ਜਾਏ ਤਿਸਕੀ ਸੇਖ ਤਰੇ ਸੰਸਾਰ ਸਾਡੇ ਦੇਸ਼ ਵਿੱਚ ਪ੍ਰਚਾਰਕਾਂ ਦਾ ਘਾਟਾ ਨਹੀਂ ਹੈ ਬਹੁਤ ਉਹਨਾਂ ਦੇ ਹਿਰਦਿਆਂ ਵਿੱਚ ਨਿਰੰਕਾਰ ਨਹੀਂ ਵਸਿਆ ਇਸ ਕਰਕੇ ਦੁਨੀਆਂ ਦਾ ਭਲਾ ਹੀ ਨਹੀਂ ਕਰ ਸਕਦੇ ਗੁਰਬਾਣੀ ਦਾ ਫੈਸਲਾ ਜਿਨ੍ਹਾਂ ਦੇ ਅੰਦਰ ਨਿਰੰਕਾਰ ਦਾ ਵਾਸਾ ਹੈ ਲੱਖਾਂ ਲੱਖਾਂ ਦਾ ਬੇੜਾ ਪਾਰ ਇੱਕ ਇੱਕ ਨੇ ਕੀਤਾ ਹੈ ਇੱਕ 'ਚ ਪਿੱਛੇ ਲੱਖ ਤਰਨ ਇੱਥੇ ਵਸ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰਮੁਖ ਕੋਟ ਉਧਾਰ ਦਾ ਪਾਈ ਦੇ ਨਾਵੇਂ ਇੱਕ ਕਣੀ ਗੁਰੂ ਦਾ ਸਿੱਖ ਗੁਰਮੁਖ ਹੋਵੇ ਕਰੋੜਾਂ ਕਰੋੜਾਂ ਦਾ ਭਲਾ ਸਹਿ ਸਵਾਏ ਕਰ ਦਿੰਦਾ ਹੈ ਕਿਉਂ ਉਹਦੇ ਅੰਦਰ ਉਹਦਾ ਵਾਸਾ ਹੈ ਜਿਸਕੇ ਅੰਤਰ ਵਸੈ ਨਿਰੰਕਾਰ ਤਿਸਕੀ ਸ਼ੀਖ ਤਰੇ ਸੰਸਾਰ ਬਾਕੀ ਤਾਂ ਕਲਪਣਾ ਹੀ ਹੈ ਕਲਪ ਕਲਪ ਕੇ ਤੁਰ ਜਾਣਾ ਦੁਨੀਆਂ 'ਤੇ ਮਰ ਮੁਰ ਜਾਣਾ ਆਪ ਨਹੀਂ ਸੁਧਰੇ ਦੁਨੀਆਂ ਨੂੰ ਕੀ ਸੁਧਾਰਨਾ ਸੋ ਗੁਰੂ ਜੀ ਕਹਿੰਦੇ ਭਾਈ ਗੁਰਸਿੱਖੋ ਉਸ ਨਿਰੰਕਾਰ ਦੇ ਦੇਸ਼ ਵਿੱਚੋਂ ਇਹ ਗੁਰਬਾਣੀ ਆਈ ਹੋਈ ਹੈ ਇਹਦੇ ਨਾਲ ਜੁੜੋ ਇਸ ਤਰੀਕੇ ਨਾਲ ਜੁੜੋ ਸ਼ਬਦ ਦੀ ਕਮਾਈ ਕਰੋ ਇਤਨੇ ਸੂਖਸ਼ਮ ਮੰਡਲਾਂ ਵਿੱਚ ਚਲੇ ਜਾਓ ਸਰੀਰ ਦੇ ਹੁੰਦੇ ਹੁੰਦੇ ਜਾਂ ਸਰੀਰ ਤੋਂ ਪਰਾਂ ਹੋਏ ਤੇ ਉਸ ਵਿੱਚ ਪਹਿਲਾਂ ਹੀ ਮਿਲੇ ਹੋਏ ਨੇ ਮਿਲਣਾ ਕੀ ਹੈ ਮਿਲਿਆ ਹੋਇਆ ਦਾ ਮਿਲਣਾ ਕੀ ਹੈ ਪਹਿਲਾਂ ਹੀ ਮਿਲੇ ਮਿਲਿਆ ਹੋਇਆ ਨਾ ਵਿਛੜੇ ਜਿਹੜਾ ਮਿਲਿਆ ਹੋਇਆ ਉਹਦਾ ਫਿਰ ਵਿਛੋੜਾ ਨਹੀਂ ਉਹ ਮਿਲਿਆ ਹੀ ਹੈ ਜਿਸ ਤਰੀਕੇ ਸਿਰ ਵੀ ਸਰੀਰ ਛੱਡੇ ਉਹ ਉਸੇ ਤਰ੍ਹਾਂ ਹੀ ਹੈ ਜਿਵੇਂ ਕਾਂ ਛੋਟਾ ਜਿਹਾ ਪੁਰਜਾ ਹੁੰਦਾ ਉਹਨੂੰ ਕਾਸ਼ ਵਿੱਚ ਸਿੱਟੋ ਜਿੱਧਰ ਵੀ ਡਿੱਗੇ ਉਹਦੀ ਸੂਈ ਪਹਾੜ ਵੱਲ ਹੀ ਰਹਿੰਦੀ ਹੈ ਪੁੱਠਾ ਸਿੱਧਾ ਉਹਦੇ ਤੋਂ ਸਾਡੇ ਦੇਸ਼ ਦੀ ਫੌਜ ਕੰਮ ਲੈਂਦੀ ਹੈ ਵੀ ਆਪਾਂ ਕਿਹੜੀ ਦਿਸ਼ਾ ਜਾਣਾ ਛੋਟਾ ਜਿਹਾ ਪੁਰਜਾ ਹੁੰਦਾ ਉਹਨੂੰ ਕਿਸੇ ਪਾਸੇ ਕਰੋ ਉਹਦੀ ਸੂਈ ਪਹਾੜ ਵਾਲੀ ਦਿਸ਼ਾ ਦੱਸਦੀ ਇਸੀ ਤਰ੍ਹਾਂ ਸਿੱਖ ਹੈ ਉਹ ਹਰ ਤਰੀਕੇ ਸਿਰ ਉਹਦੀ ਮਨ ਦੀ ਸੂਈ ਉਸ ਨਿਰੰਕਾਰ ਦੇ ਦੇਸ਼ ਉਸ ਨਾਮ ਨਾਲ ਉਸ ਗੁਰਬਾਣੀ ਨਾਲ ਜੁੜੀ ਹੋਈ ਹੈ ਤਾਂ ਉਸ ਨਿਰੰਕਾਰ ਦੇ ਦੇਸ਼ ਜਾਣ ਵਾਸਤੇ ਆਪਣੀ ਗੰਢ ਗੁਰਬਾਣੀ ਨਾਲ ਪਾਓ ਤਾਂ ਸਿਫਤੀ ਗੰਢ ਪਵੇ ਦਰਬਾਰ ਉਹਦੀ ਸਿਲਸਿਲਾ ਵਿੱਚ ਜੁੜਨਾ ਸਾਧ ਸੰਗਤ ਵਿੱਚ ਜਾਣਾ ਗੁਰਬਾਣੀ ਦਾ ਨਿਤਨੇਮ ਕਦੇ ਛੁੱਟੀ ਨਹੀਂ ਕਰਨੀ ਕਰੈਤਾਂ ਤੋਂ ਬਚੇ ਰਹਿਣਾ ਯਥਾ ਸ਼ਕਤ ਪੰਦਾਨ ਵੀ ਕਰਨਾ ਸਭ ਤੋਂ ਉਦਾਸ ਰਹਿਣਾ ਆਪਣੇ ਆਪ ਤੋਂ ਵੀ ਸੰਸਾਰ ਤੋਂ ਮਨ ਨੂੰ ਸੰਸਾਰ ਵਿੱਚ ਲਪਾਏਮਾਨ ਨਹੀਂ ਹੋਣ ਦੇਣਾ
ਅੰਤਰਾਤਮੇ ਸਭ ਦਾ ਤਿਆਗ ਹੋ ਕੇ ਬੁਰਾ ਕੀ ਰਹਿਣ, ਫਿਰ ਮਨ ਤੋਂ ਮਾਇਆ ਲੈ ਜਾਂਦੀ, ਅੱਗੇ ਉਸਦੇ ਦਰਸ਼ਨ ਹਨ। ਹੁਣ ਸਮਾਂ ਹੋ ਗਿਆ ਸਭ ਮਾਈ ਭਾਈ ਆਨੰਦ ਸਾਹਿਬ ਗੁਰੂ ਸਤੋਤਰ ਪੜ੍ਹੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸਿੱਧੀ ਆਇਆ ਆਖਰ ਤਨ ਪਰਵਾਰ ਪਰੀਆਂ ਸਾਧ ਗਾ ਬਣ ਆਈਆਂ ਮਨ ਮੇਰਿਆ ਤੂੰ ਸਦਾ ਰਹੋ ਅਰਨਾਲ ਮਨ ਮੇਰਿਆ ਦੁੱਖ ਸਭ ਸਾਰਨਾ ਬਾਕੀ ਸੋ ਤੋ ਮਨੋ ਸਾਰੇ ਸਾਚੇ ਸਾਹਿਬਾ ਨਹੀਂ ਕਰਦੇ ਵਰਤਾ ਤੇਰਾ ਸਮਝੈ ਤੋ ਪਾਜ ਸਭ ਖਨੇਰੇ ਆਂਦਰਾਇਆ ਦਾਰੂ ਕਰੋ ਪਿਆਰੋ ਕਰ ਸੁਭਾਗੇ ਕਰ ਸੁਭਾਗੇ ਸਭ ਸੁਭਾਗੇ ਕਲਾ ਕਰਤਾ ਰਿਆ ਆਦਿਓ ਸਰਮ ਮਨੋਰਥ ਪੂਰੇ ਤੋਏ ਗਾਈ ਗਾਇਆ ਖਿਲੈ ਸਗਲ ਜਗਤ ਨਿੰਨੀ ਨਾਮ ਕਿਆਇਆ ਗੇ ਮੁਸਕਤ ਗਾਲ ਧੰਨ 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 ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ 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 ਅਮਰਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਅਮਰਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ ਧੰਨ 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 ਜੀ ਗੁਰੂ ਹਰਗੋਬਿੰਦ ਸਿੰਘ ਧੰਨ ਹੈ ਧੰਨ ਹੈ ਧੰਨ ਹੈ ਧੰਨ 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 ਸ਼੍ਰੀ ਅਰਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਸ਼੍ਰੀ ਅਰਦਾਸ ਸਾਹਿਬ ਧੰਨ 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 ਸ਼੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਧੰਨ ਹੈ ਧੰਨ ਹੈ ਧੰਨ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਧੰਨ 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 ਹੈ ਧੰਨ ਹੈ ਧੰਨ ਗੁਰੂ ਦੇਵ ਬਾਤ ਸਭ ਧੰਨ 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 ਗੁਰੂ ਗੋਬਿੰਦ
तन तन है तन है तन गुरु गोविंद सिंह सब तन 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 है तन है तन गुरु ग्रंथ साहिब जी तन 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 वाहिगुरु तन तेरा पंथ खालसा तन तन वाहिगुरु तन तेरी सतसंगत जी तन तन वाहिगुरु तन तेरी सतसंगत जी तन सतनाम जी वाहिगुरु सतनाम श्री वाहिगुरु बोल वाहिगुरु बोल कदे ना डोल वाहिगुरु 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 बोल वाहिगुरु 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 बोल वाहिगुरु वाहिगुरु बोल प्यारिया तेरा प्यारा लगेगा बोल प्यारिया सतनाम श्री वाहिगुरु बोल सतनाम श्री वाहिगुरु बोल वाहिगुरु जी का